ਇਹ ਮਾਰਕੀਟ ਦੇ ਵਿੱਚ ਕਬਲੇ ਹੋ ਰਹੇ ਨੇ ਕਿਵੇਂ ਤੁਸੀਂ ਗਲਤ ਐਕਸੇ ਲਗਾਉਂਦੇ ਹੋ ਕਿਵੇਂ ਸਪਲੀਮੈਂਟ ਫੇਕ ਬਣ ਰਹੇ ਨੇ ਤੇ ਕਿਵੇਂ ਕਿਵੇਂ ਤੁਹਾਡੇ ਨਾਲ ਤੁਹਾਡੀ ਫਿਟਨੈਸ ਨਾਲ ਖਿਲਵਾ ਰਹੇ ਨੇ ਲਿਪਿਟ ਤੇ ਖੰਜਰ ਬਹੁਤ ਵਜਦੇ ਆਂ ਫਿਰ ਤੇ ਬੁਝੇ ਖੰਜਰ ਉਹੀ ਮਾਰ ਲੈਂਦਾ ਅੱਜ ਵਿਆਹ ਕਿ ਆਈ ਆ ਬੰਦੇ ਦਾ ਕੰਮ ਸ਼ਟਾ ਇਹਨਾਂ ਕਾਝਾ ਦਾ ਬਹਿ ਮੈਂ ਤੇ ਕੁਝ ਕੈਪਸੂਲ ਦਿੱਤੇ ਬੇਗਾਰ ਨਿਕਲੇ ਸੀਨੀਅਰ ਪਲੇਅਰ ਨੇ ਸਾਡੇ ਇਹ ਸਟੇਰੋ ਲੈਣਾ ਸੇਫ ਹੈ ਤੁਸੀਂ ਮੇਰੀ ਫੈਮਿਲੀ ਨੂੰ ਕਦੀ ਮਿਲੂਗੇ ਨਾ ਉਹਨੂੰ ਪੁੱਛ ਕੇ ਦੇਖਿਓ ਉਹ ਕਹਣਗੇ ਇਹ ਤਾਂ ਇਹ ਚੀਜ਼ ਤੋਂ ਪਾਗਲ ਹੋਇਆ ਬਸੀਆਂ ਮੁੰਡੇ ਮੈਂ ਬਹੁਤ ਦੇਖਿਆ ਜਾਂ ਤਾਂ ਜਿੰਮ ਦੇ ਵਿੱਚ ਚੈਨਿੰਗ ਨਹੀਂ ਯੂਜ਼ ਕਰਦੇ ਆ ਜਾਂ ਜਿੰਮ ਤੋਂ ਬਾਅਦ ਬੜੇ ਲੋਕ ਕੇ ਸਮੋਕਿੰਗ ਜਾਂ ਬੀਅਰ ਜਾਂ ਡਰਿੰਕ ਪ੍ਰੈਫਰ ਕਰਦੇ ਆ ਤੁਸੀਂ ਵੀ ਲੋਂਦੇ ਰਹੇ ਹੋ ਮੈਂ ਵੀ ਲੋਂਦਾ ਰਿਹਾ ਯੂਨੀਸ ਸਕੇ ਪਲੇਅਰ ਤੋਂ ਯਾਦ ਆਇਆ ਕਿ ਕਈ ਦਿਨ ਸਾਡੇ ਨਾਲ ਇਦਾਂ ਹੋਇਆ ਤੁਸੀਂ ਇੱਕ ਬੰਦੇ ਨੂੰ ਪੂਰੀ ਜੀ ਚਾਨ ਲਾ ਕੇ ਮਿੰਨ ਲਾ ਕੇ ਉਹਦੀ ਬੋਡੀ ਬਣਾ ਦਿੱਤੀ ਐ ਐਂਡ ਦੇ ਟਾਈਮ ਤੇ ਉਹਦਾਂ ਨੂੰ ਛੱਡ ਕੇ ਕਿਸੇ ਹੋਰ ਕੋਚ ਕੋ ਚਲਾ ਗਿਆ ਤੇ ਸਾਰਾ ਕ੍ਰੈਡਿਟ ਉਹਦੇ ਕੋਲ ਚਲਾ ਗਿਆ ਕਿ ਐਨੇ ਮੇਰੀ ਬੋਡੀ ਬਣਾਈ ਉਹਨੇ ਉਹਨਾਂ ਨੂੰ ਗਾਣਾ ਵੀ ਤੇਰੇ ਟੈਸਟ ਕਰਾ ਦੰਨੇ ਆ ਤੈਨੂੰ ਖਰਾਬ ਕਰਦਾ ਵਾ ਉਹਨੂੰ ਦੂਜੇ ਨੂੰ ਕਹਿਣਾ ਮੈਡੀਕਲ ਰੱਖਣੀਆਂ ਬਲੂਨੇ ਸਾਰੇ ਇਕੱਠੇ ਕਰਨੇ ਬਾ ਵਾਟ ਇਜ਼ ਡੱਬਾ ਬਾਕਸ ਤੁਸੀਂ ਗੱਲ ਕਰੋ ਮੈਂ ਕਿ ਭਾਜੀ ਮੈਡੀਕਲ ਸਟੋਰ ਤੋਂ ਮੈਡੀਕਲ ਸਟੋਰ ਤੋਂ ਤੁਸੀਂ ਡੱਬਾ ਲੈਨੇ ਹੋ ਬੋਨ ਵਿਟਲ ਦਾ ਹੋਰਲਿਟਸ ਦਾ ਬੂਸਟ ਦਾ ਪਤਾ ਨਹੀਂ ਕੀ ਗੰਦਬੰਦ ਪਾਇਆ ਉਹਨਾਂ ਚ ਭਾਜੀ ਅ ਅੱਜਕੱਲ ਇੱਕ ਪ੍ਰੋਡਕਟ ਆਇਆ ਮਾਰਕੀਟ ਦੇ ਵਿੱਚ ਜੀ ਐਚ ਆਰ ਪੀ 6 ਪਾਊਡਰ ਫਾਰਮ ਦੇ ਵਿੱਚ ਵਿਦ ਸੇ ਜੇ ਸੀ ਮੈਂ ਉਹ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਭਾਜੀ ਜਿਹੜੇ ਬੱਚੇ ਇਹ ਜਿਹੇ ਵੀਡੀਓ ਦੇਖ ਕੇ ਸਭ ਨੂੰ ਨੂੰ ਆਉਂਦਿਆ ਨਾ 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 ਨੂੰ ਸਾਇੰਸ ਪਤਾ ਹੈ ਕਿ ਇਹਦੇ ਪਿੱਛੇ ਦੀ ਸਾਇੰਸ ਕੀ ਹੈ ਬਟ ਲੋਕਾਂ ਨੇ ਇੱਕ ਸੋਸ਼ਲ ਮੀਡੀਆ ਦੇ ਪਿੱਛੇ ਇਨੀ ਤਗੜੀ ਭੇਡ ਚਾਲ ਬਣਾ ਲਈ ਹੈ ਕਿ ਉਹਨਾਂ ਦੇ ਪਿੱਛੇ ਜਾ ਜਾ ਆਪਣਾ ਪੈਸਾ ਵੀ ਬਰਬਾਦ ਕਰ ਰਹੇ ਨੇ ਆਪਣਾ ਟਾਈਮ ਵੀ ਬਰਬਾਦ ਕਰ ਰਹੇ ਨੇ ਤੇ ਆਪਣਾ ਸਰੀਰ ਵੀ ਬਰਬਾਦ ਕਰ ਰਹੇ ਨੇ ਮੈਂ ਕਿਹਾ ਅਸੀਂ ਵੀਰ ਵੀ ਕਿਲੋ ਲਾ ਟਾ ਨਹੀਂ ਖਾਂਦੇ ਅਸੀਂ ਵੇਪ ਪ੍ਰੋਟੀਨ ਲੈਂਦੇ ਆ ਕਿ ਪਹਿਲਾਂ ਅਸੀਂ ਕਿ ਕੁੜੀਆਂ ਅਗਰ ਟੋਪੇਂ ਕੁੜਤਾ ਪਾਇਆ ਹੁੰਦਾ ਸੀ ਤੇ ਜਿੱਥੇ ਪਿੱਛੋਂ ਮਾੜਾ ਚੱਕਿਆ ਦੇਖਦੇ ਉਹ ਫਟਾਫਟ ਸੈੱਟ ਕਰਕੇ ਆਪਣੇ ਆਪ ਨੂੰ ਕਵਰ ਕਰਦੇ ਆਂ ਬਟ ਅੱਜ ਦੇ ਟਾਈਮ ਤੇ ਜੇ ਕੁੜੀ ਕੋਈ ਵੀ ਹੈ ਈਵਨ ਜਿਮ ਜਾਂਦੀ ਚਾਹੇ ਨਹੀਂ ਜਾਂਦੀ ਬਟ ਦਿਖਾਣਾ ਇੱਕ ਫੈਸ਼ਨ ਹੋ ਗਿਆ ਅੱਜ ਸਾਡੇ ਨਾਲ ਉਹ ਮਹਾਨ ਅਸਤੀ ਹੈ ਜੋ ਦੋ ਟਾਈਮ ਮਿਸਟਰ ਇੰਡੀਆ ਪੰਜ ਟਾਈਮ ਮਿਸਟਰ ਪੰਜਾਬ ਤੇ ਇੱਕ ਟਾਈਮ ਮਿਸਟਰ ਏਸ਼ੀਆ ਬ੍ਰਾਊਨ ਮੈਡਲਿਸਟ ਨੇ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਰ ਜਾ ਰਹੇ ਆਂ ਰੂਬਰੂ ਕਰਾਂ ਜਾ ਰਹੇ ਆਂ ਲੇਕਿਨ ਉਹ ਇਨਸਾਨ ਸਭ ਨਾਲੋਂ ਵਧੀਆ ਗੱਲ ਉਹਨਾਂ ਦੀ ਇਹ ਕਿ ਉਹ ਇੱਕ ਸੱਚੇ ਸੁੱਚੇ ਪਰਮਾਤਮਾ ਨੂੰ ਮੰਨਣ ਵਾਲੇ ਇਨਸਾਨ ਨੇ ਜੋ ਅੱਜ ਦੇ ਐਪੀਸੋਡ 'ਚ ਜੋ ਕਹਿਣਗੇ ਸੱਚ ਕਹਿਣਗੇ ਕਿਉਂਕਿ ਐਪੀਸੋਡ ਦਾ ਨਾਮ ਹੈ ਸੱਚ ਕੋ ਤੇ ਸੱਚ ਸੁਣੋ ਭਾਜੀ ਵੈਲਕਮ ਟੂ ਅਵਰ ਸ਼ੋ ਮੈਂ ਤੁਹਾਡੇ ਅੱਗੇ ਇੱਕ ਰਿਕੁਐਸਟ ਕਰਦਾ ਕਿ ਮੈਨੂੰ ਪਤਾ ਤੁਸੀਂ ਝੂਠ ਨਹੀਂ ਬੋਲੋਗੇ ਲੇਕਿਨ ਸ਼ੋ ਦਾ ਨਾਮ ਹੈ ਸੱਚ ਕਹੋ ਤੇ ਸੱਚ ਸੁਣੋ ਤੇ ਮੈਂ ਤੁਹਾਡੇ ਤੋਂ ਜੋ ਕੁਐਸਚਨ ਪੁੱਛੂੰਗਾ ਉਹਦਾ ਤੁਹਾਨੂੰ ਸੱਚ ਸੱਚ ਆਨਸਰ ਦੇਣਾ ਪਵੇਗਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੇਰੇ ਸ਼ੋਅ ਤੇ ਆਏ ਆਪਣਾ ਕੀਮਤੀ ਸਮਾਂ ਕੱਢ ਕੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਪਾਜੀ ਕੋਲੋਂ ਡੇਟ ਲੈਣਾ ਸਭ ਨਾਲ ਮੁਸ਼ਕਿਲ ਕੰਮ ਸੀ ਕਿਉਂਕਿ ਇਹ ਨਾਨ ਨਾਲ ਸਪੋਰਟਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਡਿਸਟ੍ਰਿਕਟ ਪ੍ਰੈਜ਼ੀਡੈਂਟ ਨਿਵੀਨੇ ਤੇ ਇਹਨਾਂ ਨੂੰ ਸਪੋਰਟਸ ਦੀ ਹਰ ਐਕਟੀਵਿਟੀ ਤੇ ਧਿਆਨ ਰੱਖਣਾ ਹੁੰਦਾ ਆਓ ਮਿਲਦੇ ਆ ਜੈਦੀਪ ਸ਼ਰਮਾ ਨਾਲ ਵੈਲਕਮ ਪਾਜੀ ਬਹੁਤ ਬਹੁਤ ਥੈਂਕਸ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਸੀਂ ਬਹੁਤ ਮੇਰਾ ਬਹੁਤ ਮੇਰਾ ਮਾਨ ਕਰ ਰਹੇ ਇੰਨਾ ਕੁਝ ਕਹਿ ਕੇ ਪਰ ਤੁਹਾਡੇ ਦਾ ਮੈਂ ਇੱਕ ਬਾਤ ਚਾਹੀਦਾ ਵਾਂ ਭਾਜੀ ਮਾਨ ਉਹਨਾਂ ਦਾ ਕਰੀਦਾ ਹੈ ਜਿਨ੍ਹਾਂ ਦਾ ਮਾਨ ਆਲਰੇਡੀ ਹੁੰਦਾ ਹੈ ਤੁਹਾਡਾ ਮਾਨ ਸਤਿਕਾਰ ਬੰਦਾ ਹੈ ਕਿਉਂਕਿ ਤੁਹਾਡਾ ਇਸ ਇੰਡਸਟਰੀ ਦੇ ਵਿੱਚ ਯੋਗਦਾਨ ਬਹੁਤ ਵੱਡਾ ਹੈ ਸਰ ਇੱਥੇ ਆਉਣ ਦਾ ਬਹੁਤ ਮਨ ਸੀ ਕਿ ਉਹ ਇਹ ਜਾ ਬੰਦਾ ਪੋਡਕਾਸਟ ਸ਼ੁਰੂ ਕਰੇ ਕਿ ਜਿੱਥੇ ਮੈਂ ਖੁਦ ਆਵਾਂ ਤੇ ਤੁਸੀਂ ਨਾਮ ਹੀ ਬਹੁਤ ਸੋਹਣਾ ਰੱਖਿਆ ਸੱਚ ਕਹੋਰ ਸੱਚ ਸੁਨੋ ਤੇ ਮੇਰਾ ਖੁਦ ਮਨ ਸੀ ਵੀ ਇਹ ਜਿਆ ਕੋਈ ਮੈਂ ਇੰਟਰਵਿਊ ਦਵਾ ਜਿੱਤੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚੇ। ਭਾਜੀ ਅੱਜ ਤੁਹਾਡੀ ਆਵਾਜ਼ ਯੂਥ ਤੇ ਹਰ ਇੱਕ ਬੱਚੇ ਤੱਕ ਪਹੁੰਚੇਗੀ। ਅਸੀਂ ਉਹਨਾਂ ਨੂੰ ਸਮਝਾਵਾਂਗੇ ਕਿ ਕੀ ਮਾਰਕੀਟ ਦੇ ਵਿੱਚ ਕਬਲੇ ਹੋ ਰਹੇ ਨੇ। ਕਿਵੇਂ ਤੁਸੀਂ ਗਲਤ ਐਕਸੇ ਲਗਾਉਂਦੇ ਹੋ। ਕਿਵੇਂ ਸਪਲੀਮੈਂਟ ਫੇਕ ਬਣ ਰਹੇ ਨੇ ਤੇ ਕਿਵੇਂ-ਕਿਵੇਂ ਤੁਹਾਡੇ ਨਾਲ ਤੁਹਾਡੀ ਫਿਟਨੈਸ ਨਾਲ ਖਿਲਵਾੜ ਹੋ ਰਿਹਾ ਹੈ। ਭਾਜੀ ਮੇਰਾ ਪਹਿਲਾ ਕੁਐਸਚਨ ਹੈ ਕਿ ਤੁਸੀਂ ਇੰਨੇ ਮੈਡਲ ਜਿੱਤੇ। ਇੰਨੇ ਸ਼ੋਅ ਖੇਲੇ। ਇੰਨੇ ਸਾਲ ਹੋ ਗਏ। ਤੁਸੀਂ ਇਸ ਇੰਡਸਟਰੀ 'ਚ ਕਿਵੇਂ ਆਏ? ਅਹ ਪਰ ਇੰਦਸਟਰੀ ਦਾ ਜਿੰਮ ਦਾ ਸ਼ੌਂਕ ਸੀਗਾ ਥੋੜਾ ਬਹੁਤ ਜਿਵੇਂ ਬਚਪਨ ਚ ਹੁੰਦਾ ਵਾ ਬੱਚੇ ਨੂੰ ਵੀ ਮੇਰੀ ਬਾਡੀ ਹੋਵੇ ਬਹੁਤ ਪਤਲਾ ਸੀ ਮੈਂ ਮੇਰਾ 40 kg ਜੀ ਮੇਰਾ weight ਸੀਗਾ ਤੇ ਸ਼ਾਇਦ ਹੀ ਮੇਰੇ ਖਾਲ ਅੱਜ ਕੱਲ ਜਿੰਮਾਂ ਚ 40 kg ਵਾਲੇ ਬੱਚੇ ਕੋਲ ਹੁੰਦਾ ਹੋਵੇ ਬਹੁਤ ਕਮਜ਼ੋਰ ਸੀ ਮੈਂ ਅਹ 10th ਤੋਂ ਬਾਅਦ ਕੁਝ ਹਾਲਾਤ ਥੋੜੇ ਖਰਾਬ ਸੀਗੇ ਫਿਰ ਫੈਮਿਲੀ ਡਿਸਟਰਬ ਸੀ ਥੋੜੀ ਜੀ ਤੇ ਮੈਂ +1 +2 گورਨਮੈਂਟ ਸਕੂਲ ਚ ਕੀਤੀ ਹਾਂਜੀ ਤੇ ਮੈਨੂੰ ਸੁਣਨਾ ਚ ਆਇਆ ਕਿ ਜਦੋਂ ਤੁਸੀਂ ਫਿਟਨੈਸ ਆਪਣੀ ਜਰਨੀ ਸ਼ੁਰੂ ਕੀਤੀ ਤੁਹਾਡੇ ਕੋਲ ਡਾਈਟ ਖਾਂਦੇ ਪੈਸੇ ਵੀ ਨਹੀਂ ਸੀ ਬਿਲਕੁਲ ਸਰ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ +2 ਜਦੋਂ گورਨਮੈਂਟ ਸਕੂਲ ਚ ਕੀਤੀ ਆ ਮੈਂ ਉਸ ਟਾਈਮ +1 ਚ ਮੈਂ ਜਿਮ ਸ਼ੁਰੂ ਕੀਤਾ ਸੀ ਤੇ +2 ਜੋ ਮੈਂ ਕੰਮ ਤੇ ਲੱਗਿਆ ਸੀ ਆ ਮੇਰੇ ਫੈਮਿਲੀ ਨੂੰ ਪਤਾ ਨਹੀਂ ਸੀਗਾ ਮੈਂ ਸਕੂਲ ਤੋਂ ਹੁੰਦਾ ਸੀਗਾ ਤੇ ਉਹਨਾਂ ਨੂੰ ਕਹਿੰਦੇ ਟਿਊਸ਼ਨ ਚੱਲਿਆ ਵਾ ਪਰ ਮੈਂ ਟਿਊਸ਼ਨ ਨਹੀਂ ਜਾਂਦਾ ਸੀਗਾ ਆਪਣੇ ਘਰ ਦੇ ਬਿਲਕੁਲ ਲਾਗੇ 1 ਕਿਲੋ 1.5 ਕਿਲੋਮੀਟਰ ਦੂਰ ਮੈਂ ਪੈਦਲ ਜਾਂਦਾ ਸੀ ਉੱਥੇ ਉਹਦਾ ਸਾਈਕਲ ਦੇ ਟੋਕਰੀ ਬੰਦੀ ਸੀ ਫਿਰ ਉਹ ਟੋਕਰੀ ਸਾਈਕਲ ਦੀ ਬਲੇਡ ਨਾਲ ਕਟਿੰਗ ਕਰਨੀ ਹੁੰਦੀ ਸੀ ਜਿਹੜੀ ਤੇ ਫਲੈਸ਼ ਹੁੰਦੀ ਸੀ ਨਾ ਉਹਨੂੰ ਕਟਿੰਗ ਕਰਕੇ ਪੈਕਿੰਗ ਕਰਨਾ ਹੁੰਦਾ ਸੀਗਾ ਫਿਰ ਅਸੀਂ ਉਹ ਕਰਦੇ ਸੀਗੇ ਤੇ ਮੈਨੂੰ ਬੜੀ 300 ਰੁਪਏ ਮਹੀਨਾ ਮਿਲਦਾ ਸੀ ਫਿਰ ਤੁਸੀਂ ਉਹ 300 ਰੁਪਏ ਮਹੀਨਾ ਨਾਲ ਆਪਣੀ ਡਾਈਟ ਕਰਦੇ ਸੀ ਇਹ ਤਾਂ ਇਹ ਗੱਲ ਤਾਂਡੇ ਘਰ ਦੇ ਨੂੰ ਬਿਲਕੁਲ ਨਹੀਂ ਅਸੀਂ ਉਹਨਾਂ ਨੂੰ ਪਤਾ ਲੱਗੇ ਹੁੰਦਾ ਸੀ ਮਾਪਿਆਂ ਤੋਂ ਕੀ ਲੁਕਦਾ ਬਾਜੀ ਪਰ ਮੇਰੇ ਫਾਦਰ ਨੇ ਸ਼ੁਰੂ ਤੋਂ ਬਹੁਤ ਮਿਹਨਤ ਕੀਤੀ ਆ ਤੇ ਉਹਨਾਂ ਨੂੰ ਦਿਖਦਾ ਸੀ ਵੀ ਉਹਨਾਂ ਨੂੰ ਮੇਰੇ ਚ ਆਪਣਾਪ ਦਿਖਦਾ ਸੀ ਉਹ ਮੈਨੂੰ ਤਾਂ ਨਹੀਂ ਰੋਕਦੇ ਸੀਗੇ ਅੰਦਰ ਆਪਸ ਵਿੱਚ ਗੱਲ ਕਰਦੇ ਸੀਗੇ ਪਰ ਮੈਂ ਸੁਣ ਵੀ ਲੰਦਾ ਸੀਗਾ ਵੀ ਇਹਨੂੰ ਕੀ ਲੋੜ ਹੈ ਕੰਮ ਕਰਨ ਦੀ ਪਰ ਪਾਪਾ ਫਿਰ ਵੀ ਕਹਿੰਦੇ ਨੇ ਇਹਨੂੰ ਮਿਹਨਤ ਕਰ ਲੈਂਦੇ ਇਹੇ ਕੰਮ ਹੋਣੀ ਆ ਉਹਨਾਂ ਵਾਲੇ ਸਮੇਂ ਜੇ ਕਾਮਯਾਬ ਹੋਊਗਾ ਜਦੋਂ ਤੁਸੀਂ ਆਪਣਾ ਜਿਮ ਕਦੋਂ ਸ਼ੁਰੂ ਕੀਤਾ ਕਿੰਨੇ ਸਾਲ ਬਾਅਦ ਉਸ ਤੋਂ ਬਾਅਦ ਫਿਰ ਥੋੜੇ ਸੈਲਰੀ ਜਦੋਂ ਮੈਂ ਡਿਪਲੋਮਾ ਕੀਤਾ ਉਹ ਵੀ ਵਜ ਮੈਂ ਕਰੀ ਕੀਤਾ ਮੈਂ ਜੋਬ ਕਰਦਾ ਸੀਗਾ ਤੇ ਆਰ ਐਨ ਡੀ ਕਾਲਜ ਦੇ ਵਿੱਚ ਉੱਥੇ ਮੈਂ ਡਿਪਲੋਮਾ ਕੀਤਾ ਪਹਿਲਾਂ ਆਈ ਟੀ ਕੀਤੀ ਆਰ ਐਨ ਡੀ ਕਾਲਜ ਨੂੰ ਆਈ ਟੀ ਕੀਤੀ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਬਾ ਬੰਦਾ ਸਿੰਘ ਬਹਾਦਰ ਉਸ ਕਾਲਜ ਚ ਮੈਂ 3 ਸਾਲ ਕਾਲਜ ਨਹੀਂ ਗਿਆ ਮੈਂ ਪੇਪਰ ਦੇ ਜਾਂਦਾ ਸੀਗਾ ਤੇ ਐਗਜ਼ਾਮ ਦੇ ਕੇ ਮ ਆ ਜਾਂਦਾ ਸੀਗਾ ਮੈਂ ਪਾਸ ਵੀ ਹੋ ਗਿਆ ਉਹ ਜਿਹੜੇ ਪੈਸੇ ਜੁੜਦੇ ਸੀ ਮੇਰੇ ਉਹਦੇ ਨਾਲ ਕੁਝ ਮੈਂ ਕਾਲਜ ਦੀ ਫੀਸ ਭਰਦਾ ਸੀਗਾ ਕੁਝ ਮੈਂ ਡਾਈਟ ਪੂਰੀ ਕਰਦਾ ਸੀਗਾ ਫਿਰ ਸਾਡੇ ਲਾਗੇ ਇੱਕ ਜਿਮ ਸੀਗਾ ਰੋਕਸ ਜਿਮ ਉੱਥੇ ਮੈਂ ਐਕਸਰਸਾਈਜ਼ ਲਗਾਉਂਦਾ ਸੀਗਾ ਉੱਥੇ ਮੈਨੂੰ ਦੋ ਮੁੰਡੇ ਮੇਰੇ ਨਾਲ ਮਿਲੇ ਮੈਨੂੰ ਉਹ ਕਹਿੰਦੇ ਵੀ ਤੇਰੀ ਬਾਡੀ ਵਧੀਆ ਮੈਂ ਨਵਾਂ ਨਵਾਂ ਮਿਸਟਰ ਲਿਆਉਣਾ ਬਣਿਆ ਸੀ ਉਹਦੋਂ ਮੈਂ 2013 ਦੀ ਗੱਲ ਆ ਇਹ ਮੈਂ ਲੁਧਿਆਣਾ ਬਣਿਆ ਸੀ ਆ ਉਹ ਨਵਾਂ ਨਵਾਂ 골ਡ ਬੈਂਡ ਲਾਇਆ ਸੀ ਉਹ ਕਹਿੰਦੇ ਮੁੰਡਾ ਮਿਹਨਤੀ ਹੈ ਵੀ ਸਾਡੇ ਨਾਲ ਪਾਰਟਨਰਸ਼ਿਪ ਕਰਨੀ ਹੈ ਜਿਮ ਦੀ ਮੈਂ ਫੈਮਿਲੀ ਨਾਲ ਗੱਲ ਕੀਤੀ ਪਰ ਤੁਹਾਨੂੰ ਦੱਸਿਆ ਵੀ سپورਟ ਤਾਂ ਸੀਗੀ ਨਹੀਂ ਪੈਸੇ ਤਾਂ ਫਿਰ ਚਾਹੀਦੇ ਸੀਗੇ ਕਿਉਂਕਿ ਨਾ ਨਾ ਕਰਦੇ 1.5 ਤੋਂ 2 ਲੱਖ ਰੁਪਏ ਲੱਗਿਆ ਨਾ ਸੀ ਮੇਰਾ ਫਿਰ ਮੈਂ ਕਰ ਲੇ ਪਾਪਾ ਨੇ ਮੇਰੀ سپورਟ ਕੀਤੀ ਹੈ ਪਤਾ ਨਹੀਂ ਮੈਂ ਨਹੀਂ ਜਾਣਦਾ ਕਿੱਥੋਂ ਕੀਤੀ ਆ ਰੱਬ ਜਾਣਦਾ ਪਰ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਉਸ ਟਾਈਮ ਤੇ ਮੈਂ ਜਿਮ ਦੀ ਪਾਰਟਨਰਸ਼ਿਪ ਚ ਜਿਮ ਖੋਲ੍ਹ ਲਿਆ ਉਹਨਾਂ ਨਾਲ ਜਦੋਂ ਅਸੀਂ ਪਾਰਟਨਰਸ਼ਿਪ ਕੀਤੀ 2.5 ਸਾਲ ਸਾਡੀ ਪਾਰਟਨਰਸ਼ਿਪ ਵਧੀ ਚੱਲੀ ਆ ਅੱਛਾ ਜੀ ਪਾਜੀ ਜਿਹੜੀ ਤੁਸੀਂ ਪਾਰਟਨਰਸ਼ਿਪ ਹੋਈ ਮੈਂ ਦੇਖਿਆ ਕਿ ਅੱਜ ਕੱਲ ਪਾਰਟਨਰਸ਼ਿਪਾਂ ਚ ਬਾਅਦ ਚ ਧੋਖੇ ਬਹੁਤ ਹੁੰਦੇ ਪਿੱਠ ਤੇ ਖੰਜਰ ਬਹੁਤ ਵੱਜਦੇ ਆ ਕੀ ਤੁਹਾਡੇ ਨਾਲ ਵੀ ਇਦਾਂ ਫਿਰ ਕੁਝ ਹੋਇਆ ਬਿਲਕੁਲ ਰਾਈਟ ਫ ਮੈਨੂੰ ਪਾਜੀ ਉਹਨਾਂ ਦਾ ਵੀ ਰੋਫੀਤਾ ਕਦੀ ਮਿਲਦੇ ਨੇ ਮੈਨੂੰ ਤੇ ਮੈਂ ਅੱਜ ਰਿਸਪੈਕਟ ਕਰਦਾ ਹਾਂ ਨਮਸਤੇ ਕਹਿ ਕੇ ਬੁਲਾਈਦੀ ਆ ਕਿਉਂਕਿ ਸਾਡੇ ਵੱਡੇ ਨੇ ਹੀ ਸਿਖਾਇਆ ਵਾ ਵੀ ਵੱਡੇ ਦੀ ਹਮੇਸ਼ਾ ਇੱਜ਼ਤ ਕਰਨੀ ਆ ਸਭ ਤੋਂ ਵੱਡੀ ਗੱਲ ਉਹਨਾਂ ਨੇ ਮੈਨੂੰ ਕੰਮ ਸ਼ੁਰੂ ਕਰਾਇਆ ਸੀ ਬਾਅਦ ਚ ਜੋ ਮਰਜ਼ੀ ਹੋਇਆ ਵੇ ਉਹ ਪਾਜੀ ਜਦੋਂ ਜਿਵੇਂ ਟਾਈਮਿੰਗ ਸਾਡੀ ਤਿੰਨਾਂ ਪਾਰਟਨਰਸ ਦੀ ਟਾਈਮਿੰਗ ਇਕੁਅਲ ਸੀਗੀ ਵੀ ਅਸੀਂ ਤਿੰਨ ਤਿੰਨ ਘੰਟੇ ਜਿਵੇਂ ਨੂੰ ਮੈਨੇਜ ਕਰਨਾ ਕਿਉਂਕਿ ਅਸੀਂ ਤਿੰਨੋਂ ਜੌਬ ਕਰਦੇ ਸੀਗੇ ਬਟ ਉਹ ਕੀ ਕਰਦੇ ਸੀਗੇ ਜਿਵੇਂ ਮੇਰਾ ਸ਼ਾਮ ਨੂੰ ਟਾਈਮ ਹੁੰਦਾ ਸੀਗਾ 4:30 ਤੋਂ 7 ਵਜੇ ਤੱਕ ਉਹਨਾਂ ਨੇ ਕਹਿਣਾ ਯਾਰ ਮੈਨੂੰ ਕੰਮ ਪੈ ਗਿਆ ਸਾਢੇ 8 ਤੱਕ ਰੋਕ ਜੀ ਤੂੰ 9 ਵਜੇ ਤੱਕ ਰੋਕ ਜੀ ਬਾਜੀ ਮੇਰੀ ਵੀ ਫੈਮਿਲੀ ਸੀ ਮੇਰੀ ਮੈਰਿਜ ਨੂੰ ਹਜੇ 2 ਕਿ 3 ਮਹੀਨੇ ਹੋਏ ਸੀਗੇ ਮੇਰੀ ਵੀ ਮੈਰਿਜ ਨਵੀਂ ਨਵੀਂ ਹੋਈ ਸੀਗੀ ਫਿਰ ਉਹਨਾਂ ਨੇ ਮੇਰੇ ਛੁੱਟੀਆਂ ਲੈਣ ਲਾਈਆਂ ਤੋ ਵਿਆਹ ਤੇ ਛੁੱਟੀਆਂ ਨਹੀਂ ਕਰ ਲਈਆਂ ਏਦਾਂ ਏਦਾਂ ਮਤਲਬ ਮੈਨੂੰ ਨਾ ਜਿਵੇਂ ਉਹ ਚਾਹੁੰਦੇ ਸੀ ਵੀ ਇਹਨੂੰ ਅਸੀਂ ਹਰਾਸਮੈਂਟ ਕਰਨਾ ਹੈ ਕਿਸਮਤ ਅਸੀਂ ਕੱਢ दिए ਵਿੱਚੋਂ ਕਿਉਂਕਿ ਪੈਸੇ ਇਹਨੇ ਨਹੀਂ ਬਣਦੇ ਸੀਗੇ ਤੇ ਫਿਰ ਤੁਹਾਡੇ ਨਾਲ ਕਦੀ ਪੈਸੇ ਦੇ ਵੀ ਧੋਖਾਧੜੀ ਹੋਈ ਤਾਂ ਉਹਨਾਂ ਨੇ ਜ਼ਿਆਦਾ ਲੈ ਲਏ ਤੁਹਾਨੂੰ ਕਦੀ ਏਦਾਂ ਤਾਂ ਨਹੀਂ ਹੋਇਆ ਬਾ ਤੇ ਉਹ ਅਸੀਂ ਹਿਸਾਬ ਕਰਕੇ ਆਪਣਾ 5 5 6 6000 ਰੁਪਏ ਸਾਨੂੰ ਬਚਦਾ ਸੀਗਾ ਉਹਨਾਂ ਨੂੰ ਵੀ ਇਹ ਹੋਇਆ ਵੀ ਇੰਨੇ ਇੰਨੇ ਪੈਸੇ ਬਚਾਵਾਂਗੇ ਕਰਾਂਗੇ ਜਿਮ ਚਲਾ ਕੇ ਫਿਰ ਅਸੀਂ ਉਹਨਾਂ ਨੇ ਮੈਂ ਉਹ ਜਿਮ ਨੂੰ ਛੱਡਤਾ ਭਾਜੀ ਜਦੋਂ ਬੰਦਾ ਅੱਗੇ ਅੱਗੇ ਵੱਧਦਾ ਜਿਵੇਂ ਤੁਸੀਂ ਸਟੈਪ ਬਾਈ ਸਟੈਪ ਸਾਲ ਬਾਈ ਸਾਲ ਮੈਡਲ ਤੇ ਮੈਡਲ ਜਿੱਤੇ ਰਹੇ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਤੇ ਇੱਕ ਬੰਦਾ ਤੁਹਾਡੀ ਜ਼ਿੰਦਗੀ ਦਾ ਐਸਾ ਵੀ ਹੋਏਗਾ ਜਿਹਨੂੰ ਬਹੁਤ ਗੁੱਸਾ ਤੇ ਨਫ਼ਰਤ ਹੋਏਗੀ ਕਿ ਇਹ ਬੰਦਾ ਕਿਉਂ ਸਕਸੈਸ ਦੋ ਬੰਦੇ ਵਾਲਾ ਦੇ ਵਾਲੇ ਜਾਨਣਾ ਚਾਹਨਾ ਸਭ ਤੋਂ ਵੱਧ ਖੁਸ਼ੀ ਤਾਂ ਭਾਜੀ ਆਪਣੀ ਫੈਮਲੀ ਨੂੰ ਹੁੰਦੀ ਆ ਠੀਕ ਆ ਉਸ ਤੋਂ ਵੱਡੀ ਖੁਸ਼ੀ ਮੇਰੀ ਵਾਈਫ ਨੂੰ ਜਿਨੇ ਸਭ ਤੋਂ ਵੱਧ ਮੈਨਾਂ ਸੈਕਰੀਫਾਈਸ ਕੀਤਾ ਜਿਨੇ ਜਦੋਂ ਮੇਰੀ ਮੈਰिज ਹੋਈ ਸੀ ਉਹਦੇ ਮੇਨ ਮਿਸਟਰ ਇੰਡੀਆ ਦੀ ਤਿਆਰੀ ਚੱਲਦੀ ਸੀ ਤੇ ਦੇਖੋ ਬੰਦੇ ਦੀ ਮੈਰिज ਹੋਈ ਹੋਵੇ ਤੇ ਬੰਦਾ ਕਿਸੇ ਕਰ ਰੋਟੀ ਤੇ ਮਨਾ ਜਾਵੇ ਉਹ ਕਹਿੰਦੀ ਸੀ ਵੀ ਉਹਨੇ ਰੋਟੀ ਤੇ ਬੁਲਾਇਆ ਚਾਚੇ ਨੇ ਬੁਲਾਇਆ ਮਾਮੀ ਨੇ ਬੁਲਾਇਆ ਮਸਣ ਨੇ ਬੁਲਾਇਆ ਮੇਰੇ ਫਰੈਂਡ ਨੇ ਬੁਲਾਇਆ ਮੈਂ ਜਾਣਦਾ ਹੀ ਨਹੀਂ ਸੀ ਮੈਂ ਜਾਂਦਾ ਹੀ ਨਹੀਂ ਸੀ ਮੈਂ ਕਹਿੰਦਾ ਨਹੀਂ ਮੈਂ ਕਿਸੇ ਹਾਂ ਇਹ ਦੀ ਇਹ ਦੀ ਕਿਸੇ ਖਾਸ ਮੈਰिज ਮੈਰिज ਹੁੰਦੀ ਸੀ ਕਿਤੇ ਜਾਂਦੇ ਸੀ ਮੈਂ ਆਪਣਾ ਜਿਮ ਬੈਗ ਨਾਲ ਲੈ ਜਾਂਦਾ ਸੀਗਾ ਉਹ ਡਾਈਟ ਪਾਉਂਦਾ ਸੀਗਾ ਆਪਣੀ ਕਾਰ 'ਚ ਬੈ ਕੇ ਡਾਈਟ ਖਾਂਦਾ ਸੀਗਾ ਤੇ ਉਹ ਇਨਸਾਨ ਜਿਹਨੇ ਜਿਹਨੇ ਤੁਹਾਨੂੰ ਧੋਖਾ ਦਿੱਤਾ ਜਾਂ ਬਹੁਤ ਜ਼ਿਆਦਾ ਜੈਲਸ ਰਿਹਾ ਤੁਹਾਡੀ ਸਕਸੈਸ ਤੋਂ ਅਹ ਭਾਜੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਈਆਂ ਦੇ ਨਾਮ ਨਹੀਂ ਵੀ ਲਿਆ ਹੁੰਦੇ ਠੀਕ ਹੈ ਬਟ ਉਸ ਬੰਦੇ ਨੇ ਉਸ ਬੰਦੇ ਨੂੰ ਭਰਾ ਬਣਾਇਆ ਸੀ ਬਸ ਬਟ ਉਹਨੇ ਭਰਾ ਨਹੀਂ ਸਮਝਿਆ ਮੈਂ ਉਹਨੂੰ ਹਰ ਜਗ੍ਹਾ ਆਪਣੇ ਮੂਰੇ ਰੱਖਿਆ ਵੱਡਾ ਭਰਾ ਬਣਾਇਆ ਸੀ ਬਈ ਆਪਣੇ ਵੱਡੇ ਭਰਾ ਦੀ ਜਗ੍ਹਾ ਤੇ ਰੱਖਿਆ ਜਦ ਤੱਕ ਮੇਰੇ ਖੁਦ ਦੇ ਦੋ ਸਖੇ ਵੱਡੇ ਭਰਾ ਹੈਗੇ ਨੇ ਮੈਂ ਫਿਰ ਵੀ ਉਹਨੂੰ ਵੱਡਾ ਭਰਾ ਬਣਾਇਆ ਸੀ ਪਰ ਉਸ ਬੰਦੇ ਨੇ ਹੌਲੀ-ਹੌਲੀ ਕਰਕੇ ਮੈਨੂੰ ਅ ਪਿੱਛੇ ਘੜਦਾ ਰਿਹਾ ਤੇ ਮੈਂ ਉਹਦੇ ਨਾਲ ਹੀ ਉਹਦੇ ਨਾਲ ਹੀ ਗੱਲਾਂ ਕਰਦਾ ਰਿਹਾ ਬਈ ਯਾਰ ਮੇਰੇ ਨਾਲ ਕੋਈ ਗਲਤ ਕਰ ਰਿਹਾ ਮੇਰੇ ਨਾਲ ਕੋਈ ਗਲਤ ਕਰ ਰਿਹਾ ਉਹਨੇ ਮੈਨੂੰ ਕਹਣਾ ਅੱਛਾ ਤੈਨਾਂ ਗਲਤ ਕਰ ਰਿਹਾ ਵਾ ਤੇ ਮੈਨੂੰ ਇਹ ਫੀਲ ਹੁੰਦਾ ਸੀ ਯਾਰ ਵੀ ਮੈਂ ਇਦਾਂ ਬਹਿ ਕੇ ਦੁੱਖ ਬੋਲਦਾ ਆਪਣੇ ਵੀ ਇਹ ਮੈਨੂੰ ਸਹੀ ਸਲਾਹ ਦਿੰਦਾ ਵਾ ਪਰ ਮੈਨੂੰ ਪਤਾ ਨਹੀਂ ਸੀ ਮੇਰੇ ਪਿੱਠ ਵਿੱਚ ਖੰਜਰ ਉਹੀ ਮਾਰੀ ਜਾਂਦਾ ਅੱਜ ਫਿਰ ਅੱਜ ਫਿਰ ਜਿਵੇਂ ਸਟੈਪ ਬਾਈ ਸਟੈਪ ਤੁਸੀਂ ਆਪਣੇ ਫਿਟਨੈਸ ਇੰਡਸਟਰੀ ਦੇ ਵਿੱਚ ਅੱਗੇ ਵਧੇਗੇ ਮੈਂ ਮੈਂ ਤੁਹਾਨੂੰ ਹੀ ਦੱਸ ਦਰਿਆ ਵੀ ਜਦੋਂ ਜਿਮ ਆਪਾਂ ਬੰਦ ਕਰਤਾ ਕੰਮ ਖਤਮ ਹੋ ਗਿਆ ਬਿਜ਼ਨਸ ਖਤਮ ਜੋਬ ਵੀ ਛੱਡਤੀ ਜੋਬ ਤੇ ਲੜਾਈ ਹੋ ਗਈ ਮੈਂ ਉੱਥੋਂ ਵੀ ਆ ਗਿਆ ਕਰੇ ਮੈਰिज ਨੂੰ 2 ਮਹੀਨੇ ਹੋਏ ਸੀ ਹੁਣ ਤੁਹਾਨੂੰ ਬੜਾ ਰਿਸ਼ਤੇਦਾਰ ਗਲੀ ਗਵਾਨ 100 ਬੰਦੇ ਗੱਲਾਂ ਕਰਦੇ ਨੇ ਅੱਜ ਵਿਆਹ ਕਿ ਆਈ ਐ ਬੰਦੇ ਦਾ ਕੰਮ ਛੜਾਤਾ ਉਹ ਵੀ ਇਹ ਕਰਦਾ ਆਗੀ ਉਹਨੂੰ ਫੀਲ ਹੋ ਗਿਆ ਸੀ ਇਸ ਚੀਜ਼ ਦੀ ਉਹਨੇ ਮੈਨਾਂ ਸ਼ੇਅਰ ਨਹੀਂ ਕੀਤੀ ਪਰ ਮੇਰੀ ਸ਼ਕਲ ਪੜ ਲਈ ਸੀ ਉਹਨੇ ਮੈਨਾਂ ਗੱਲ ਕੀਤੀ ਬਾਚੋਂ ਇੱਕ ਸਮਾਂ ਬਾਅਦ ਇਹ ਜਿਹਾ ਆਇਆ ਜਦੋਂ ਜਿਮ ਛੁੱਟ ਗਿਆ ਉਹਨਾਂ ਦਾ ਮੈਂ ਪਾਰਟਨਰਸ਼ਿਪ ਛੱਡਤੀ ਇਧਰੋਂ ਜੋਬ ਛੱਡਤੀ ਲੜਾਈ ਹੋ ਗਈ ਉੱਥੇ ਮੇਰੀ ਮੈਂ ਕਰਿਆ ਆ ਗਿਆ ਮੈਂ ਕਿਹਾ ਮੈਂ ਜੋਬ ਨਹੀਂ ਕਰਨੀ ਮੈਂ ਕਰੂੰਗਾ ਤੇ ਆਪਣਾ ਕੰਮ ਕਰੂੰਗਾ ਮੈਂ ਪਾਪਾ ਕਹਿੰਦੇ ਕੋਈ ਨਾ ਤੇਰੀ ਮਰਜ਼ੀ ਆ ਮੈਂ ਘਰੇ ਬੈਠ ਗਿਆ ਹੁਣ ਦੇਖੋ ਮੈਰਿਜ ਨੂੰ 2 ਮਹੀਨੇ ਹੋਏ ਉਹ ਨਵੀਂ ਵਿਆਹ ਕੇ ਘਰੇ ਆਈ ਸੀ ਬੜੀਆਂ ਖੁਸ਼ੀਆਂ ਸੀਆਂ ਬਟ ਜਦੋਂ ਜੋਬ ਛੁੱਟ ਗਈ ਜਿਮ ਛੁੱਟ ਗਿਆ ਲੋਕੀ ਗਲੀ ਗਵਾਨ ਰਿਸ਼ਤੇਦਾਰ ਸਾਰੇ ਕਹਿਣ ਲੱਗੇ ਨਵੀਂ ਵਿਆਹ ਕੇ ਆਈ ਆ ਤੇ ਇਹਦਾ ਕੰਮ ਛੁੱਟ ਗਿਆ ਤਾਂ ਮਨ ਹੁੰਦਾ ਇਸ ਦੇ ਲਈ ਫਿਰ ਬਾਅਦ ਚੋ ਭਾਜੀ ਪੰਡਿਤ ਜੀ ਕੋ ਗਿਆ ਮੈਂ ਆਪਣੇ ਉਹਨਾਂ ਨਾਲ ਗੱਲਬਾਤ ਕੀਤੀ ਮੈਂ ਉਹ ਕਹਿੰਨੇ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਤੇਰੇ ਕੰਮ ਕਰਮਾਂ ਚ ਨਹੀਂ ਲਿਖਿਆ ਤੂੰ ਜੋਬ ਨਹੀਂ ਕਰਨੀ ਤੂੰ ਬਿਜ਼ਨਸ ਕਰਨਾ ਫਿਰ ਮੈਂ ਬਿジネス ਬਿジネス ਲਈ ਪੈਸਾ ਚਾਹੀਦਾ ਫਿਰ ਬਾਜੀ ਮੇਰੇ ਇਨ-ਲੋਸ ਜਿਹੜੇ ਨੇ ਬਹੁਤ ਚੰਗੇ ਨੇ ਉਹਨਾਂ ਨੇ ਮੇਰੀ ਹੈਲਪ ਕੀਤੀ ਆਪਣੀ ਰੋਡ ਤੇ ਜਿਮ ਸੀਗਾ ਉਹ ਮੈਨੂੰ ਠੇਕੇ ਤੇ ਜਿਮ ਦਵਾਇਆ ਜੋ ਵੀ ਉਹ ਠੇਕੇ ਦਾ ਜੋ ਵੀ ਉਹਨਾਂ ਨੂੰ ਐਡਵਾਂਸ ਦੇਣਾ ਸੀ ਉਹ ਮੇਰੇ ਉਹਨਾਂ ਨੇ ਹੈਲਪ ਕਰਕੇ ਇੱਕ ਵਾਰ ਜਿਮ ਚਲਵਾਤਾ ਮੈਨੂੰ ਮੈਂ ਤੂੰ ਜਿਮ ਚਲਾ ਤੁਹਾਨੂੰ ਨਹੀਂ ਲੱਗਦਾ ਜਿਹੜੇ ਛੋਟੀ ਸੋਚ ਵਾਲੇ ਬੰਦੇ ਆ ਜਿਹੜੇ ਕਿਸੇ ਨੂੰ ਮਨੂਸ ਵਰਡ ਯੂਜ਼ ਕਰਦੇ ਆ ਉਹਨਾਂ ਦੀ ਆਪਣੀ ਜ਼ਿੰਦਗੀ ਮਨੁਸ਼ੀਅਤ ਵਰਗੀ ਹੋਈ ਹੁੰਦੀ ਆ ਪਰੇ ਸਭ ਦੇ ਮੂੰਹ ਬੰਦ ਹੋ ਗਏ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਜੀ ਸਭ ਦੇ ਮੂੰਹ ਬੰਦ ਹੋ ਗਏ ਜੋ ਅੱਜ ਟਿਲ ਹੁਣ ਸਮਾਂ ਵਾ ਪ੍ਰਮਾਤਮਾ ਕਰੀ ਸਾਨੂੰ ਸਾਡੇ ਹੈਸੇ ਵਿੱਚ ਰੱਖੇ ਪਰ ਸਭ ਦੇ ਮੂੰਹ ਬੰਦ ਹੋ ਚੁੱਕੇ ਨੇ ਜੀ ਐਦਾਂ ਨਹੀਂ ਹੈ ਕਿ ਵਹਿਮ ਇੰਨਾ ਕਾ ਜ਼ਿਆਦਾ ਹੈ ਇੰਨਾ ਕਾ ਜ਼ਿਆਦਾ ਵਹਿਮ ਹੈ ਜੇ ਬੰਦਾ ਜਾ ਰਿਹਾ ਹੈ ਤੇ ਐਕਸੀਡੈਂਟ ਹੋ ਗਿਆ ਤੇ ਬੰਦਾ ਜਿਹੜੇ ਪੋਜ਼ਿਟਿਵ ਮਾਈਂਡ ਵਾਲੇ ਆ ਸੋਚਦੇ ਚੱਲ ਠੀਕ ਹੈ ਭਲਾ ਹੋ ਗਿਆ ਬਚਾਅ ਹੋ ਗਿਆ ਜਿਹੜੇ ਨੈਗੇਟਿਵ ਮਾਈਂਡ ਵਾਲੇ ਵਾਲੇ ਆ ਜੇ ਜਾ ਰਿਹਾ ਐਕਸੀਡੈਂਟ ਹੋ ਗਿਆ ਉਹ ਕਹਿੰਦੇ ਪਤਾ ਨਹੀਂ ਮਨੁੱਖ ਕਿਦੀ ਸ਼ਕਲ ਦੇਖ ਲਈ ਅੱਜ ਐਕਸੀਡੈਂਟ ਹੋ ਗਿਆ ਇਹ ਦੋਨੋਂ ਚੀਜ਼ਾਂ 네ਗੇਟਿਵ 네ਗੇਟਿਵ অর ਪੋਜ਼ਿਟਿਵ ਉੱਪਰ ਡਿਪੈਂਡ ਕਰਦਾ ਬਿਲਕੁਲ ਬਿਲਕੁਲ ਇਹ ਤਾਂ ਹੈਗਾ ਹੀ ਆ ਤੇ ਜਿਮ ਚਲਾਇਆ ਉਹ ਵਾਲਾ ਇੱਕ ਸਾਲ ਜਿਮ ਚਲਾ ਕੇ ਦੇਖਿਆ ਨੋ ਪ੍ਰੋਫਿਟ ਨੋ ਲਾਸ ਤੇ ਫੈਮਿਲੀ ਦੇ ਖਰਚੇ ਫਰ ਖਰਚੇ ਕੀ ਵਾਈਫ ਨੇ ਖਰਚਾ ਕਰਨ ਨੂੰ ਕਿਹਾ ਹੀ ਨਹੀਂ ਸਰ ਕੋਈ ਮੈਂ ਉਹੀ ਗਵਾ ਵੀ ਉਹਨੇ ਕੋਈ ਖਰਚਾ ਕਰਨ ਨੂੰ ਨਹੀਂ ਕਿਹਾ ਮੈਨੂੰ ਉਸ ਟਾਈਮ ਦੇ ਉੱਤੇ ਕਿਉਂਕਿ ਕਈਆਂ ਦੀ ਸੋਚੇ ਹੁੰਦੀਆਂ ਵਿਆਹ ਕਿ ਆਈਆਂ ਸਾਨੂੰ ਘੁਮਾਓ ਸਾਨੂੰ ਆਹ ਲੈ ਕੇ ਦੋ ਉਹ ਲੈ ਕੇ ਦੋ ਔਰ ਹੀ ਸੋਚਦਾ ਕੀ ਸੀ ਮੈਂ ਵਿਆਹ ਕੇ ਆਇਆ ਸਾਰਾ ਕੁਝ ਤਾਂ ਮੇਰੇ ਕੋਲ ਹੈਗਾ ਸੂਟ ਮੇਰੇ ਕੋਲ ਹੈਗੇ ਆ ਕੱਪੜੇ ਮੇਰੇ ਕੋਲ ਵਧੀਆ ਹੈਗੇ ਨੇ ਜੀਨ ਟੋ ਮੇਰੇ ਘਰ ਦੇ ਨਾਲ ਲੈ ਤੇ ਚੱਪਲਾ ਜੁੱਤੀਆਂ ਜੋ ਵੀ ਲੈਣਾ ਸੀ ਉਹ ਸਭ ਕੁਝ ਉਹਦੇ ਫੈਮਿਲੀ ਨੇ ਲੈ ਕੇ ਦਿੱਤੇ ਸੀ ਮੇਕਅਪ ਕਿਟ ਤੱਕ ਬਣਾ ਕੇ ਦਿੱਤੀ ਸੀ ਉਹ ਕਹਿੰਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਕਿਹਾ ਇਦਾਂ ਦਾ ਮੇਰਾ ਵੀ ਆ ਮੈਨੂੰ ਵੀ ਸਾਰਾ ਕੁਝ ਮਿਲ ਗਿਆ ਹੋਇਆ ਵਾ ਅਸੀਂ ਇਸ ਤਰੀਕੇ ਨਾਲ 2 ਸਾਲ ਬਹੁਤ ਮਿਹਨਤ ਕੀਤੀ ਫਿਰ ਫਿਰ ਉਸ ਤੋਂ ਬਾਅਦ ਮੈਂ ਉਹ ਜਿਮ ਚੋਂ ਜੋ ਵੀ 1.5-2 ਲੱਖ 2 ਲੱਖ ਜੁੜਿਆ ਸੀਗਾ ਉਹਦੇ ਨਾਲ ਮੈਂ ਆਪਣਾ ਜਿਮ ਨਵਾਂ ਜਿਮ ਖੋਲਿਆ ਮਸ਼ੀਨਾਂ ਲਈਆਂ 2.5-2 ਲੱਖ ਰੁਪਏ ਦੀਆਂ ਉਹ ਨਵਾਂ ਜਿਮ ਚ ਮੈਂ ਫਿਰ ਦੇਖੋ ਉਹ ਲੋਕ ਕਹਿੰਦੇ ਨੇ bizness ਨਹੀਂ ਹੁੰਦਾ 1 ਲੱਖ 2 ਲੱਖ 3 ਲੱਖ 5 ਲੱਖ ਨਾ ਅਜਿਹੇ ਟਾਈਮ ਤੇ ਕਿਹੜਾ bizness ਸ਼ੁਰੂ ਹੁੰਦਾ ਮੇਰੇ ਇਨ-ਲੋਸ ਦੇ 1 ਲੱਖ ਰੁਪਏ ਦੀ ਮਦਦ ਕੀਤੀ ਮੈਨੂੰ ਕਿੱਥੇ ਲੱਗੀ ਮੈਂ 1 ਸਾਲ ਦੇ ਬਾਅਦ ਹੀ ਉਸ 1 ਲੱਖ ਰੁਪਏ ਦੇ ਨਾਲ 2.5 3 ਲੱਖ ਜੋੜ ਕੇ ਨਵਾਂ ਜਿਮ ਖੋਲਿਆ ਠੀਕ ਆ ਫਿਰ ਮੇਰੇ ਫਾਦਲ ਲੋ ਨੇ ਮੈਨੂੰ ਉਹ ਜਿਮ ਚ ਕਹਿੰਦੇ ਵੀ ਜਿਮਾਂ ਜਿਹੜਾ ਟੈਲਾਂ ਲੱਗੀਆਂ ਹੁੰਦੀਆਂ ਨੇ ਵੀ ਤੇਰੇ ਤੇ ਤਾਂ ਲੱਗੀਆਂ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਚੱਲਦਾ ਇਹ ਅੱਜ ਕੱਲ ਆਪਣੇ ਆਪਾ ਦੂਜਾ ਮੈਟ ਲਵਾ ਲੈਣਾ ਨਹੀਂ ਯਾਰ ਤੇਰੇ ਟੈਲਾਂ ਲਵਾ ਕੇ ਦਿੰਨੇ ਆ ਉਹਨਾਂ ਨੇ 50 ਹਜ਼ਾਰ ਦੀ ਫਿਰ ਟੈਲਨ ਲਵਾ ਕੇ ਦਿੱਤੀ ਮੈਨੂੰ ਉਸ ਟਾਈਮ ਉਹ ਹੈ ਜੇ ਟੈਲਨ ਲੱਗੀਆਂ ਬਾਜੀ ਫਿਰ ਉਸ ਤੋਂ ਜਿਮ ਤੇ ਜਿਮ ਹੀ ਖੋਲਦੇ ਰਹੇ ਨੇ ਉਹ ਸਮਾਂ ਆ ਜਾਂ ਗਿਆ ਬਾਜੀ ਤੁਹਾਨੂੰ ਕਾਫੀ ਟਾਈਮ ਹੋ ਗਿਆ ਇਸ ਫਿਟਨੈਸ ਇੰਡਸਟਰੀ ਦੇ ਵਿੱਚ ਕਿ ਜਦੋਂ ਤੁਹਾਡੀ ਤੁਹਾਡੀ ਜਰਨੀ ਸੀ ਕੀ ਕਦੀ ਫੇਕ ਸਪਲੀਮੈਂਟ ਸਪਲੀਮੈਂਟ ਖਾਦਾ ਖਾਦਾ ਬਾਜੀ ਖਾਦਾ ਕੌਣ ਸੀ ਉਹ ਸਖਸ਼ ਅ ਕੋਈ ਉਸਤਾਦ ਤਾਂ ਹਰ ਕੋਈ ਬਣਾਉਂਦਾ ਬਾਜੀ ਪਰ ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਮੈਨੂੰ ਜਾਣ ਕੇ ਦਿੱਤਾ ਹੋਊਗਾ ਐਸਪੈਕਟ ਕਰਦੇ ਆਪਾਂ ਉਹਨਾਂ ਦੀ ਸੀਨੀਅਰ ਪਲੇਅਰ ਨੇ ਸਾਡੇ ਉਹਨਾਂ ਨੇ ਮੈਨੂੰ ਦਿੱਤੇ ਸੀ ਚੀਜ਼ਾਂ ਜਿਵੇਂ ਕੁਝ ਕੈਪਸੂਲ ਦੇਤੇ ਜਿਵੇਂ ਲਾਈਕ ਗੇਨਰ ਦਿੱਤਾ ਉਸ ਟਾਈਮ ਦਾ ਮੋਟੇ ਹੋਣ ਦਾ ਸ਼ੌਂਕ ਸੀਗਾ ਵੀ ਬੋਡੀ ਸ਼ੈਡ ਮੋਟੇ ਹੋਣ ਨੂੰ ਕਹਿੰਦੇ ਹਨ ਪਤਲਾ ਬਹੁ ਸੀ ਮੈਂ ਫਿਰ 2.5 ਸਾਲ ਲਾਈਫ ਦੇ ਜਿਮ ਚ ਇਦਾਂ ਹੀ ਨਿਕਲੇ ਬੇਕਾਰ ਨਿਕਲੇ ਮੋਟਾ ਹੋ ਜਾਣਾ ਕੱਟ ਜਾਣਾ ਮੋਟਾ ਹੋ ਜਾਣਾ ਸਟ੍ਰੈਚ ਮਾਰਕਸ ਤੇ ਪੈ ਗਏ ਮੇਰੇ ਇੱਥੇ ਆ ਜਗ੍ਹਾ ਤੇ ਪੈ ਗਏ ਥਾਈਸਟ ਪੈ ਗਏ ਨੀ ਇਸ ਬਾਰੇ ਬਟ ਰੱਬ ਦੀ ਕਿਰਪਾ ਨਾਲ ਕੋਈ ਸਾਈਡ ਇਫੈਕਟ ਨਹੀਂ ਹੋਇਆ ਮੈਨੂੰ ਉਸ ਦਿਨ ਨਾਲ ਬਸ ਇਹ ਸੀਗਾ ਵੀ ਮੇਰੀ ਅ ਸਰੀਰ ਮੈਨੂੰ ਲੱਗਦਾ ਸੀ ਵੀ ਮੇਰਾ ਯਾਰ ਸਰੀਰ ਨਾਲ ਡੰਡਾਲ ਹੋ ਗਿਆ ਸੁੱਤਾ ਹੀ ਰਹਿੰਦਾ ਸੀ ਮੈਂ ਐਕਸਕੂਪੀਣਾ ਠੀਕ ਆ ਗੇਨਰ ਅੱਜ ਦੇ ਟਾਈਮ ਤੇ ਵੀ ਗੇਨਰ ਪੀਣੇ ਨੀਂਦ ਹੁੰਦੀ ਆ ਪਰ ਇਹ ਨੀਂਦ ਨਹੀਂ ਹੁੰਦੀ ਵੀ ਰਾਤ ਦੀ ਨੀਂਦ 10 ਘੰਟੇ ਪੂਰੀ ਕਰਕੇ ਸਵੇਰੇ 10 ਘੰਟੇ ਫਿਰ ਸੋਜੋ ਹਾਂ ਇਦਾਂ ਨਹੀਂ ਹੁੰਦਾ ਤੇ ਉਸ ਟਾਈਮ ਖਾਦੇ ਭਾਜੀ 2 4 6 ਮਹੀਨੇ ਖਾਦੇ ਆ ਅੱਗੇ ਉਹਨਾਂ ਦੇ ਬੰਦੇ ਨੇ ਦੱਸਤਾ ਸੀ ਮੈਨੂੰ ਇਹ ਤਾਂ ਨਕਲੀ ਸਪਲੀਮੈਂਟ ਆ ਮੈਂ ਜਦੋਂ ਉਹਨਾਂ ਨੂੰ ਦਿਖਾਇਆ ਨਾ ਉਹਨਾਂ ਦੇ ਕਿਸੇ ਬੰਦੇ ਨੂੰ ਦਿਖਾਇਆ ਵੀ ਮਾਂ ਲੈ ਰਿਆ ਵਾ ਤੇ ਫਿਰ ਤੁਸੀਂ ਕੁਝ ਨਹੀਂ ਕਿਹਾ ਤਾ ਕੋਈ ਰਿਐਕਸ਼ਨ ਨਹੀਂ ਸੀ ਰਿਐਕਸ਼ਨ ਸੀਗਾ ਮੈਂ ਉਹਨਾਂ ਨੂੰ ਕਿਹਾ ਭਾਜੀ ਮੈਨੂੰ ਇਹਨਾਂ ਨੇ ਦਿੱਤਾ ਵਾ ਤੁਹਾਡੇ ਤੁਹਾਡੇ ਬੰਦੇ ਨੇ ਵੀ ਉਹਨਾਂ ਨੇ ਦਿੱਤਾ ਮੈਨੂੰ ਹੂੰ ਬੰਦੇ ਯਾਰ ਉਹਨੂੰ ਕਿਹੜਾ ਪਤਾ ਹੋਣਾ ਵਾ ਉਹਨੇ ਵੀ ਕਿਤੋਂ ਹੋਰ ਲਿਆ ਹੋਗਾ ਹੁਣ ਮੈਂ ਫਿਰ ਗੱਲ ਕਰਤੀ ਸੀ ਭਾਜੀ ਆਪਾਂ ਤਾਂ ਸਟੇਅ ਫੋਰਵਰਡ ਆ ਨਾਲੇ ਆਪਾਂ ਗੱਲ ਕਰ ਰਹੀ ਦੀ ਆਪਾਂ ਗੱਲ ਕਰਤੀ ਭਾਜੀ ਯਾਰ ਮੈਨੂੰ ਤਾਂ ਤੁਸੀਂ ਗਲਤ ਚੀਜ਼ ਦਿੱਤੀ ਆ ਉਹਨਾਂ ਨੇ ਫਿਰ ਮੈਨੂੰ ਕਿਹਾ ਯਾਰ ਦੇਖ ਮੈਂ ਕਿਹੜਾ ਵੀ ਵਿਚ ਵੜਿਆ ਸੀਗਾ ਮੈਂ ਤੇਰਾ ਚੰਗਾ ਸੋਚਦਾ ਮੇਰਾ ਛੋਟੇ ਭਰਾ ਵਰਗਾ ਹਾਂ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਕੋਈ ਚੀਜ਼ ਲਈ ਨਹੀਂ ਸੀਗੀ ਫਿਰ ਆਪ ਹੀ ਹੌਲੀ ਹੌਲੀ ਕਾਮਯਾਬੀ ਵੱਲ ਵੱਧਦੇ ਗਏ ਵੱਧਦੇ ਗਏ ਤੇ ਡਾਈਟਿਸ਼ਨ ਦਾ ਕੋਰਸ ਕਰ ਲਿਆ ਇੱਕ ਅੱਛਾ ਯੂ ਆਰ ਯੂ ਡਾਈਟਿਸ਼ਨ ਨਾ ਹੋਂ ਦਾ ਫਿੱਟ ਦੇਸ਼ ਤੋਂ ਕੀਤਾ ਸੀ ਮੈਂ ਹਾਂਜੀ ਤੇ ਉਹ ਕਰਕੇ ਮੈਂ ਕਿਹਾ ਨਹੀਂ ਜੇ ਕੋਈ ਨਹੀਂ ਗਾਈਡ ਕਰ ਰਾ ਫਿਰ ਆਪਾਂ ਆਪ ਹੀ ਕੁਝ ਕਰੀਏ ਫਿਰ ਸਟੂਡੈਂਟਸ ਦਾ ਵੀ ਕੀਤਾ ਮੈਂ ਨਾਲ ਤੇ ਡਾਈਟੀਸ਼ਨਰ ਕੀ ਦੱਸੇ ਕੀ ਸਟੇਰੋਇਡ ਲੈਣਾ ਸੇਫ ਹੈ ਪਰ ਤੁਸੀਂ ਕੀ ਦੀ ਗਾਈਡਲਾਈਨਸ ਚੀ ਲੈ ਰਹੇ ਹੋ ਇਹ ਮੈਟਰ ਇਹ ਮੈਟਰ ਕਰਦਾ ਇਹ ਮੈਟਰ ਕਰਦਾ ਮੈਡੀਸਨ ਦੇਖੋ ਕਈ ਮੈਡੀਕਲ ਵਾਲੇ ਗੁੱਸਾ ਕਰਨਗੇ ਮੇਰੇ ਭਰਾ ਬਹੁਤ ਨੇ ਮੈਡੀਕਲ ਸਟੋਰ ਵਾਲੇ ਬਟ ਕਈ ਮੈਡੀਕਲ ਸਟੋਰ ਵਾਲੇ ਵਧੀਆ ਵੀ ਨਹੀਂ ਭਾਜੀ ਬਹੁਤ ਐਕਸਪੀਰੀਅੰਸ ਹੋ ਗਿਆ ਵਾ ਜਿਨ੍ਹਾਂ ਨੂੰ 15 15 20 20 ਸਾਲ ਦਾ ਪਰ ਕਈ ਮੈਡੀਕਲ ਵਾਲੇ ਲੋਕਾਂ ਨੂੰ ਬੇਕੂਫੀ ਬਣਾ ਰਹੇ ਨੇ ਆਪਾਂ ਦਵਾਈ ਲੈਣ ਜਾਣਦੇ ਆ ਮੈਡੀਸਨ ਲੈਣੇ ਆ ਨਾ ਆਪਾਂ ਸਾਡੇ ਫਾਦਰ ਮਦਰ ਬਿਮਾਰ ਹੈ ਅੱਜ ਖੁਦ ਬਿਮਾਰ ਆ ਅਸੀਂ ਤੁਹਾਨੂੰ ਕੈਮਿਸਕੋ ਪਾਈਦੇ ਆ ਸਿਰਫ ਰੀਜ਼ਨ ਕੀ ਆ ਵੀ 300 ਰੁਪਏ ਦੀ ਸਲਿੱਪ ਨਾ ਲੱਗ ਜਵੇ ਵਧੇ ਡਾਕਟਰ ਕੋਲੇ ਇਹੀ ਰੀਜ਼ਨ ਆ ਭਾਜੀ ਹੋਰ ਤਾਂ ਕੋਈ ਰੀਜ਼ਨ ਨਹੀਂ ਇਹ ਤਾਂ ਭਾਜੀ ਗੱਲਾਂ ਹੀ ਨੇ ਵੀ ਲਾਈਨ ਬੜੀ ਲੰਬੀ ਲੱਗੀ ਹੁੰਦੀ ਹੈ ਮੈਂ ਤਾਂ ਅੱਜ ਤੱਕ ਦੇਖੀ ਨਹੀਂ ਭਾਈ ਲਾਈਨ ਲੱਗੀ ਕਿੱਥੇ ਮੈਂ ਫਾਦਰ ਨੂੰ ਲੈ ਜਾਣਾ ਮਦਰ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਲੈ ਕੇ ਜਾਣਾ ਭਾੜੀ 500 ਰੁਪਏ ਦਾ 10-15 ਮਿੰਟ ਚ ਵਾਰੀ ਆ ਜਾਂਦੀ ਹੈ ਡਾਕਟਰ ਕੋਈ ਉਹਨਾਂ ਨੂੰ ਡਿਨਰ ਥੋੜੀ ਜਿਹੀ ਕਾਊਂਡ ਬਿਠਾ ਲਾਂਦਾ ਵਾ ਡਾਕਟਰ ਨੇ ਉਹਦੀ ਬੁਖਾਰ ਦੇਖਣਾ ਵਾ ਉਹਦੀ ਮੈਡੀਸਿਨ ਲਿਖਣੀ ਤੇ ਉਹਨੇ ਬੈਲ ਮਾਰ ਦਿੰਦੀ ਨੇ ਨੈਕ ਹੁਣ ਇਦਾਂ ਹੀ ਮੈਡੀਕਲ ਨੇ ਜਗ੍ਹਾ ਜਗ੍ਹਾ ਮੈਡੀਕਲ ਕੋਲੇ ਪਿੰਡਾਂ ਦੇ ਅਨਪੜ੍ਹ ਮੁੰਡੇ ਮੈਡੀਕਲ ਸਟੋਰਾਂ ਦੇ ਰੱਖ ਕੇ ਉਹਨਾਂ ਨੂੰ ਡਾਕਟਰ ਬਣਾ ਕੇ ਉਹਨਾਂ ਨੂੰ ਮੈਡੀਕਲ ਖਲਾਖ ਲੱਕ ਲੋਕ ਦੇਈ ਜਾਂਦੇ ਨੇ ਠੀਕ ਆ ਆ ਕੁਛ ਚੱਲ ਰਿਹਾ ਲੋਕਾਂ ਦੀ ਸਿਹਤ ਨਾਲ ਬਹੁਤ ਖਿਲਵਾੜ ਹੋ ਰਿਹਾ ਭਾਜੀ ਇਸ ਨਹੀਂ ਹਰ ਜਗ੍ਹਾ ਤੇ ਖਿਲਵਾੜ ਹੋ ਰਿਹਾ ਭਾਜੀ ਬਿਲਕੁਲ 100% ਹੋ ਰਿਹਾ ਤੁਸੀਂ ਮੈਡੀਕਲ ਸਟੋਰ ਦੇ ਜਾਦਾ ਸਹੀ ਸਾਡੀ ਸਿਹਤ ਨਹੀਂ ਮੰਨਦੀ ਉਹ ਤੁਹਾਨੂੰ ਪੂੜੀ ਬਣਾ ਕੇ ਦੇ ਦੇਣਗੇ ਅੱਛਾ ਮੈਡੀਕਲ ਸਟੋਰ ਨਾਲ ਦੇ ਦਿੰਦੇ ਨਹੀਂ ਕਿ ਉਹਨਾਂ ਨੂੰ ਪਤਾ ਨਾ ਵੀ ਅਸੀਂ ਜੀ ਗੋਲੀ ਦਵਾਂਗੇ ਕਿਸੇ ਪੱਤੇ ਨਾਲ ਉਹ ਤੁਹਾਨੂੰ ਪਤਾ ਮੈਂ ਕਿਹੜੇ ਬੱਤੇ ਦੀ ਗੱਲ ਕਰਦਾ ਜਿਵੇਂ ਡੈਕਸੋਨਾ ਜਿਵੇਂ ਸਾਈਪਰੋ ਹੈਪਟਾਰਨ ਜਿਵੇਂ ਜੇਸੀ ਪੱਤਾ ਦੇ ਦਾਂਗੇ ਤਿੰਨ ਤੋਂ ਪਤਾ ਲੱਗ ਜੂ ਉਹਦਾ ਬਸ ਸਸਤੀ ਬੜੀ ਚੀਜ਼ ਆ ਯਾਰ ਬੋਡੀ ਬਣਾਉਣ ਲਈਦਾ ਮੋਟੇ ਹੋਣ ਲਈ ਫਿਰ ਉਹ ਪੀਸ ਕੇ ਦੇਣਗੇ ਨਾ ਉਹਨੂੰ ਬਾਰਡਰ ਫਾਰਮ ਬਣਾ ਕੇ ਦੇਣਗੇ ਇਸ ਚੀਜ਼ ਨੂੰ ਤੇ ਇਸ ਕਰਕੇ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਕਈਆਂ ਨੂੰ ਲੱਗੂਗਾ ਵੀ ਅਸੀਂ ਵੀ ਸਾਡੇ ਬਾਰੇ ਦਾ ਬੋਲ ਰਿਹਾ ਬਟ ਨਹੀਂ ਬਹੁਤ ਚੰਗੇ ਲੋਕ ਨੇ ਜਿਸ ਜੀ ਡੈਕਸੋਨਾ ਯੂਜ਼ ਹੁੰਦੀ ਹੈ ਆਸਟ੍ਰੇਲੀਆ ਵੀ ਕਰਦੇ ਨੇ ਉਗੀ ਮੈਡੀਸਨ ਦਾ ਡਾਕਟਰ ਨੂੰ ਤਾਂ ਕਿਸੇ ਚੀਜ਼ ਲਈ ਬਣੀ ਆ ਨਾ ਉਹ ਉਹ ਆਸਟ੍ਰੇਲੀਆ ਯੂਜ਼ ਕਰਦੇ ਵੀ ਨੇ ਪਰ ਕਈ ਹਾਂ ਦੇਖੋ ਹੁਣ ਕਸਟਮਰ ਭਾਜੀ ਲੈਣ ਜਾਊਗਾ ਇਹ ਤਾਂ ਕੈਨੇਡਾ ਅਮਰੀਕਾ ਦਾ ਹੈ ਨਹੀਂ ਵੀ ਕਸਟਮਰ ਕੋਈ ਦੁਕਾਨ ਤੇ ਗਿਆ ਬੰਦਾ ਵੀ ਯਾਰ ਡੋਲੋ ਦੀ ਗੋਲੀ ਦੇ ਦੇ ਕਹੂਗਾ ਡਾਕਟਰ ਸਲਿੱਪ ਦੇ ਯਾਰ ਤਾਂ ਦਊਗਾ ਤੈਨੂੰ ਮੈਂ ਇਹ ਤਾਂ ਤਾਂ ਹੈ ਨਹੀਂ ਉਹ ਤਾਂ ਤੁਸੀਂ ਤਾਂ ਜੇ ਮੰਨ ਲਓ 10 ਕਸਟਮਰ ਖੜੇ ਆ ਉਹਦੇ ਮੈਡੀਕਲ ਸਟੋਰ ਤੇ ਤੇ ਪਿੱਛੇ ਤੁਸੀਂ ਹੱਥ ਲੰਬਾ ਕਰ ਗੋਹੋਗੇ ਨਾ ਉਹ ਯਾਰ ਮੈਨੂੰ 10 ਡੱਬੇ ਚਾਹੀਦੇ ਡੋਲੋ ਦੇ ਉਹ ਗੋਗੋ ਯਾਰ ਸਾਰੇ ਪਿੱਛੇ ਕਰ ਪਹਿਲਾਂ ਨੂੰ ਅੱਗੇ ਬੁਲਾ ਬਿジネス ਇੰਡੀਆ ਇੰਡੀਆ ਇਥੇ ਵੀਨਸ ਦੇਖਦੇ ਨੇ ਵੀ ਕਿਹੜਾ ਦਵਾਈ ਵੱਧ ਲੈ ਕੇ ਜਾ ਰਿਹਾ ਮੇਰੇ ਕੋਲ ਇਹ ਪਾਜੀ ਅਮਰੀਕਾ ਕੈਨੇਡਾ ਨੀਗਾ ਵੀ ਤੂੰ ਗੋਲੀ ਲਖਾ ਕੇ ਲੈ ਗਿਆ ਫਿਰ ਤੈਨੂੰ ਰეკਮੈਂਡ ਜੇ ਤੈਨੂੰ ਰეკਮੈਂਡ ਕੀਤੀ ਡਾਕਟਰ ਨੇ ਫਿਰ ਤੈਨੂੰ ਦੇਣੀ ਆ ਸੀ ਪਾਜੀ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਹਾਂ ਜੀ ਨੈਕਸ ਕਰਦੇ ਹੋ ਉਹ ਤੁਹਾਡੇ ਉਹ ਤੁਹਾਡੇ ਦਿਮਾਗ 'ਚ ਕੀ ਚੱਲਦਾ ਹੁੰਦਾ ਵੈਲਿਊ ਪੰਪਿੰਗ ਅਪ ਸ਼ੋਅਿੰਗ ਸਮਵਨ ਕਿ ਹਾਂ ਕੀ ਤੁਹਾਡੇ ਮਾਈਂਡ 'ਚ ਉਸ ਟਾਈਮ ਹੁੰਦਾ ਪਰਫਾਰਮੈਂਸ ਕਰਦੇ ਟਾਈਮ ਪੰਜਵੇਂ ਤੁਹਾਨੂੰ ਗੱਲ ਦੱਸਾਂ ਸਾਡੇ ਨੇਟੂ ਭਾਈ ਸੀਗੇ ਔਰ ਅਜੇ ਮਲੇ ਜਾਣਦੇ ਹੋਊਂਗੇ ਉਹ ਉਹਨਾਂ ਕੋਲ ਐਕਸਲ ਆਈਆ ਉੱਥੇ ਸਹੀ ਗਾਈਡੈਂਸ ਮਿਲਿਆ ਰਗੂਪਾ ਜੀ ਉੱਥੇ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਟ੍ਰੇਨ ਕੀਤਾ ਉਸ ਟਾਈਮ ਰਗੂ ਰਾਜ ਸ਼ਰਮਾ ਮਿਸਟਰ ਇੰਡੀਆ ਰਹਿ ਚੁੱਕੇ ਭਾਜੀ ਉਹਨਾਂ ਨੇ ਮੈਨੂੰ ਟ੍ਰੇਨ ਕੀਤਾ ਉਸ ਟਾਈਮ ਮੇਰੇ ਵੱਡੇ ਬ੍ਰਦਰ ਦੇ ਫਰੈਂਡ ਸੀ ਇਹ ਉਹ ਤੇ ਉਦੋਂ ਭਾਜੀ ਜੁਪਲੇ ਮੈਂ ਟ੍ਰੇਨਿੰਗ ਹੁੰਦਾ ਸੀਗਾ ਤੇ ਭਾਜੀ ਨੇ ਇੱਕੋ ਗੱਲ ਸਿਖਾਈ ਸੀ ਵੀ ਜਦੋਂ ਵੀ ਕੰਪੀਟੀਸ਼ਨ ਖੜਨ ਜਾਣਾ ਨਾ ਸਟੇਜ ਨੂੰ ਇੰਜੋਏ ਕਰਨ ਜਾਣਾ ਮਤਲਬ ਜਿੱਤਨ ਲਈ ਨਹੀਂ ਜਾਣਾ ਹੈਗਾ ਜੇ ਤੇਰੀ ਆਪੇ ਹੋ ਜਾਣੀ ਹੈ ਤੇ ਮੈਂ ਜਿੰਨੀ ਵਾਰ ਵੀ ਸਟੇਜ ਤੇ ਚੜਿਆ ਨਾ ਬਾਜੀ ਮੈਂ ਇੰਜੋਏ ਕਰਨੇ ਚੜਿਆ ਤਾਂ ਤੁਸੀਂ ਮੇਰੀ ਫੈਮਿਲੀ ਨੂੰ ਕਦੀ ਮਿਲੂਗੇ ਨਾ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਇਹ ਜਦੋਂ ਸਿੰਗਾਪੁਰ ਮਿਸਟਰੀ ਏਸ਼ੀਆ ਖੇਡਣ ਗਿਆ ਸੀਗਾ ਇਹਨੂੰ ਕਿੰਨੀ ਕੁ ਐਕਸਾਈਟਮੈਂਟ ਸੀ ਵੀ ਜਿੱਤਣ ਦੀ ਕੰਪੀਟੀਸ਼ਨ ਦੀ ਉਹ ਕਹਣ ਗਿਆ ਇਹ ਤਾਂ ਇਹ ਚੀਜ਼ ਤੋਂ ਪਾਗਲ ਹੋਇਆ ਸੀਗਾ ਵੀ ਮੈਂ ਗੋਰਿਆਂ ਜਾਇ ਖੜਨਾ ਵਾ ਬਸ ਇੱਕ ਫੋਟੋ ਹੋ ਜਾਏ ਵੀ ਇੱਧਰ ਵੀ ਗੋਰੇ ਖੜੇ ਇੱਧਰ ਖੜੇ ਗੱਲਾਂ ਇੰਡੀਅਨ ਵਿੱਚ ਖੜਾ ਵਾ ਬਸ ਮੈਨੂੰ ਇਹ ਸੀਗਾ ਵੀ ਵਿੱਚ ਮੈਂ ਖੜਾ ਵਾਂ ਜਿਤਨਾ ਹਰਨਾਂ ਦਾ ਭਾਈ ਦੇਖੋ ਇੱਕ ਨਹੀਂ ਆ ਠੀਕ ਹੈ ਮੈਡਲ ਤੱਕ ਨੂੰ ਪਰ ਜਦੋਂ ਉੱਥੇ ਲਾਈਟਸ ਚੱਲੀਆਂ ਉਹ ਪੰਜ ਪਲੇਅਰ ਖੜੇ ਸੀਗੇ ਟੌਪ 3 ਕੱਢਣੇ ਸੀ ਉਹਨਾਂ ਨੇ ਜਦੋਂ ਉਹਨਾਂ ਨੇ ਟੈਗ ਨੰਬਰ 101 ਫਰੋਮ ਇੰਡੀਆ ਬੋਲਿਆ ਤੇ ਇੱਕਦਮ ਮੇਰੇ ਤੇ ਲਾਈਟ ਪਈ ਤੇ ਮੈਂ ਪੂਰਾ ਇਮੋਸ਼ਨਲ ਹੋ ਗਿਆ ਤੇ ਮੇਰੇ ਪੂਰੀ ਬਾਡੀ ਦੇ ਸ਼ਿਵਰਿੰਗ ਸਟਾਰਟ ਤੇ ਸਾਹਮਣੇ ਭਾਜੀ ਬੈਠੇ ਸੀਗੇ ਉਹ ਵੀ ਦੇਖ ਰਹੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਕਿਹਾ ਵੀ ਕਾਮਨਾ ਇਹ ਜੀ ਮੈਂ ਇੰਜੋਏ ਕੀਤਾ ਬੜੀ ਸਟੇਜ ਨੂੰ ਹਮੇਸ਼ਾ ਇੰਜੋਏ ਕੀਤਾ ਬਰ ਹਮੇਸ਼ਾ ਹੀ ਮੈਡਲ ਲੈ ਕੇ ਆਇਆ ਪਰ ਮੈਂ ਜਿੰਨ ਲਈ ਕਦੀ ਨਹੀਂ ਸਟੇਜ ਚੜਿਆ ਮੈਨੂੰ ਸਿਗਾ ਵੀ ਹਰ ਹਰ ਮੁੰਡਾ ਕਰੋ ਮਿਹਨਤ ਆਦੇ ਭਗਤ ਉਹ ਕਿਤੇ ਦਾਸ਼ ਇਸ ਦਾਸ਼ ਅਸ਼ੀਰਵਾਦ ਹੈਗਾ ਬਿਲਕੁਲ ਬਿਲਕੁਲ ਕਿਤੇ ਦਾਸ਼ ਅਸ਼ੀਰਵਾਦ ਬੋਡੀ ਬਿਲਡਿੰਗ ਦੇ ਵਿੱਚ ਬਹੁਤ ਹੈ ਨੋਲੇਜ ਲੋਕਾਂ ਨੂੰ ਹੈ ਨਹੀਂ ਕੁਝ ਲੈ ਕੇ ਬੈਠੇ ਹੋਣੇ ਬੈਠੇ ਹੋਣੇ ਕੋਲ ਕੋਈ ਜਾਗ ਕੇ ਰਾਜੀ ਨਹੀਂ ਤੁਹਾਡਾ ਕੀ ਕਹਿਣਾ ਬੋਡੀ ਬਿਲਡਿੰਗ ਦਾ ਫਿਊਚਰ ਕਿੱਥੇ ਜਾ ਰਿਹਾ ਪਾਜੀ ਫਿਊਚਰ ਤਾਂ ਬਹੁਤ ਬ੍ਰਾਈਟ ਆ ਪਾਜੀ ਪਰ ਜੇ ਅਸੀਂ ਚਾਹੀਏ ਅਸੀਂ ਚਾਹੀਏ ਪਾਜੀ ਦਨਮ ਕਿਸਾ ਜੇ ਮੱਚ ਬੱਚੇ ਦੋ ਦੋ ਤਿੰਨ ਤਿੰਨ ਮਹੀਨੇ ਛੇ ਮਹੀਨੇ ਜਿਮ ਲਗਾਉਂਦੇ ਆ ਠੀਕ ਆ ਉਸ ਤੋਂ ਬਾਅਦ ਜਿਮ ਹਟ ਕੇ ਕਿਤੇ ਹੋਰ ਜਾਂਦੇ ਆ ਜੇ ਮਟ ਕੇ ਕਿਤੇ ਹੋਰ ਜਾਂਦੇ ਆ ਜੇ ਮਟ ਕੇ ਕਿਤੇ ਹੋਰ ਜਾਂਦੇ ਆ ਕਹਿੰਦੇ ਕੀ ਨੇ ਇੱਥੇ ਬੋਡੀ ਨਹੀਂ ਬਣੀ ਉੱਥੇ ਚਲਦੇ ਆ ਉੱਥੇ ਬੋਡੀ ਨਹੀਂ ਬਣੀ ਉੱਥੇ ਚਲਦੇ ਆ ਕਦੀ ਕਿਸੇ ਜਿਮ ਦੇ ਕੋਚ ਨੇ ਮੈਂ ਦਾਅਵੇ ਨਾ ਕਹਿਣਾ ਬਾਜੀ ਮੈਂ ਹਰੇਕ ਬੱਚੇ ਨੂੰ ਸਟੋਰਨ ਨੂੰ ਇਹੀ ਗੱਲ ਕਹਿਣਾ ਵਾ ਵੀ ਬੇਟਾ ਬੋਡੀ ਤੇਰੀ ਤੇਰੀ ਡਾਈਟ ਨਾਲ ਤੇਰੇ ਕੋਚ ਨਾਲ ਤੇਰੀ ਐਕੂਰੇਸੀ ਨਾਲ ਬੰਨਨੀ ਆ ਤੇਰੀ ਬੋਡੀ ਜੀਮਾਂ ਦੀਆਂ ਮਸ਼ੀਨਾਂ ਨਾਲ ਨਹੀਂ ਬੰਨਨੀ ਅੱਜ ਕੱਲ ਬੱਚੇ ਕੀ ਕਰਦੇ ਨੇ ਬਾਜੀ ਉਹ ਜਿੰਮ ਜਿੰਮ ਇੰਪੋਰਟੈਂਟ ਮਸ਼ੀਨਾਂ ਆਈਆਂ ਨੇ ਇੰਪੋਰਟੈਂਟ ਮਸ਼ੀਨਾਂ ਨਾਲ ਬਾਜੀ ਬੋਡੀ ਖਿੱਚ ਕੇ ਬਣਾ ਦਨੀ ਆ ਕਦੀ ਇਹ ਰੋਨੀ ਕੋਲਮਨ ਦੀਆਂ ਜਾਂ ਜੈਕਲਰ ਦੀਆਂ ਵੀਡੀਓ ਨਹੀਂ ਦੇਖਦੇ ਬੱਚੇ ਵੀ ਉਹ 52 52 ਸਾਲ ਦੇ ਹੋ ਗਏ ਕੁੱਡੇ ਕੁੱਡੇ ਪ੍ਰੋ ਬੋਡੀ ਬਿਲਡਰ ਨੇ ਉਹ ਵੀ ਤੁਹਾਡੇ ਵਰਗੇ ਪੱਚ ਬੱਚੇ ਬੱਚਿਆਂ ਦੇ ਪਿੱਛੇ ਲੱਗ ਜਾਣ ਫੈਨ ਹੁੰਦਾ ਸਾਹੀ ਪ੍ਰੋਪਰ ਪ੍ਰੋਪਰ ਇਕੁਪਮੈਂਟ ਬਿਲਕੁਲ ਬਿਲਕੁਲ ਬਾਜੀ ਆਨੇ ਕੱਬੇ ਲੋਹੇ ਦੇ ਜਿਹਨੂੰ ਕਹਿੰਦੇ ਲੋਹਾ ਹਾਂ ਨਿਗਰ ਲੋਹੇ ਨੂੰ ਅੱਜਕੱਲ ਤੇ ਰਬਰਸ ਚੱਲ ਗਏ ਆ ਬਿਲਕੁਲ ਮਤਲਬ ਬੱਚੇ ਬਣਾਵਟ ਤੇ ਜਾ ਰਹੇ ਨੇ ਬਾਜੀ ਕੁਛ ਨਹੀਂ ਗਾ ਰੀਲਸ ਪਾਉਂਦੇ ਨੇ ਬਸ ਸਾਡੀ ਰੀਲਸ ਸੋਣੀ ਆਣੀ ਚਾਹੀਦੀ ਆ ਬਾਜੀ ਰੀਲਸ ਹੀਲਸ ਤੇ ਤਾਂ ਮੈਂ ਚੱਕਰ ਤੋਂ ਮੈਨੂੰ ਗੱਲ ਯਾਦ ਆਈ ਕਿ ਅੱਜਕੱਲ ਦੇ ਜਿਮ ਦੇ ਵਿੱਚ ਨਾ 45 ਮਿੰਟ ਦਾ ਵਰਕਆਊਟ ਦਾ ਟਾਈਮ ਹੈ ਉਹ ਟਾਈਮ ਹੈ ਲੇਕਿਨ 2 ਘੰਟੇ ਦਾ ਪਹੁੰਚ ਰਿਹਾ ਸਿਰਫ ਰੀਲਸ ਕਰਕੇ ਵਰਕਆਊਟ ਲਗਾ ਜਾਂਦਾ ਹੈ ਨਾ ਮੈਂ ਦੇਖਦਾ ਇੱਕ ਸੈੱਟ ਲਗਾਣਗੇ ਫੋਟੋ ਕਿਚਨ ਦੇ ਦੂਸਰੇ ਸੈਟ ਕਹਾਂਗੇ ਰੀਲ ਬੇਜਿੰਗ ਉਹਨੂੰ ਕਹਿੰਦੇ ਭਰਾ ਮੇਰੀ ਰੀਲ ਬਣਾ ਦੇ ਐਦਾ ਬੋਡੀ ਕਿਵੇਂ ਬਣ ਜੇਗਾ ਭਾਜੀ ਅਸੀਂ ਜਦੋਂ ਵਰਕਆਊਟ ਲਉਂਦੇ ਸੀਗੇ ਹੁਣ ਤਾਂ ਚਲੋ ਆਪਣਾ ਬੋਡੀ ਨੂੰ ਮੈਂਟੇਨ ਰੱਖ ਰਹੇ ਆ ਲਾਈਫ ਇੰਨੀ ਬਿਜ਼ੀ ਹੋ ਚੁੱਕੀ ਆ ਬਿਜ਼ਨਸ ਕਰਕੇ ਵੀ ਟਾਈਮ ਨਹੀਂ ਨਿਕਲ ਰਿਹਾ ਪਰ ਅਸੀਂ ਫਿਰ ਵੀ 1 ਘੰਟਾ ਜਣਾ ਵਰਕਆਊਟ ਵਧੀਆ ਲਾ ਲੀਦਾ ਅਸੀਂ ਸਟੌਪ ਵਾਚ ਨਾਲ ਵਰਕਆਊਟ ਲਉਂਦੇ ਹੁੰਦੇ ਸੀਗੇ ਹਮ ਬੱਚੇ ਕਰਦੇ ਨੇ ਸੈਟ ਲਗਾਇਆ ਹੋਰ ਸਨਾਵਰ ਕੀ ਗੱਲ ਆ ਅੱਛਾ ਉੱਥੇ ਗਿਆ ਸੀਗਾ ਅੱਛਾ ਮੇਰੀ ਫੋਟੋ ਖਿੱਚ ਦੇ ਕੇ ਯਾਰ ਯਾਰ 1 ਮਿੰਟ ਨਾ ਮੈਂ ਬੈਕ ਲਾਉਣ ਯਾਰ ਤੂੰ ਲਾਤਾ ਬਾਈ ਸਾਹਿਬ ਰਿਆਮਾ ਤੂੰ ਬੈਕ ਕੇ ਵਿੱਚ ਐਡ ਕਰ ਲਈ ਉਹ ਯਾਰ ਇੱਕ ਨਾ ਵੀਡੀਓ ਬੋਣੀ ਬਾਜ ਭੁੱਲ ਜਾਣਾ ਆਪਾਂ ਇਦਾਂ ਹੀ ਹੁੰਦਾ ਨਾ ਮਾਜੀ ਅਸੀਂ ਕੀ ਕਰਦੇ ਸਟਾਪਵਾਚ ਲਾਉਂਦੇ ਸੀ ਜੇ ਇੱਕ ਮਿੰਟ ਦੇ ਉੱਤੇ ਸਟਾਪਵਾਚ ਔਨ ਕਰਨੀ ਸਾਈਡ ਤੇ ਬਹਿ ਜਾਣਾ ਰੈਸਟ ਲੈਣੀ ਪੂਰਾ ਰਿਲੈਕਸ ਹੋ ਕੇ ਰਿਲੈਕਸ ਉਹ ਯਾਰ ਇੱਕ ਸੈਕਿੰਡ ਉੱਪਰ ਹੋ ਗਿਆ ਬੰਦ ਕਰਨਾ ਨਾਲ ਹੀ ਸੈੱਟ ਸ਼ੁਰੂ ਕਰ ਦੇਣਾ ਬੋਡੀ ਮਾਜੀ ਕਿੱਥੋਂ ਰਿਕਵਰ ਹੋਗੀ ਬੱਚਿਆਂ ਦੀ ਬੱਚੇ ਕਹੀ ਕਹਿੰਦੇ ਨੇ ਭਾਜੀ ਡਾਈਟ ਵੀ ਉਹਦੇ ਲੈ ਰਹੇ ਆ ਸੀ ਸਰੀ ਬੋਡੀ ਰਿਕਵਰ ਨਹੀਂ ਕਰੀ ਬੋਡੀ ਰਿਕਵਰ ਹੋਣੀ ਨਹੀਂ ਬਾਜੀ ਪੰਜ ਪੰਜ ਮਿੰਟ ਦੇ ਤੁਸੀਂ ਰੈਸਟ ਲੈ ਰਹੇ ਹੋ ਕਹਿੰਦੇ ਆ ਡੇਢ ਦੋ ਘੰਟੇ ਜੋ ਵਰਕਆਊਟ ਕੰਪਲੀਟ ਕਰ ਰਹੇ ਆ ਤੇ ਬੋਡੀ ਤਾਂ ਬਾਜੀ ਨਹੀਂ ਰਿਕਵਰ ਹੋ ਸਕਦੀ ਨਾ ਅੱਛਾ ਸਟੀਰੋਇਡ ਜਿਹੜੇ ਹੈ ਉਹ ਤੋਂ ਨੂੰ ਇਹ ਇੱਕ ਮਿਸ ਅੰਡਰਸਟੈਂਡਿੰਗ ਹੈ ਕਿ ਸਟੀਰੋਇਡ ਨਾਲ ਮੇਰੇ ਵਾਲ ਛੜਨ ਲੱਗ ਗਏ ਮੇਰਾ ਟੈਸਟ ਲੈਵਲ ਵੀਕ ਹੋਣ ਲੱਗ ਗਿਆ ਕੋਈ ਕਹਿੰਦਾ ਹੈ ਕਿ ਮੇਰੇ ਇੱਕ ਪ੍ਰੋਬਲਮ ਆ ਰਹੀ ਹੈ ਮਤਲਬ ਸੱਚ ਹੈ ਕਿ ਸਟੀਰੋਇਡ ਨਾਲੇ ਪ੍ਰੋਬਲਮਸ ਆਂਦੀ ਬਾਜੀ ਆ ਬਾਲਾਂ ਨੂੰ ਰੱਸੀ ਨਾ ਬੰਨ ਲਓ ਤੇ ਗੱਡੀ ਨਾ ਖਿਚਾ ਲਓ ਇਹ ਕੀ ਹੈ ਚੀਜ਼ਾ ਮਤਲਬ ਇਹ ਤਾਂ ਭਾਜੀ ਗੱਲਾਂ ਹੀ ਨਹੀਂ ਤੁਸੀਂ ਬੱਚੇ ਕੀ ਕਰਦੇ ਨੇ ਗਲਤੀਆਂ ਜਿਹੜੇ ਛੋਟੇ ਛੋਟੇ ਕੋਚ ਬਣੇ ਅੱਜਕੱਲ ਛੋਟੇ ਛੋਟੇ ਕੋਈ ਤੁਸੀਂ ਜਾਣਦੇ ਹੋ ਨਾ 6-6 ਮਹੀਨੇ ਵਾਲੇ ਮੁੰਡੇ ਜਿੰਮ ਲਾ ਕੇ ਉਹ ਟ੍ਰੇਨਰ ਬਣ ਗਏ ਉਹਨੇ ਇੱਕ ਵਾਰ ਬਸ ਕੋਚ ਦੇ ਬੈਗ ਚ ਦੇਖ ਲਿਆ ਕੋਈ ਸਮਾਨ ਪਿਆ ਅੱਛਾ ਇਹ ਆ ਉਹ ਫਿਰ ਜਾਊਗਾ ਸਪਲੀਮੈਂਟ ਸਟੋਰ ਦੇ ਬਾਜੀ ਆ ਮਿਲ ਜੂ ਹਾਂ ਮਿਲ ਜੂ ਤਾਂ ਦੇ ਦੂਗਾ ਭਾਜੀ ਅੱਛਾ ਉਹ ਫਿਰ ਐਕਸਪੈਰੀਮੈਂਟ ਨੇ ਬੱਚਿਆਂ ਦੇ ਭਾਜੀ ਛੋਟੇ ਛੋਟੇ ਬੱਚਿਆਂ ਦੇ 16-16 ਸਾਲ ਦੇ ਬੱਚਾ 18-18 ਸਾਲ ਦੇ ਬਿਗਨਰਸ ਤੇ ਐਕਸਪੈਰੀਮੈਂਟ ਨੇ ਜਿਨ੍ਹਾਂ ਨਾਲ ਬੱਚਿਆਂ ਨੂੰ ਸਾਈਡ ਇਫੈਕਟਸ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਕੋਚ ਨੂੰ ਨੋਲਿਜ ਹੀ ਨਹੀਂ ਬੱਚੇ ਨੂੰ ਪੀਸੀਡੀ ਨਹੀਂ ਪਤਾ ਬਾਜੀ ਅੱਜ ਵੀ ਕਈ ਅੱਜ ਵੀ ਕਈ ਕੇਸ ਇਹੋ ਜਿਹੇ ਹੁੰਦੇ ਆ ਲੋਕੀ ਕਹਿੰਦੇ ਪੀਸੀਡੀ ਨਾਲ दारू ਪੀ ਲੋ ਵਾਸ਼ ਆਊਟ ਜਿਹਨੂੰ ਵਾਸ਼ ਆਊਟ ਦਾ ਨਾਮ ਦਿੱਤਾ ਸੀਗਾ ਅੱਛਾ ਤੂੰ ਵਾਸ਼ ਆਊਟ ਕਰਨਾ ਬੈਗ ਲੈ ਆ ਲੈ ਕਰ ਬੀਅਰ ਪੀ ਲੈ ਕਰ ਅਗਲਾ ਕੁਸਟ ਭਾਜੀ ਇਹ ਹੀ ਸੀ ਕਿ ਮੁੰਡੇ ਮੈਂ ਬਹੁਤ ਦੇਖਿਆ ਹੈ ਯਾਂ ਤਾਂ ਜਿੰਮ ਦੇ ਵਿੱਚ ਚੈਨੀ ਖਣੀ ਯੂਜ਼ ਕਰਦੇ ਆ ਜਿੰਨ ਤੋਂ ਬਾਅਦ ਬੜੇ ਲੋਕ ਬਾਅਦ ਬੜੇ ਲੋਕ ਕੇ ਸਮੋਕਿੰਗ ਜਾਂ ਬੀਅਰ ਜਾਂ ਡਰਿੰਕ ਪ੍ਰੈਫਰ ਕਰਦੇ ਆ ਇਹ ਫਿਟਨੈਸ ਇੰਡਸਟਰੀ ਇੰਡਸਟਰੀ ਕਿਦਨੋ ਜਾ ਰਹੀ ਹੈ ਭਾਜੀ ਮੈਂ ਵੀ ਕਈ ਵਾਰ ਨਾ ਕੰਪੀਟੀਸ਼ਨਸ ਤੇ ਜਾਣਾ ਹੁੰਦਾ ਮੈਨੂੰ ਸਮਝ ਨਹੀਂ ਲੱਗਦੀ ਅਸੀਂ ਭਾਜੀ ਬੋਡੀ ਸਟਰਟ ਕਰਦੇ ਆ ਆਪਣੀ ਯਾਰ 1 ਵੀਕ ਸਾਡਾ ਹੁੰਦਾ ਵਾ ਅਸੀਂ ਬੋਡੀ ਸਟਰਟ ਕਰਦੇ ਆ ਮਤਲਬ ਜਿਹੜੀ ਚਾਹੀ ਹੋਰੀ ਸਟਰਟ ਕਰ ਸਕਦੇ ਆ ਅਸੀਂ ਬੋਡੀ ਨੈਚੁਰਲ ਤਰੀਕੇ ਨਾਲ ਉੱਚ ਕੋਈ ਅਸੀਂ ਕੋਈ ਹਜੇ ਸਪਲੀਮੈਂਟ ਲੈ ਕੇ ਨਹੀਂ ਅਸੀਂ ਨੈਚੁਰਲ ਤਰੀਕੇ ਦੇ ਪੀਕ ਵੀਕ ਤੁਸੀਂ ਪ੍ਰੋਪਰ ਤਰੀਕੇ ਨਾਲ اپنی बॉडी ਦਾ ওয়াটার ਤੁਸੀਂ ਕਢਣਾ ਹੋਏ ਨਾ ਬੋਡੀ ਚੋਂ ਤੇ ਨਿਕਲ ਜਾਂਦਾ ਭਾਜੀ ਠੀਕ ਹੈ ਡਰਾਈ ਕਰ ਸਕਦੇ ਬੋਡੀ ਨੂੰ ਅਸੀਂ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਬੱਚੇ ਕਿੱਧਰ ਨੂੰ ਜਾਈ ਜਾਂਦੇ ਪੈਨੇ ਲੈ ਕੇ ਵਰਕਆਊਟ ਲਾਉਂਦੇ ਆ ਕਹਿੰਦੇ ਸਾਨੂੰ એનર્ਜੀ ਮਿਲਦੀ ਆ ਮੈਂ ਕਿਸੇ ਜਿਮ ਚ ਗਿਆ ਸੀਗਾ ਜਿਮ ਦਾ ਨਾਮ ਹੀ ਲੈਣਾ ਕਿਉਂਕਿ ਸਾਰੇ ਛੋਟੇ ਭਰਾ ਨੇ ਆਪਣੇ ਹਨਾ ਨਵੇਂ-ਨਵੇਂ ਜਿਮ ਚਲਾਉਂਦੇ ਨੇ ਮਨੂੰ ਕਿਹਾ ਮੈਂ ਕਹਾਂ ਯਾਰ ਮੈਂ ਤੇਰੇ ਵਾਸ਼ਰੂਮ ਕਰਨ ਗਿਆ ਸੀਗਾ ਜਿਮ ਚ ਤੇ ਯੂਰੀਨ ਪੋਰਟ ਦੇ ਵਿੱਚ ਚੈਨੀ ਖਨੀਆਂ ਪਈਆਂ ਸੀ ਕਿੰਨੀਆਂ ਬੜੀਆਂ ਤੇ ਮੈਂ ਕਿਹਾ ਕੀ ਆ ਉਹ ਮੈਨੂੰ ਹੱਸ ਕੇ ਬੋਲਿਆ ਜਿਓ ਦੇਖੋ ਜਿਮ ਦਾ ਕੋਚ ਹੱਸ ਕੇ ਕਹਿ ਰਿਹਾ ਵਾ ਹੋ ਪਾੜੀ ਯਾਰ ਇਹਦਾ ਪ੍ਰੀ ਵਰਕਆਊਟ ਇਹਨਾਂ ਦਾ ਇੱਕ ਜਿਮ ਦਾ ਮਾਲਕ ਇਹ ਜੀ ਗੱਲ ਕਰੂਗਾ ਭਾਜੀ ਅਸੀਂ ਕਿੰਨੂੰ ਸਮਝਾਵਾਂਗੇ ਅਸੀਂ ਦੇ ਮਾਲਕ ਵੀ ਉਹ ਨੇ ਜਿਨ੍ਹਾਂ ਨੂੰ ਖੁਦ ਨੋਲੇਜ ਪਤਾ ਨਹੀਂ ਕਦੇ ਜਿਮ ਨਹੀਂ ਲਾਇਆ ਨਹੀਂ ਲਾਇਆ 4 ਪੈਸੇ ਇਕੱਠੇ ਕੀਤੇ ਬਿਲਕੁਲ ਮੈਂ بڑے ਐਸੇ بڑے ਐਸੇ ਜਿਮ ਓਨਰਾਂ ਨੂੰ ਜਾਣਦਾ ਮੈਂ ਵੀ ਨਾਂ ਨਹੀਂ ਲੈਣਾ ਕਿਸੇ ਦਾ ਕਿਸੇ ਦਾ ਲੱਕੜ ਦਾ ਕੰਮ ਕਿਸੇ ਦਾ ਫਰਨੀਚਰ ਦਾ ਕੰਮ ਹੈ ਨਾ ਕਿਸੇ ਦਾ ਇਲੈਕਟ੍ਰੋਨਿਕ ਦਾ ਕੰਮ ਹੈ ਕਿਸੇ ਦਾ ਕੋਈ ਹੋਰ ਬਿਜ਼ਨਸ ਹੈ ਕੋਈ ਪ੍ਰਾਪਰਟੀ ਵਾਲਾ ਹੈ ਬਟ 4 ਪੈਸੇ ਲਾ ਕੇ ਜਿਮ ਖੋਲਿਆ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਡੇ ਬਾਏ ਡੇ ਹੁਣ ਮੈਂ ਦੱਸਦਾ ਬਾਜੀ ਇਹਦਾ ਰੀਜ਼ਨ ਕੀ ਆ ਪੈਸਾ ਐਡੀ ਵੱਡੀ ਚੀਜ਼ ਬਣ ਚੁੱਕੀ ਆ ਬਾਜੀ ਵੀ ਬੰਦਾ ਕਿਸ ਦੀ ਜਾਨ ਨੂੰ ਦੇਖਦਾ ਨਹੀਂ ਵੀ ਮੈਂ ਮੈਂ ਉਹਦੀ ਜਾਨ ਵੀ ਲੈ ਰਿਆ ਹਾਂ ਅੱਜ ਨਹੀਂ ਤਾਂ 5 ਸਾਲ ਬਾਅਦ 5 ਸਾਲ ਨਹੀਂ 10 ਸਾਲ ਬਾਅਦ ਪਰ ਜੀ ਮੈਂ ਵਾਂ ਮੈਂ ਨਵਾਂ ਬਿਗਨਰ ਸਟੂਡੈਂਟ ਆ ਮੈਂ ਟੁੱਟੂ ਜੇ ਕਿਸੇ ਜਿਮ ਚ ਲੱਗ ਗਿਆ ਜਿਮ ਬਹੁਤ ਸੋਨਾ ਬਣਾ ਲਿਆ ਬੰਦੇ ਨੇ ਜੀ ਲਾਈਟਿੰਗ ਲੂਟਿੰਗ ਲਾ ਕੇ ਮੈਂ ਕਹਿੰਦਾ ਐਂਡ ਕਰਾਤਾ ਜਿਮ ਵਧੀਆ ਠੀਕ ਆ ਮੈਂ ਵੀ ਗਿਆ ਹਾਂ ਯਾਰ ਜਿਮ ਬੜਾ ਘੈਂਟ ਬਣਾਇਆ ਉੱਥੇ ਚਲਦੇ ਆ ਉਹਨੂੰ ਨੌਲੇਜ ਤੇਲੇ ਦੀ ਨਾ ਹੋਵੇ ਠੀਕ ਆ ਪਰ ਮੈਨੂੰ ਨਹੀਂ ਨਾ ਪਤਾ ਉਹਨਾਂ ਨੌਲੇਜ ਨਹੀਂ ਹੈਗੀ ਮੈਂ ਤਾਂ ਦੇਖੂਗਾ ਯਾਰ ਹਾਂ 40 50 ਲੱਖ ਰੁਪਏ ਬੰਦੇ ਨੇ ਜਿਮ ਤੇ ਲਾਤਾ ਵੀ ਇਹ ਤਾਂ ਮੈਨੂੰ ਚੀਜੂ ਵਧੀਆ ਦਊਗਾ ਬੋਡੀ ਵਧੀਆ ਬਣਾ ਦੋ ਮੇਰੀ ਪਰ ਬਲਿ ਮੇਰੀ ਸਿਹਤ ਨਾਲ ਖੇਡੂ ਜਦੋਂ ਉਹ ਮੈਂ ਉਸੇ ਦਿਨ ਦਾ ਮਰਨ ਨਹੀਂ ਲੱਗਿਆ ਜਾਂ ਉਸੇ ਦਿਨ ਦਾ ਬਿਮਾਰੀ ਲੱਗਨ ਨਹੀਂ ਲੱਗੀ ਸਾਲ ਦੋ ਸਾਲ ਤਿੰਨ ਸਾਲ ਚਾਰ ਸਾਲ ਪੰਜ ਸਾਲ ਨੂੰ ਲੱਗੂਗੀ ਤੇ ਪਤਾ ਮੈਂ ਕੀ ਸੋਚਣਾ ਵਾ ਉਹ ਯਾਰ ਦੋ ਦਿਨ ਪਹਿਲਾਂ ਫੈਮਲੀ ਨਾਲ ਬਾਹਰ ਖਾਣ ਗਏ ਸੀ ਨਾ ਰਿਸ਼ੀ ਦੇ ਉਹ ਲੱਗਦਾ ਉਹਨੇ ਮੈਦੇ ਨੇ ਕੰਮ ਖਰਾਬ ਕਰਤਾ ਉਹਤੇ ਕਰਕੇ ਮੈਨੂੰ ਫੋਡ ਪੋਇਜ਼ਨਿੰਗ ਹੋ ਗਈ ਇਹ ਨਹੀਂ ਪਤਾ ਹੈਗਾ ਉਹ ਜਿਹੜੀਆਂ ਕਿਡਨੀਆਂ ਦੇ ਇਫੈਕਟ ਪਿਆ ਨਾ ਉਹ ਜਿਹੜਾ ਉਹਨੇ ਚਾਰ ਸਾਲ ਪਹਿਲਾਂ ਦੱਸਤਾ ਜੀ ਉਹਨੇ ਹੌਲੀ ਹੌਲੀ ਸਾਡੇ ਚੀਜ਼ ਨੂੰ ਖਾਦਾ ਕੈਂਸਰ ਇੱਕਦਾਂ ਉਹ ਨਹੀਂ ਬਣਦਾ ਬਾਜੀ ਕੈਂਸਰ ਹੌਲੀ ਹੌਲੀ ਬਣਦਾ ਵਾ ਇਹ ਛੋਟੇ ਬੱਚਿਆਂ ਨੂੰ ਦੇਖਣਾ ਚਾਹੀਦਾ ਵਾ ਵੀ ਤੁਸੀਂ ਵਧੀਆ ਜਿਮ ਦੇਖ ਕੇ ਨਾ ਜਾਇਆ ਕਰੋ ਇੱਕ ਪ੍ਰੋਫੈਸ਼ਨਲ ਕੋਚ ਨੂੰ ਦੇਖ ਕੇ ਜਾਇਆ ਕਰੋ ਇੱਕ ਪ੍ਰੋਫੈਸ਼ਨਲ ਕੋਚ ਨੂੰ ਤੁਸੀਂ ਜਿਮ ਨਾ ਦੇਖੋ ਮਸ਼ੀਨਾਂ ਪੁਰਾਣੀਆਂ ਕਿ ਨਵੀਆਂ ਨੇ ਏਸੀ ਲੱਗਿਆ ਕਿ ਨਹੀਂ ਲੱਗਿਆ ਜਿਮ 'ਚ ਬੜੇ ਕੁਐਸਚਨ ਨੇ ਬਈ ਅੱਜਕੱਲ ਬੱਚਿਆਂ ਦੇ ਭਾਜੀ ਜਿਮ 'ਚ ਏਸੀ ਲੱਗਿਆ ਮੈਨੂੰ ਕਈ ਵਾਰ ਇਨਕੁਆਰੀ ਹੁੰਦੀਆਂ ਨੇ ਥੋੜੇ ਜਿਮ 'ਚ ਏਸੀ ਹੈਗਾ ਨਾ ਮੈਂ ਕੰਨੀ ਮੇਰੇ ਜਿਮ 'ਚ ਏਸੀ ਨਹੀਂਗਾ ਮੇਰੇ ਘਰੇ ਲੱਗਾ ਪਰ ਪਹਿਲਾਂ ਦੰਡ ਹਵਾ ਲਗਾਵਾਂਗੇ ਫਿਰ ਅਗੈ ਏਸੀ ਲਾਉਣੀ ਆ ਮਤਲਬ ਬੱਚੇ ਨੂੰ ਕੀ ਹੋ ਰਿਹਾ ਕਿੱਧਰ ਨੂੰ ਜਾ ਰਹੇ ਨੇ ਇਹ ਬਜੀ ਇੱਕ ਸਾਡਾ ਟਾਈਮ ਸੀ ਕਿ ਅਸੀਂ ਮੈਂ ਪਰਸਨਲੀ ਆਪਣੀ ਗੱਲ ਕਰਾਂਗਾ ਕਿ ਉਸ ਟਾਈਮ ਲਾਈਟ ਬਹੁਤ ਜਾਂਦੀ ਸੀ ਤੇ ਜਨਰੇਟਰ ਜਾਂ ਇਨਵਰਟਰ ਬਹੁਤ ਕੋਸਟਲੀ ਹੁੰਦੇ ਸੀ ਮਤਲਬ ਅਫੋਰਡ ਕਰਨਾ ਜਿੰਮ ਵਾਲੇ ਨੂੰ ਮੁਸ਼ਕਿਲ ਤੇ ਮੇਰੇ ਜਿੰਮ ਦੇ ਵਿੱਚ ਮੇਰੇ ਕੋਚ ਨੇ ਕੁਝ ਨਹੀਂ ਲਵਾਇਆ ਸੀ ਮੈਂ 4-5 4-5 ਵਜੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਲਾਈਟ ਬੰਦ ਦੇ ਵਿੱਚ ਮੋਮਬੱਤੀ ਦੇ ਵਿੱਚ ਅਕਸਰ ਆਈ ਸੀ ਵਾਹ ਦੇਖੋ ਅੱਜ ਦੇ ਕੱਲ ਦੇ ਅੱਜ ਦੇ ਕੱਲ ਦੇ ਮੁੰਡੇ ਜਿੰਮ ਚ ਏਸੀ ਨਾ ਹੋਵੇ ਤਾਂ ਕਹਿੰਦਾ ਬਾਹਰ ਭੱਜਣ ਨੂੰ ਕਰਦਾ ਕਿ ਨਹੀਂ ਯਾਰ ਭਾਜੀ ਮੈਂ ਮੁੰਡਿਆ ਮਗਰ ਲਾ ਕੇ ਆ ਲਾਸਟ ਵੀਕ ਆਪਣੇ ਜਿਮ ਚ 에ਅਰ ਕੂਲਿੰਗ ਸਿਸਟਮ ਲਵਾਇਆ ਮੈਂ ਕਿਹਾ ਮੈਂ ਏਸੀ ਨਹੀਂ ਲਗਵਾਨੀ ਕਿਉਂਕਿ ਮੈਂ ਬਹੁਤ ਜਗ੍ਹਾ ਇੰਟਰਵਿਊ ਚ ਵੀ ਕਹਿ ਚੁੱਕਾ ਵਾਂ ਬੇ ਚੀਜ਼ਾਂ ਸਿਹਤ ਨੂੰ ਖਰਾਬ ਕਰਦੀਆਂ ਨਹੀਂ ਮੈਂ ਤਾਂ ਘਰੇ ਨਹੀਂ ਲਾਉ ਕਰਦਾ ਭਾਜੀ ਪਰ ਹੁਣ ਬੱਚੇ ਛੋਟੇ ਨਹੀਂ ਰਿਹਾ ਹੁੰਦਾ ਭਾਜੀ ਬੱਚਿਆਂ ਨੂੰ ਆਸ ਬੈ ਚੁੱਕੀ ਆ ਪਰ ਅਸੀਂ ਘਰੇ ਵੀ ਏਸੀ 27 28 ਡਿਗਰੀ ਤੇ ਹੀ ਚਲਾਉਂਦੇ ਆ ਜਿੰਨੀ ਮਰਜ਼ੀ ਗਰਮੀ ਪੈ ਜੇ ਅਸੀਂ ਨਿਊਨ ਨੂੰ ਕੱਟ ਕਰਦੇ ਬਟ ਮੈਂ ਬੱਚਿਆਂ ਨੂੰ ਜਿਮ ਚ ਕਹਿਣਾ ਵੀ ਮੈਂ ਵਰਕਆਊਟ ਬਿਨਾ ਪੱਖੇ ਤੋਂ ਲੋਣਾ ਵਾ ਤੁਸੀਂ ਪੱਖੇ ਚ ਤਾਂ ਲਾ ਸਕਦੇ ਹੋ ਪਰ ਨਹੀਂ ਉਹ ਹਟ ਜਾਂਦੇ ਨੇ ਦੂਜੀ ਗੱਲ ਦੇਖੋ ਅੱਜ ਕੱਲ ਬੱਚੇ ਸਟਿਕਨਸ ਬਿਲਕੁਲ ਵੀ ਵੀ ਤੁਸੀਂ ਕਹਿੰਦੇ ਤੁਸੀਂ ਸਟਿਕ ਨਹੀਂ ਹੋ ਸਕਦੇ ਬੱਚਾ ਨਾ ਤੁਸੀਂ ਗੁੱਸੇ 'ਚ ਬੋਲ ਨਹੀਂ ਸਕਦੇ ਉਹਨਾਂ ਨੂੰ ਸਾਡਾ ਟਾਈਮ ਸੀ ਨਾ ਲੈਗ ਸਕੁਆਅ ਜੁ ਲਾਉਂਦੇ ਸੀਗੇ ਬਾਜੀ ਨੀਟੂ ਬਾਜੀ ਬੈਡ ਚੱਕ ਲੈਂਦੇ ਸੀਗੇ نیچے ਨਹੀਂ ਜਾ ਰਹੇ ਨਾ ਅਸੀਂ ਪ੍ਰੋਪਰ ਬਾਜੀ ਕਵੰਟਲ weight ਉੱਤੇ ਮੋਢਿਆਂ ਤੇ ਤੇ ਉਹਨਾਂ ਨੂੰ ਕਿੰਨਾ ਯਕੀਨ ਹੁੰਦਾ ਸਟੂਡੈਂਟਸ ਦੇ ਆਪਣੇ ਵੀ ਯਾਰ ਜੇ ਮੈਂ ਇਹਦੇ ਪਿੰਨਿਆਂ ਦੇ ਬੈਲਟ ਮਾਰੂੰਗਾ ਰੋੜ ਸੁੱਟੂਗਾ ਨਹੀਂ ਇਹ ਭਰੀ ਪਿੰਨੀਆਂ ਲਾਲ ਹੋ ਜਾਂਦੇ ਸੀਆਂ ਦੋ ਦਰਮੀਆਂ ਨੀਲ ਬਹਿ ਜਾਂਦੇ ਸੀਗੇ ਤੇ ਅਸੀਂ ਉਹ ਚੰਡੇ ਸੀ ਤੇ ਅਸੀਂ ਅੱਜ ਮਿਸਟਰ ਰੇਸ਼ੀਆ ਬਣੇ ਆ ਭਾਜੀ ਮੈਂ ਵੀ ਆਪਣੇ ਜਿੰਮ ਦੇ ਟਾਈਮ ਦੇ ਉੱਪਰ ਮੇਰੇ ਜੋ ਦੋ ਸਟੂਡੈਂਟਸ ਸਹੀ ਵਰਕਆਊਟ ਨਹੀਂ ਲਾਂਦੇ ਸੀ ਮੈਂ ਵੀ ਬੈਲਟਾ ਮਾਰਦਾ ਸੀ ਕੋਈ ਬੋਲਦਾ ਨਹੀਂ ਸੀ ਅਗਲਾ ਫਿਰ ਵੀ ਕਹਿੰਦਾ ਸੀ ਭਾਜੀ ਤੁਸੀਂ ਮੇਰੇ ਗੁਰੂ ਆ ਨਾ ਅੱਜ ਦੇ ਟਾਈਮ ਤੇ ਜਿੰਮ ਦੇ ਵਿੱਚ ਤੁਸੀਂ ਬੰਦੇ ਕਾਹਦੀ ਮਾਰਦੇ ਨਾ ਓਏ ਤੂੰ ਆ ਗਲਤ ਲਾਸੀ ਜਿੰਮ ਛੱਡ ਕੇ ਦੂਜੀ ਬਿਲਕੁਲ ਭਾਜੀ ਮੈਂ 2020 ਤੱਕ ਭਾਜੀ ਬੈਲਟਾ ਮਾਰ ਕੇ ਮੈਂ ਐਕਸਲ ਲਵਾਈ ਆ ਪੇਸ਼ੀਅਸ ਨੇ ਪਰਸਨਲ ਟ੍ਰੇਨਿੰਗ ਦੇ ਵਿੱਚ ਮੈਂ ਬੈਲਟਾਂ ਮਾਰਦਾ ਰਿਆਂ ਹੁਣ ਵੀ ਮੇਰੇ ਟ੍ਰੇਨਿੰਗਾਂ ਬਹੁਤ ਨੇ ਮੇਰੇ ਕੋਲੇ ਠੀਕ ਐ ਬਟ ਮੈਂ ਹੁਣ ਮੈਂ ਬੈਲਟ ਨਹੀਂ ਚੱਕਦਾ ਬਾਜੀ ਹੁਣ ਬੈਲਟ ਚੱਕਣ ਦਾ ਸਮਾਂ ਗਿਆ ਬਾਜੀ ਕਿਉਂਕਿ ਬੈਲਟ ਚੱਕ ਵੀ ਲਵਾਂਗੇ ਨਾ ਇਹ ਮੁੱਲ ਪਉਣ ਵਾਲਾ ਬਾਜੀ ਪਲੇਅਰ ਨਹੀਂ ਰਿਹਾ ਬਾਜੀ ਸਗਾ ਪਹਿਲੇ ਬੈਲਟ ਹੁਣ ਵੀ ਚੱਕ ਲਾਂਗੇ ਨਾ ਜਿਹੜੇ ਪੀ.ਟੀ. ਦੇ ਮੁੰਡੇ ਨਹੀਂ ਕੁਝ ਕਹਿਣਗੇ ਕਈ ਮੁੰਡੇ ਹਜੇ ਸਟੂਡੈਂਟ ਹੈਗੇ ਨੇ ਵੀ ਉਹ ਸਾਡੇ ਮੂਰੇ ਨਹੀਂ ਬੋਲਣਗੇ ਉਹ ਕਹਿਣਗੇ ਭਾਈ ਸਾਡੇ ਚੰਗੇ ਨਹੀਂ ਮਾਰ ਲਿਆ ਪਰ ਪਲੇਅਰ ਸਖਾ ਨਹੀਂ ਰਿਹਾ ਭਾਜੀ ਭਾਜੀ ਸਗੇ ਭਾਜੀ ਸਗੇ ਪਲੇਅਰ ਤੋਂ ਯਾਦ ਆਇਆ ਕਿ ਕਈ ਦਿਨਾਂ ਦਾ ਇਦਾਂ ਹੋਇਆ ਤੁਸੀਂ ਇੱਕ ਬੰਦੇ ਨੂੰ ਪੂਰੀ ਜੀ ਜਾਣ ਲਾ ਕੇ ਮਿਹਨਤ ਲਾ ਕੇ ਉਹਦੀ ਬੋਡੀ ਬਣਾਤੀ ਹੈ ਐਂਡ ਦੇ ਟਾਈਮ ਤੇ ਉਹ ਤੁਹਾਨੂੰ ਛੱਡ ਕੇ ਕਿਸੇ ਹੋਰ ਕੋਚ ਕੋ ਚਲਾ ਗਿਆ ਤੇ ਸਾਰਾ ਕ੍ਰੈਡਿਟ ਉਹਦੇ ਕੋਲ ਚਲਾ ਗਿਆ ਕਿ ਇਹਨੇ ਮੈਰੀ ਬੋਡੀ ਬਣਾਈ ਭਾਜੀ ਮੈਂ ਤੁਹਾਨੂੰ ਇਹ ਦੱਸਾਂ ਵੀ ਕੋਈ ਇਦਾਂ ਰਿਹਾ ਕਿ ਇਹ ਦੱਸਾਂ ਵੀ ਕੋਈ ਇਦਾਂ ਦਾ ਪਲੇਅਰ ਰਿਹਾ ਹੀ ਨਹੀਂ ਵੀ ਜਿਹੜਾ ਮੇਰਾ ਰਿਹਾ ਹੋਵੇ ਮੈਂ ਬਹੁਤ ਪਲੇਅਰ ਤਿਆਰ ਕੀਤੇ ਭਾਜੀ ਤੁਸੀਂ ਮੇਰੇ ਪੁਰਾਣੀਆਂ ਪੋਸਟਾਂ ਦੇਖਿਓ ਮੈਂ ਇੱਟ ਜਿਹੜੇ ਤਗੜੇ ਮੁੰਡੇ ਕੀਤੇ ਆ ਵੀ ਮੇਰੇ ਬਾਈਸਾਪ ਛੋਟੇ ਹੋ ਗਏ ਸੋ ਨਾ ਮਰੇ। ਉਹ ਸਾਰੇ ਭੱਜ ਗਏ। ਕਾਰਨ ਕਾਰਨ ਹਾਂ। ਕਰਨ ਕੋਈ ਇੱਕ ਸੀ ਭਾਜੀ। ਨਾਮ ਨਹੀਂ ਲਵਾਂਗੇ। ਕਰਨ ਕੋਈ ਇੱਕ ਸੀਗਾ। ਉਹਨੇ ਪਤਾ ਨਹੀਂ ਪੁਰਾਣੀ ਪਲੈਨਿੰਗ ਸੀ ਉਹਦੇ ਮਨ 'ਚ। ਬੇਦੇ ਮੁੰਡੇ ਕਿਸ ਤਰੀਕੇ ਨਾਲ ਤੋੜਨੇ ਆ। ਕਿਸੇ ਨਾ ਕਿਸ ਤਰੀਕੇ ਨਾਲ। ਉਹਨੇ ਉਹਨਾਂ ਨੂੰ ਕਹਿਣਾ ਵੀ ਤੇਰੇ ਟੈਸਟ ਕਰਾ ਦੰਨੇ ਆ। ਤੈਨੂੰ ਖਰਾਬ ਕਰਦਾ ਵਾ। ਉਹਨੂੰ ਦੂਜੇ ਨੂੰ ਕਹਿਣਾ ਮੀਟਿੰਗਾਂ ਰੱਖਣੀਆਂ ਬੁਲਾਉਣੇ ਸਾਰੇ ਇਕੱਠੇ ਕਰਨੇ ਇਹੋ ਜਿਹੀ ਗੱਲਾਂ ਚ ਬੰਦੇ ਆਏ ਉਹ ਗਰੁੱਪ ਹੋਲੀਲੀ ਕਰਕੇ ਸਾਰਾ ਟੁੱਟ ਗਿਆ ਅੱਜ ਬੁਲਾਉਂਦਾ ਗਰੁੱਪ ਮੈਨੂੰ ਪਿੱਛੇ 2 ਸਾਲ ਬਿਲਕੁਲ ਬਾਈਗੜ ਰਿਹਾ ਮੈਂ ਆਪਾਂ ਕਿਸੇ ਨੂੰ ਬੁਲਾਇਆ ਨਹੀਂ ਆਪਾਂ ਲਾਈਫ ਚ ਮਸਤ ਰਹੇ ਆ ਉਹ ਵੀ ਮਸਤ ਰਹੇ ਨੇ ਹੁਣ ਗਰੁੱਪ ਬੁਲਾਉਂਦਾ ਵਾਂ ਪਰ ਭਾਜੀ ਧਾਗਾ ਟੁੱਟ ਜਾਂਦਾ ਨਾ ਜਦੋਂ ਜਦੋਂ ਗੱਠ ਪੈ ਜਾਂਦੀ ਆ ਉਹ ਧਾਗਾ ਨਹੀਂ ਬਣਦਾ ਬਿਲਕੁਲ ਸਹੀ ਜਿਵੇਂ ਮੈਂ ਅੱਜਕੱਲ ਦੇਖਿਆ ਨਾ ਸੁਸਾਇਟੀ ਦੇ ਵਿੱਚ ਕੁੜੀਆਂ ਮੁੰਡੇ ਕਮਨ ਨੇ ਸੇ ਜਿੰਮ ਚ ਇਕੱਠੇ ਆਖ ਖੇਸਲਾ ਨੇ ਪਾਰਟੀਆਂ ਤੇ ਇਕੱਠੇ ਜਾਣੇ ਹਨ ਕਿਸੇ ਵੀ ਇੰਡਸਟਰੀ ਦੇ ਵਿੱਚ ਅੱਜ ਕੱਲ ਕੁੜੀਆਂ ਜੋਬ ਵੀ ਕਰ ਰਹੀਆਂ ਮੁੰਡਿਆਂ ਦੇ ਨਾਲ ਬਰਾਬਰ ਹੋ ਸਾਡਾ ਇੱਕ ਲੋਟਾ ਮੈਸੇਜ ਜਿਵੇਂ ਦੇਖਿਆ ਜਿਵੇਂ ਦੇਖਿਆ ਜੋ ਜਿਮ ਤਾਂ ਇੱਕ ਹੈ ਲੇਕਿਨ ਡਿਵਾਈਡ ਬਾਕੇ ਉਹਨੂੰ ਕੁੜੀਆਂ ਦਾ ਅਲੱਗ ਤੇ ਮੁੰਡਿਆਂ ਦਾ ਅਲੱਗ ਕੀਤਾ ਐਦਾਂ ਕਿਉਂ ਅ ਤੁਸੀਂ ਭਾਜੀ ਤੁਸੀਂ ਵੀ ਲੋਂਦੇ ਰਹੇ ਹੋ ਮੈਂ ਵੀ ਲੋਂਦਾ ਰਿਹਾ ਯੂਨੀਸੈਕਸ ਜਿੰਬੀ ਆਪਾਂ ਲਾਈ ਹੋਏ ਨੇ ਹਨ ਕਿਤੇ ਵੀ ਜਾਣੇ ਆ ਸਾਡਾ ਨਾ ਸ਼ੁਰੂ ਤੋਂ ਇੱਕ ਚੀਜ਼ ਸੀਗੀ ਵੀ ਜਿਮ ਅਲੱਗ ਹੋਵੇ ਕੁੜੀਆਂ ਦਾ ਉਹਦਾ ਰੀਜ਼ਨ ਸੀ ਭਾਜੀ ਇੱਕ ਜਦੋਂ ਜਿਹੜੀ ਫਿਟਨੈਸ ਇੰਡਸਟਰੀ ਨੂੰ ਜਾਂ ਫਿਟਨੈਸ ਜਸਟਿਸ ਕੁੜੀਆਂ ਹੈਗੀਆਂ ਨੇ ਫਿਜ਼ਿਕਸ ਹੋਣੀ ਆ ਜਾਂ ਅਸੀਂ ਕਈ ਕੁੜੀਆਂ ਬਹੁਤ ਫਿਟ ਕਰਦੀਆਂ ਬਹੁਤ ਐਡਵਾਂਸ ਨੇ ਉਹਨਾਂ ਨੂੰ ਕਈਆਂ ਨੂੰ ਹੁੰਦਾ ਸ਼ੀਸ਼ੇ 'ਚ ਆਪਣੀ ਫਿਜ਼ਿਕ ਦੇਖਣ ਦਾ ਉਹਨਾਂ ਨੂੰ ਕਿਸੇ ਮੁੰਡੇ ਨਾਲ ਕੋਈ ਇਤਰਾਜ ਨਹੀਂ ਹੁੰਦਾ ਕੋਈ ਸਾਨੂੰ ਦੇਖ ਰਿਆ ਨਹੀਂ ਦਿਖ ਰਿਆ ਕਿਉਂਕਿ ਉਹਨਾਂ ਨੇ ਫਿਜ਼ਿਕ ਬਣਾਈ ਉਸ ਕਰਕੇ ਹੁੰਦੀ ਹੈ ਵੀ ਸਾਨੂੰ ਲੋਕ ਦੇਖਣ ਸਾਡੀ ਫਿਟਨੈਸ ਨੂੰ ਦੇਖਣ ਹਨਾ ਪਰ ਬਹੁਤ ਕੁੜੀਆਂ ਪਾਰੀ ਕਰਦੀਆਂ ਹੈ ਜਿਹੜੀਆਂ ਨੇ ਘਰੇਲੂ ਨੇ ਹਾਊਸ ਵਾਈਫ ਨੇ ਕਈ ਕੁੜੀਆਂ ਦਾ ਹੈ ਜ ਨੇੜੇ ਅ ਟਰੈਕ ਸੂਟ ਵੀ ਜਿਮ ਚ ਆ ਕੇ ਹੀ ਚੇਂਜ ਕਰਦੀਆਂ ਨੇ ਘਰੋਂ ਸਲਵਾਰ ਸੂਟ ਪਾ ਕੇ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਤੇ ਮੇਰੇ ਮੇਰੇ ਕੋਲ ਅੱਜ ਵੀ ਕੁੜੀਆਂ ਆਉਂਦੀਆਂ ਨੇ ਘਰੋਂ ਸਲਵਾਰ ਸੂਟ ਪਾ ਕੇ ਆਉਂਦੀਆਂ ਨੇ ਉਹਨਾਂ ਦੇ ਘਰੇ ਟਰੈਕ ਸੂਟ ਤੱਕ ਵੀ ਅਲਾਉਡ ਨਹੀਂ ਬਾਜੀ ਲੋਅ ਟੀ-ਸ਼ਰਟ ਦੇਖੋ ਦੁਨੀਆ ਕਿੱਥੇ ਆ ਬਟ ਉਹਨਾਂ ਦੇ ਘਰੇ ਨਹੀਂ ਲਾਉ ਚਲੋ ਆਪਣੇ ਆਪਣੇ ਘਰ ਦੀਆਂ ਗੱਲਾਂ ਨੇ ਹੋਵੇ ਹੁਣ ਬਟ ਕਈ ਜਿੰਮਾਂ ਦੇ ਵਿੱਚ ਜਾਂ ਮੇਰੇ ਜਿਮ ਚ ਵੀ ਗੱਲੋਂ ਕਈ ਮੁੰਡੇ ਸ਼ਰਾਰਤੀ ਅਜੇ ਆਉਂਦੇ ਨੇ ਜਿਹੜੇ ਜਨ ਦੇਖਦੇ ਨੇ ਕਿਉਂਕਿ ਕਈ ਹੈਲਦੀ ਕੁੜੀਆਂ ਹੁੰਦੀਆਂ ਨੇ ਜਦੋਂ ਕੋਈ ਵੀ ਮਾਊਂਟੇਨ ਕਲੰਬਿੰਗ ਜਾਂ ਮੈਟ ਵਰਕਆਊਟ ਲਾਉਂਦਿਆਂ ਨੇ ਉਹਨਾਂ ਦਾ ਟੋਪ ਥੋੜਾ ਚੱਕਿਆ ਜਾਂਦਾ ਉੱਤੋਂ ਦੀ ਫਿਰ ਉਹਨਾਂ ਦਾ ਕੋਈ ਵਿਜੀਬਲ ਕੋਈ ਪਾਰਟ ਵਿਜੀਬਲ ਹੋ ਜਾਂਦਾ ਬੋਡੀ ਦਾ ਸਿਰ ਉੱਥੇ ਮੁੰਡੇ ਸ਼ੀਸ਼ੇ ਧੰਬਸਾਰੇ ਜਿਮ ਵਿੱਚ ਲੱਗੇ ਹੁੰਦੇ ਨੇ ਠੀਕ ਹੈ ਮੈਂ ਸਾਰੇ ਵੱਲ ਧਿਆਨ ਨਹੀਂ ਦੇ ਸਕਦਾ ਪਰ ਕੁੜੀ ਦੀ ਸਿਕਸੈਸ ਬਹੁਤ ਏਹ ਹੁੰਦੀ ਬਾਜੀ ਜਿਸ ਕੁੜੀ ਦਾ ਟੋਪ ਚੱਕਿਆ ਜਾਊਗਾ ਨਾ ਉਹ ਪਹਿਲਾਂ ਸ਼ੀਸ਼ੇ 'ਚ ਹੀ ਦੇਖਦੀ ਹੁੰਦੀ ਹੈ ਮੈਨੂੰ ਕੌਣ-ਕੌਣ ਦੇਖ ਰਿਹਾ ਤੇ ਉਹ ਇਸ ਚੀਜ਼ ਨੂੰ ਚੰਗਾ ਨਹੀਂ ਸਮਝਦੀ ਫਿਰ ਉਹ ਕੁੜੀਆਂ ਉਹ ਜਿਮ ਨੂੰ ਨਾ ਨਹੀਂ ਪਸੰਦ ਕਰਦੀਆਂ ਉਹ ਸੈਪਰੇਟ ਬੰਗਦੇ ਸੀ ਬੀਸਾਨੂੰ ਸੈਪਰੇਟ ਜਿਮ ਚਾਹੀਦਾ ਵਾ ਇਹ ਅਸੀਂ ਸੜਕੋ ਜਗ੍ਹਾ ਬਹੁਤ ਸਗੀ ਅਸੀਂ ਵਿੱਚ ਪਾਰਟੀਸ਼ਨ ਕਰਦੀ ਅਸੀਂ ਇੱਕ ਸੈਪਰੇਟ ਜਿਮ ਨਾਤਾ ਇਧਰ ਲੇਡੀਜ਼ ਦਾ ਇਧਰ ਬੁਆਇਸ ਦਾ ਬਹੁਤ ਵਧੀਆ ਬਹੁਤ ਵਧੀਆ ਬਾਜੀ ਕਿਉਂਕਿ ਬਾਡੀ ਸ਼ੇਮਿੰਗ ਅੱਜ ਦੇ ਟਾਈਮ ਤੇ ਬਹੁਤ ਹਾਈ ਲੈਵਲ ਤੇ ਹੋ ਚੁੱਕੀ ਹੈ ਨਹੀਂ ਅਸੀਂ ਅ ਦੇਖੋ ਸੰਸਕਾਰੀ ਸਾਰੇ ਹੁੰਦੇ ਨੇ ਪਰ ਸਾਡੇ ਫੈਮਿਲੀ ਨੇ ਸ਼ੁਰ ਤੋਂ ਇਹ ਸੰਸਕਾਰ ਸਿਖਾਏ ਆ ਵੀ ਅਸੀਂ ਉਹ ਸ਼ਾਰਟ ਟੌਪ ਆ ਪਾ ਕੁੜੀਆਂ ਨੂੰ ਨਹੀਂ ਘੁਮੋਣਾ ਜਾਂ ਸ਼orts ਬਾਗੇ ਸਾਡੇ ਕੁੜੀਆਂ ਨਹੀਂ ਨਿਕਲਦੀਆਂ ਉਗੀ ਬੇਸਿਕਲੀ ਅਸੀਂ ਰਾਮ ਵਖਤ ਹੁੰਦੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਅਸੀਂ ਰਾਮ ਵਖਤ ਆ ਰਾਮ ਜੀ ਨੇ ਸਾਨੂੰ ਮਰਿਆਦਾ ਚ ਰਹਿਣਾ ਸਿਖਾਇਆ ਵਾ ਅਸੀਂ ਜੀਨ ਟੋਪ ਨੂੰ ਨਹੀਂ ਰੋਕਦੇ ਦੇਖੋ ਅਸੀਂ ਬਿਲਕੁਲ ਵੀ ਉਹਨਾਂ ਦੀ ਜਿਹੜੇ ਡ੍ਰੀਮਸ ਦੇਖੋ ਹਰ ਕੁੜੀ ਦਾ ਹੁੰਦਾ ਨਾ ਵੀ ਮੈਂ ਵੀ ਜੀਨ ਟੋਪ ਆਵਾ ਮੈਂ ਵੀ ਆਪਣੇ ਵਾਲਾਂ ਨੂੰ ਜਿਵੇਂ ਕੁੜੀਆਂ ਅੱਜ ਕੱਲ ਕਰਾਉਂਦੀਆਂ ਰਿਬਾਉਂਡਿੰਗ ਵਗੈਰਾ ਹਨ ਅਸੀਂ ਨਹੀਂ ਰੋਕਦੇ ਪਰ ਅਸੀਂ ਇਹ ਚੀਜ਼ ਨੂੰ ਅਲਾਉ ਨਹੀਂ ਕਰਦੇ ਮੈਂ ਜਿਮ ਚ ਵੀ ਕੁੜੀਆਂ ਨੂੰ ਕਹਿੰਦਾ ਕਈਆਂ ਨੂੰ ਕਈ ਕੁੜੀਆਂ ਬਾਗੇ ਹੁੰਦੀਆਂ ਤੁਸੀਂ ਕਿਨੂੰ ਦਿਖਾ ਰਹੇ ਹੋ ਕੱਲ ਨੂੰ ਵਿਆਹ ਨਹੀਂ ਕਰਾਉਣੀ ਕਿ ਬਦਸਮਣ ਉਹ ਜਾ ਮਿਲ ਗਿਆ ਫਿਰ ਤੁਹਾਡਾ ਉਹਦਣਾ ਕਲੇਸ਼ ਇਸ ਟੌਪਿਕ ਤੇ ਹੋਊਗਾ ਜੇ ਮੇਰੇ ਨਾਲ ਮਿਲ ਕੇ ਫਿਰ ਤਾਂ ਪੱਕੇ ਹੋਊਗਾ ਮੈਂ ਤਾਂ ਨਹੀਂ ਪਾਉਂਦਾ ਇਸ ਚੀਜ਼ ਨੂੰ ਸਾਡੇ ਦਾ ਸੋਚ ਮਿਲ ਗਈ ਆਪਸ ਚ ਕਿਉਂਕਿ ਉਹ ਵੀ ਨਹੀਂ ਪਾਉਂਦੀ ਸੀ ਇਹਦੇ ਤਾਂ ਮੇਰੇ ਇਨ-ਲੋਸ ਦੇ ਵਿੱਚ ਤਾਂ ਜੀਨ ਟੋਪ ਵੀ ਨਹੀਂ ਲਾਉ ਸੀ ਮੇਰੇ ਫਾਦਰ ਨੇ ਲੋ ਨਹੀਂ ਕਰਦੇ ਸੀਗੇ ਜਦੋਂ ਉਹ ਵਾਕਿਆਈ ਉਹਦੋਂ ਜੀਨ ਟੋਪ ਪਾਉਣਾ ਸ਼ੁਰੂ ਕੀਤਾ ਸੀਗਾ ਬਟ ਹੁਣ ਇਹ ਜਦੋਂ ਇਹਨੇ ਪਾਇਆ ਮੇਰੇ ਛੋਟੇ ਸਾਲੀ ਨੇ ਪਾਉਣ ਲੱਗੀਆਂ ਉਸ ਤੋਂ ਬਾਅਦ ਉਹ ਉਹ ਕੁੜੀਆਂ ਪਾਉਣ ਲੱਗੀਆਂ ਵੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਇੰਨਾ ਤਾਂ ਬੱਚਾ ਨੂੰ ਨਹੀਂ ਕਰਨਾ ਚਾਹੀਦਾ ਕੀ ਅੱਜ ਕੱਲ ਦੀ ਜਿਹੜੀ ਫੈਡਰੇਸ਼ਨ ਆ ਪਹਿਲਾਂ ਇੱਕ ਦੀ ਫੈਡਰੇਸ਼ਨ ਹੁੰਦੀ ਸੀ ਅੱਜ ਕੱਲ ਫਿਟਨੈਸ ਦੇ ਆ ਫੈਡਰੇਸ਼ਨ ਬਹੁਤ ਬਣ ਗਏ ਆ ਤੇ ਮੈਨੂੰ ਸੁਣਨ ਚ ਆਇਆ ਕਿ ਜੱਜਿੰਗ ਦੇ ਟਾਈਮ ਤੇ ਵੀ ਤੇ ਫੈਡਰੇਸ਼ਨ ਕੁਛ ਨਾ ਕੁਛ ਧੋਖੇ ਕਰ ਰਹੀਆਂ ਕਰ ਵੀ ਰਹੀਆਂ ਨੇ ਭਾਜੀ ਤੇ ਮੇਰੇ ਨਾਲ ਹੋਇਆ ਵੀ ਆ ਕੁਐਸਚਨ ਤੁਸੀਂ ਬਹੁਤ ਵਧੀਆ ਪੁੱਟ ਕੀਤਾ ਵਾ ਇੱਕ ਹੁੰਦਾ ਕਰ ਰਹੀਆਂ ਇੱਕ ਹੁੰਦਾ ਵੀ ਉਹ ਤੁਹਾਡੇ ਸਾਹਮਣੇ ਬੰਦਾ ਬੈਠਾ ਜਿਹਨਾਂ ਧੋਖਾ ਹੋਇਆ ਵਾ ਅੱਛਾ ਅੱਛਾ ਇੰਡੀਆ ਬਣਿਆ ਸੀ ਭਾਜੀ 2016 ਚ ਉਸ ਤੋਂ ਬਾਅਦ ਸੋਚਿਆ ਸੀ ਵੀ ਆਫ ਕਰੀਏ ਤੋ ਤਿੰਨ ਸਾਲ ਹੋ ਗਏ ਬੋਡੀ ਨੂੰ ਸਟਾਰਟ ਕੀਤਾ ਆ ਵੀ ਫੈਮਿਲੀ ਨੂੰ ਥੋੜਾ ਟਾਈਮ ਦੇਈਏ ਬਟ ਆਫਰ ਆ ਗਈ ਸੀ ਹੰਗਰੀ ਦੀ ਮਿਸਟਰ ਵਰਡ ਦੀ ਮੈਂ ਕਿਹਾ ਤਿਆਰੀ ਤਾਂ ਹੈਗੀ ਆ ਥੋੜੀ ਜਿਹੀ ਹੋਰ ਮਹੀਨੇ ਦੋ ਮਹੀਨੇ ਦੀ ਮਿਹਨਤ ਕਰਾਂਗੇ ਤੇ ਹੰਗਰੀ ਦਾ ਵੀ ਮੈਡਲ ਲਿਆਵਾਂਗੇ ਤੇ ਨਾਲੇ ਸ਼ੌਂਕ ਬੜਾ ਸੀ ਬਾਹਰ ਜਾਣ ਦਾ ਨਾ ਸ਼ੁਰੂ ਤੋਂ ਬਾਹਰ ਖੇਡ ਕੇ ਹੋਣਾ ਵਾ 13 ਪਲੇਅਰ ਸਿਲੈਕਟ ਕੀਤੇ ਸੀ ਇਹਨਾਂ ਨੇ ਪੰਜਾਬ ਚੋਂ ਨਹੀਂ ਇੰਡੀਆ ਚੋਂ ਪੂਰੇ ਚੋਂ ਜਿਹੜੇ ਦੋ ਪੰਜਾਬ ਦੇ ਪਲੇਅਰ ਸੀਗੇ ਇੱਕ ਮੈਆ ਸੀਗਾ ਇੱਕ ਗਵੰਟੀ ਵੀਰਾ ਸੀਗਾ ਹਾਂ ਸ਼ਹਿਰਪੁਰ ਦੇ ਭਾਜੀ ਨੇ ਬਹੁਤ ਪਿਆਰਾ ਭਾਜੀ ਨੇ ਆਪਣਾ ਤੇ ਅਸਾਂ ਨੂੰ ਦਿੱਲੀ ਬੁਲਾਇਆ ਉਹਨਾਂ ਨੇ ਦਿੱਲੀ ਸਾਰੇ ਪਲੇਅਰ ਉੱਥੇ ਇਕੱਠੇ ਹੋਏ ਮੈਂ ਇਦਾਂ ਦੀ ਸ਼ਰਟ ਪਾ ਕੇ ਗਈ ਕੈਸੀ ਬਲੈਕ ਕਲਰ ਦੀ ਤੇ ਫਾਰਮਲ ਡਰੈਸ ਚ ਕਿ ਮੈਨੂੰ ਤਾਂ ਸੀਗਾ ਇੰਟਰਵਿਊ ਉੱਥੇ ਉਹਨਾਂ ਨੇ ਇੰਟਰਵਿਊ ਮੌਸਮ ਨਾ ਗਿਆ ਉੱਥੇ ਫਾਰਮ ਬਹੁਤ ਸੋਹਣੀ ਸੀ ਉਸ ਟਾਈਮ ਵੀ ਮੇਰੀ ਇਹਨੇ 2 ਮਹੀਨੇ 1.5-2 ਮਹੀਨੇ ਪੇਸੀ ਕੰਪੀਟੀਸ਼ਨ ਨੂੰ ਹੰਗਰੀ ਵਾਲੇ ਨੂੰ ਸਾਨੂੰ ਉੱਥੇ ਇਹਨਾਂ ਨੇ ਬੁਲਾਇਆ ਕਹਿੰਦੇ ਵੀ ਤੁਹਾਡੀ ਉੱਥੇ ਇੰਟਰਵਿਊ ਹੈ ਤਾਂ ਤੇ ਤੁਹਾਡੇ ਉੱਥੇ ਹੀ ਲੈਟਰ ਲੂਟਰ ਕੋ ਮਿਲਨੀ ਆ ਨੇ ਸਾਨੂੰ ਨੋਲਿਜ ਨਹੀਂ ਸੀ ਇਸ ਚੀਜ਼ ਦੀ ਹਨਾ ਵੀਜ਼ਾ ਲੱਗਣਾ ਹੈ ਕੁਝ ਵੀ ਆ ਉੱਥੇ ਮੈਟਰੋ ਕੋਈ ਸੀਗਾ ਮੈਟਰੋ ਮਾਰਕ ਕੋਈ ਇਦਾਂ ਕਰਕੇ ਨਾ ਅਸੀਂ ਚੱਲ ਗਏ ਸਾਰੇ ਪਲੇਅਰ ਇਕੱਠੇ ਹੋ ਗਏ ਸਾਨੂੰ ਅੰਦਰ ਅੰਡਰਗਰਾਉਂਡ ਲੈ ਗਏ ਉਹ 13-13 ਪਲੇਅਰਾਂ ਨੂੰ ਵਾਰੀ ਸਰ ਬੁਲਾਉਂਦੇ ਸੀ ਅੰਦਰ ਨਾਮ ਵਗੈਰਾ ਪੁੱਛਦੇ ਸੀ ਕੀ ਕਰਨ ਜਾ ਰਹੇ ਹੋ ਕੰਪੀਟੀਸ਼ਨ ਖੇਡਣ ਜਾ ਰਹੇ ਆ ਅੱਛਾ ਠੀਕ ਹੈ ਨਾਲ ਕੌਣ ਜਾ ਰਿਹਾ ਕੋਈ ਵੀ ਨਹੀਂ ਜਾ ਰਿਹਾ ਠੀਕ ਹੈ ਜੀ ਅਗੇ ਬਾਰ ਸਾਨੂੰ ਉਹਨਾਂ ਲਿਸਟਾਂ ਦਿਖਾਈਆਂ ਜੀ ਜਿਹਨਾਂ ਨੇ ਸਾਨੂੰ ਜਿਹੜਾ ਸਪான்ਸਰ ਕਰ ਰਹੇ ਦੋਤੋਂ ਅੰਗਰੀ ਤੋਂ ਵੀ ਪਤਾ ਨਹੀਂ ਕਿੰਨੇ ਲੱਖ ਕਰੋੜ ਦੇ ਟਰਨਓਵਰ ਆਉਦੀ ਏਦਾਂ ਏਦਾਂ ਉਹਦੀ ਜਿਹੜੀ ਹੁੰਦੀ ਆ ਹਾਂ ਕੀ ਕਹਿੰਦੇ ਉਹਨੂੰ ਆਪਾਂ ਲੈਟਰ ਆਈਟੀਆਰ ਆਈਟੀਆਰ ਜੇ ਨਹੀਂ ਵੀ ਇੰਨੀ ਨਹੀਂ ਆਈਟੀਆਰ ਆ ਇਹਨਾਂ ਦੀ ਜਿਹੜਾ ਸਪான்ਸਰ ਕਰ ਰਹੇ ਉਹ ਕੀ ਦੇਖੋ ਐਨੇ ਪਲੇਅਰ ਬੁਲਾਉਣੇ ਆ ਤੇ ਸਪான்ਸਰ ਕਰਨ ਨਾਲ ਬੰਦਾ ਵੀ ਵੱਡਾ ਚਾਹੀਦਾ ਸੀ ਨਾ ਅਸੀਂ ਕਾਗਜ਼ਾਂ ਦੇ ਫੇਰ ਕੀਤਾ ਸੜਕੋ ਕੋਈ 25-25000 ਰੁਪਏ ਲਿਆ ਇਹਨਾਂ ਨੇ ਅੱਛਾ ਅੱਛਾ ਕਹਿੰਨੇ ਤਾਡੀ ਤੁਹਾਡਾ ਵੀਜ਼ਾ ਲਵਣਾ ਵੜਦਾ ਤੈਨੂੰ ਟਰੈਕ ਸੁੱਟਦੇ ਨੇ ਇੰਡੀਆ ਦੇ ਠੀਕ ਹੈ ਤੇ ਹੋਰ ਪਤਾ ਨਹੀਂ ਹੁਣ ਮੈਂ ਭੁੱਲ ਭੁੱਲ ਗਿਆ ਵਾਜੀ ਕਦੇ ਆਟਮ ਹੋ ਰਿਹਾ ਮੈਂ ਅਖਬਾਰ ਚ ਨਿਊਜ਼ ਲਵਾਈ ਸੀ ਉੱਚ ਹੋਊਗੀ ਸਾਰਾ ਕੁਝ ਤੇ ਅਸੀਂ ਚੱਲ ਗਏ ਅਸੀਂ ਘਰੇ ਆ ਗਏ ਵਾਜੀ ਵਾਪਸ ਉਸ ਤੋਂ ਬਾਅਦ ਸਾਰਾ ਫੋਟੋ ਫੋਟੋ ਸਾਡੀ ਉੱਤੇ ਹੋਈ ਆ ਭਾਜੀ ਅਸੀਂ ਤਿਆਰੀ ਫੁੱਲ ਤਿਆਰੀ ਚੱਲ ਰਹੀ ਸੀ ਉਸ ਟਾਈਮ ਮੇਰੀ ਫੁੱਲ ਤਿਆਰੀ ਚੱਲ ਰਹੀ ਸੀ ਤਿਆਰੀ ਕਰਦੇ 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 ਮਹੀਨਾ ਨਿਕਲ ਗਿਆ ਬਾਡੀ ਬਹੁਤ ਬਾਡੀ ਫੈਟ 4% ਹੋ ਗਈ ਹੋਣੀ ਆ ਇਨੇ ਮੈਂ ਕਿਤੇ ਸਕਿਨ ਪੂਰੀਆਂ ਖਿੱਚੀ ਜਾਂਦੀ ਸੀ ਅ ਉਸ ਤੋਂ ਬਾਅਦ ਰਹਿ ਗਏ ਭਾਜੀ 15 ਦਿਨ ਕੰਪੀਟੀਸ਼ਨ ਨੂੰ ਅਸੀਂ ਕਿਹਾ ਕਿਸੇ ਦਾ ਵੀਜ਼ਾ ਨਹੀਂ ਆ ਰਿਹਾ ਸਾਨੂੰ ਇਹਨਾਂ ਨੇ ਕਿਹਾ ਤੁਸੀਂ ਬੈਗਪੈਕ ਰੱਖੋ ਆਪਣੇ ਬਸ ਖਰਚਾ ਇੱਕ ਹੋਰ ਬੜੀ ਵਧ ਗਿਆ ਠੀਕ ਹੈ ਸ਼ੂਜ਼ ਲੈਣੇ ਸੂਟ ਲੈਣੇ ਠੀਕ ਹੈ ਕੋਸਚੂਮ ਲੈਣੇ ਆਪਣੇ ਬੋਡੀ ਬਿਲਡਿੰਗ ਦੇ ਕਿਉਂਕਿ ਮੈਨਫਿਸਿਕ ਦੀ ਵੀ ਖਰੀਦਣੀ ਸੀ ਉਹ ਛੋਟੇ ਤਾਂ ਹੁੰਦੇ ਨਹੀਂ ਮੈਨਫਿਸਿਕ ਵਾਲੀ ਉਹ ਵੀ ਮਹਿੰਗੀਆਂ ਹੁੰਦੀਆਂ ਨੇ ਚੀਜ਼ਾਂ ਉਹ ਵੀ ਲਈਆਂ ਲਗੇਜ ਪੈਕ ਕਰ ਲੇ ਭਾਜੀ 10 ਦਿਨ ਪਹਿਲਾਂ ਫਿਰ ਸੋਚਿਆ ਯਾਰ ਇਹ ਹੈ ਜਿਹੜਾ ਵੀਜ਼ਾ ਜਿਹੜਾ ਇੱਕ ਦਿਨ ਪਹਿਲਾਂ ਆ ਜੂ ਯਾਰ ਟਿਕਟ ਵੀ ਕਰਾਉਣੀਆਂ ਨੇ ਕਿਵੇਂ ਕਰਾਂਗੇ ਸਾਰਾ ਕੁਝ ਤੇ ਚਲੋ ਫੜੀ 15 16 ਦਿਨ ਜੋ ਰਹਿ ਗਏ ਸੀ 12 13 ਦਿਨ ਰਹਿ ਗਏ ਹੋਣੇ ਸਾਨੂੰ ਜੀ ਇਹਨਾਂ ਨੇ ਜੀ 10 11 ਮੁੰਡਿਆਂ ਨੂੰ ਕਿਹਾ ਤਾਂ ਤੁਹਾਡੇ ਤਰਫ ਰਿਫਿਊਜ਼ਨ ਲੱਗੀ ਸਾਨੂੰ ਬੜਾ ਸ਼ੌਕਦੋ ਇਹਦਾ ਬੰਦਾ ਭਾਜੀ ਅਸੀਂ ਹੋਰੇ ਸਾਰੇ ਨਹੀਂ ਬੈਠੇ ਸੀ ਪਰ ਜਿਹੜੀ ਤਿਆਰੀ ਕੀਤੀ ਸੀ ਬੋੜੀ ਦੀ ਯਾਰ ਇੰਨੀ ਮਿਹਨਤ ਕੀਤੀ 2 ਸਾਲ ਦੀ ਉਹ ਸਭ ਖਤਮ ਹੋ ਗਈ 2015 16 ਦੀ 2 ਸਾਲ ਦੀ ਲਗਾਤਾਰ ਮੈਨ ਸੀ ਜਿੱਚਕਿ ਉਹਦੀ ਇੱਕ ਬੂੰਦ ਵੀ ਨਹੀਂ ਖਾਦੀ ਸੀ ਤੇ ਉਦੋਂ ਜਦੋਂ ਇਹ ਗੱਲ ਕਹੀ ਕੱਲ ਵੰਟੀ ਵੀ ਬਚਾਰਾ ਰਹਿ ਗਿਆ ਐਂਡ ਤੇ ਉਹ ਇਹਨਾਂ ਦਾ ਬਹੁਤ ਵਧੀਆ ਪਲੇਅਰ ਸੀ ਫੈਡਰੇਸ਼ਨ ਦਾ ਬਹੁਤ ਵਧੀਆ ਪਲੇਅਰ ਉਸ ਬੰਦੇ ਨੂੰ ਤਾਂ ਭਾਰੀ ਉਹਨਾਂ ਦਾ ਇੰਨੀ ਮਾੜੀ ਹੋ ਜਾਣਾ ਉਸ ਬੰਦੇ ਨੂੰ ਤਾਂ ਇਹਨਾਂ ਨੇ ਲਾਸਟ ਦਿਨ ਤੱਕ ਲਾਰਾ ਲਾਇਆ ਉਹਨਾਂ ਨੂੰ ਲਾਸਟ ਦਿਨ ਤੱਕ ਲਾਰਾ ਲਾਇਆ ਨਾ ਨਹੀਂ ਵੀ ਉਹ ਬੈਗ-ਬੈਗ ਰੱਖ ਲਗੇਜ ਬੈਗ ਰੱਖ ਚੰਡੀਗੜ੍ਹ ਪਹੁੰਚ ਤੇਰੀ ਫਲਾਈਟ ਆ اچھا ਉਹ ਬੰਦਾ ਚੰਡੀਗੜ੍ਹ ਪਹੁੰਚ ਗਿਆ ਭਾਜੀ ਚੰਡੀਗੜ੍ਹ ਗਿਆ ਉਹ ਤੇ ਉੱਥੇ ਜਾ ਕੇ ਕਹਿੰਦੇ ਤੇਰੀ ਵੀ ਫਿਊਜ਼ਨ ਲੱਗ ਗਈ ਚੰਡੀਗੜ੍ਹ ਚੰਡੀਗੜ੍ਹ ਪਹੁੰਚ ਕੇ ਉਹ ਬੰਦੇ ਦਾ ਮਨ ਬਹੁਤ ਟੁੱਟ ਗਿਆ ਭਾਜੀ ਉਹ ਬੰਦਾ ਕਹਿੰਦਾ ਯਾਰ ਇਹ ਮੇਰੇ ਨਾਲ ਬਹੁਤ ਗਲਤ ਕੀਤਾ ਇਹਨਾਂ ਨੇ ਫਿਰ ਉਦੋਂ ਮੈਂ ਬੜਾ ਸੋਚਦਾ ਰਹਿਣਾ ਦੋ ਦਿਨ ਸੋਚਿਆ ਤਿੰਨ ਦਿਨ ਸੋਚਿਆ 플레이ਰ ਸੀ ਭਾਜੀ ਬੋਡੀ ਬਿਲਡਰ ਹਮੇਸ਼ਾ ਹਸਮੁਖ ਹੁੰਦੇ ਭਾਜੀ ਖੁਸ਼ ਰਹਿੰਦੇ ਨੇ ਪਰ ਜਦੋਂ ਉਹਨਾਂ ਦਾ ਗਲਤ ਹੁੰਦਾ ਨਾ ਬਾਜੀ ਫਿਰ ਉਹਨਾਂ ਨੂੰ ਸਾਰਾ ਪੈਸਾ ਯਾਦ ਆ ਜਾਂਦਾ ਵਾ ਟੁੱਟ ਜਾਂਦੇ ਨੇ ਉਹ ਉਸ ਟਾਈਮ ਲਈ ਟੁੱਟੀਆਂ ਮੈਂ ਬਹੁਤ ਜ਼ਿਆਦਾ ਫਿਰ ਮੈਂ ਬੜਾ ਸੋਚਣ ਲੱਗ ਗਿਆ ਵਾਈਫ ਨੇ ਗਾਣਾ ਵੀ ਚਲੋ ਕੋਈ ਗੱਲ ਨਹੀਂ ਕੰਪੀਟੀਸ਼ਨ ਆ ਮੈਂ ਕਿਹਾ ਤੈਨੂੰ ਨਹੀਂ ਨਾ ਪਤਾ ਇਹ ਮਿਹਨਤ ਹਾਰ ਕੋਈ ਨਹੀਂ ਕਰਦਾ ਇਹ ਤਪੱਸਿਆ ਸ਼ਿਵਜੀ ਭਗਵਾਨ ਨੂੰ ਪੂਣਾ ਹੋ ਜਾਂਦਾ ਬੋਡੀ ਬਿਲਡਰ ਬੰਨਾ ਐਂ ਜਿੰ ਇੱਕ ਬੋਡੀ ਬਿਲਡਰ ਜਿੰਨਾ ਤਪ ਆਪਣੇ ਜਿਮ ਵਿੱਚ ਆਪਣੀ ਬੋਡੀ ਤੇ ਲਾਂਦਾ ਜੇ ਉਹਨਾਂ ਤਪ ਉਹ ਭਗਤੀ ਦੇ ਲਾਵੇ ਰੱਬ ਨੂੰ ਪਾਲਵੇ ਇੰਨੀ ਮਿਹਨਤ ਹੁੰਦੀ ਹੈ ਬਾਜੀ ਇਹ ਚ ਲੋਕ ਜੋ ਮਰਜੀ ਗਈਆਂ ਬੋਲੀ ਬਿਲਟਰ ਨੂੰ ਫੋਟੋ ਖਿਚਉਣ ਵੀ ਸਾਡੇ ਨੇ ਹੁੰਦੇ ਬਾਚੋਂ ਤੇ ਪਿੱਠ ਪਿੱਛੇ ਬੋਲਦੇ ਵੀ ਸਾਨੂੰ ਹੀ ਤੇ ਉਦੋਂ ਪਾਜੀ ਮੈਂ ਬਿਮਾਰ ਹੋ ਗਿਆ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਅ ਡਾਕਟਰ ਕੋ ਲੈ ਗਏ ਮੈਨੂੰ ਮੈਂ ਕਹੀ ਗਿਆ ਵੀ ਨਹੀਂ ਵੀ ਮੈਨੂੰ ਮੈਂ ਦੋ ਵਾਰ ਬਿਮਾਰ ਹੋਇਆ ਸੀ ਮੈਂ ਤੁਹਾਨੂੰ ਉਹ ਵੀ ਸਟੋਰੀ ਦੱਸੂਗਾ ਉਹ ਤੁਹਾਨੂੰ ਬੜਾ ਫਨੀ ਲੱਗੂਗਾ ਜਿਹੜਾ ਪਹਿਲਾ ਬਿਮਾਰ ਹੋਇਆ ਸੀ ਇੰਡੀਆ ਤੋਂ ਬਾਅਦ ਬਿਮਾਰ ਹੋ ਗਿਆ ਮੈਨੂੰ ਗਲੂਕੋਜ਼ ਲਵਾਤੇ ਮੇਰੇ ਫਾਦਰ ਨੇ ਲੋਕ ਇਹਦੇ ਲਾਓ ਮੈਂ ਕਹਿੰਦਾ ਨਹੀਂ ਬਿ ਗਲੂਕੋਜ਼ ਨਾਲ ਲਵਾਓ ਮੈਨੂੰ ਮੈਂ ਠੀਕ ਆ ਦੇਖੋ ਗਲੂਕੋਜ਼ ਨਾਲ ਤੇ ਬੋਡੀ ਵਾਟਰ ਉਹ ਇਨਾ ਮਿਹਨਤ ਕੀਤੀ ਹੈ ਮੇਰੇ ਵਾਟਰ ਉਹ ਕਹਿੰਦੇ ਜਿੰਨੀਆਂ ਬੋਤਲਾਂ ਦੀ ਲਾਜ਼ਮੀ ਦੇਖੋ ਪਿਆਰ ਉਹਨਾਂ ਨੇ ਕਦੀ ਮੈਨੂੰ ਜਵਾਈ ਨਹੀਂ ਸਮਝਿਆ ਬਾਜੀ ਉਹਨਾਂ ਨੇ ਮੈਨੂੰ ਆਪਣਾ ਮੁੰਡਾ ਹੀ ਸਮਝਿਆ ਕਿਉਂਕਿ ਆਪਣੇ ਗੱਲੀਆਂ ਕੁੜੀਆਂ ਸੀ ਉਹਨਾਂ ਦੇ ਉਹਨਾਂ ਨੇ ਮੈਨੂੰ ਮੁੰਡਾ ਹੀ ਸਮਝਿਆ ਆਪਣਾ ਤੇ ਉਹਨਾਂ ਨੂੰ ਬੜੀ ਫਿਕਰ ਸੀ ਮੇਰੀ ਜਿਵੇਂ ਮੇਰੇ ਮਾਪਿਆਂ ਨੂੰ ਮੇਰੀ ਫਿਕਰ ਆ ਉਵੇਂ ਮੇਰੇ ਇਨ-ਲੋਸ ਨੂੰ ਮੇਰੀ ਬੜੀ ਫਿਕਰ ਸੀ ਤੇ ਉਹ ਕਹਿੰਦੇ ਵੀ ਨਹੀਂ ਮੁੰਡੇ ਨੂੰ ਕੁਝ ਨਹੀਂ ਹੋਣਾ ਚਾਹੀਦਾ ਕੋਈ ਨਾ ਦੁਬਾਰਾ ਦੁਬਾਰਾ ਬੋਡੀ ਬਿਲਡਰ ਬਣ ਜੂਏ ਲਾਈਏ ਮੇਰੇ 5 7 10 ਬੋਤਲਾਂ ਮੈਂ ਅੱਠ 9 ਬੋ ਮੇਰੀ ਬੋਡੀ ਖਰਾਬ ਹੋ ਗਈ ਦੈਨ ਉਸ ਤੋਂ ਬਾਅਦ ਕੰਪੀਟੀਸ਼ਨ ਇੱਕ ਹੋਰ ਛੋੜਾ ਆ ਗਿਆ ਮਿਸਟਰ ਪੰਜਾਬ ਦਾ ਉਦੋਂ ਪੰਜਵੀਂ ਵਾਰ ਮਿਸਟਰ ਪੰਜਾਬ ਬਣਿਆ ਸੀ ਮੈਂ ਬੋਡੀ 'ਚ ਵਾਟਰ ਬਹੁਤ ਸੀਗਾ ਮੈਂ ਕਿਹਾ ਯਾਰ ਨਹੀਂ ਗੇਮ ਨਹੀਂ ਛੱਡਣੀ ਮੇਰੇ ਕੋਲ ਜੀ 20 ਦਿਨ ਸੀਗੇ ਪਰ ਜਦੋਂ 20 ਦਿਨ ਚ ਨੋ ਬੋਦਲਾ ਗਲੂਕੋਜ਼ ਦੇ ਕੱਢ ਕੇ ਬੋਡੀ ਸ਼ਰਟ ਕੀਤੀ ਗੋਲਡ ਮੈਡਲ ਲੈ ਕੇ ਆਇਆ ਫਿਰ ਦੁਬਾਰਾ ਨੋ ਦਿਨ ਦੇ ਵਿੱਚ ਨੋ ਦਿਨ ਦੇ ਵਿੱਚ ਇਹਨੂੰ ਕਹਿੰਦੇ ਆ ਕਿ ਜੇ ਬੰਦੇ ਦੇ ਦਿਲ ਦੇ ਵਿੱਚ ਦਿਲ ਦੇ ਵਿੱਚ ਉਹ ਚਲਾ ਹੋਵੇ ਨਾ ਜੇ ਬੰਦਲਾ ਕਿਸੇ ਚੀਜ਼ ਨੂੰ ਪਾਣਾ ਜਾਵੇ ਉਹ ਸ਼ਾਹਰੁਖ ਖਾਨ ਦੀ ਫਿਲਮ ਦਾ ਡਾਇਲਗ ਹੈ ਨਾ ਕਿ ਪੂਰੀ ਕਾਇਨਾਤ ਮੈਨੂੰ ਮਿਲਾਂ ਦੀ ਕੋਈ ਇਹ ਸੱਚ ਹੈ ਬਿਲਕੁਲ ਜੇ ਬੰਦੇ ਦੇ ਅੰਦਰ ਆਵੇ ਨਾ ਆਵਾਜ਼ ਕਿਵੇਂ ਮੈਂ ਕੰਮ ਕਰਨਾ ਹੀ ਬਿਲਕੁਲ ਭਾਨਵੀ ਉਹਦਾ ਸਾਥ ਦਿੰਦਾ ਵੇ ਜੀ ਦੇਖੋ ਦੇਖੋ ਇੱਕ ਬਿਨਾ ਲੱਤੋਂ ਕੁੜੀ ਮਾਉਂਟ ਐਵਰੈਸਟ ਕਰ ਸਕਦੀ ਹੈ ਹਨਾ ਲੱਤ ਕੱਟੀ ਸੀ ਨਾ ਕੁੜੀ ਦੀ ਮਾਉਂਟ ਐਵਰੈਸਟ ਕੀਤੀ ਤੁਹਾਨੂੰ ਸਟੋਰੀ ਪਤਾ ਹੋਊਗੀ ਹਨ ਪੁਰਨਾ ਦੀ ਜਦੋਂ ਉਹ ਮਾਉਂਟ ਐਵਰੈਸਟ ਕਰ ਸਕਦੀ ਆ ਯਾਰ ਸਾਨੂੰ ਤਾਂ ਪਰਮਾਤਮਾ ਨੇ ਲੱਤਾਂ ਦਿੱਤੀਆਂ ਨਹੀਂ ਅਸੀਂ ਕਿ ਪਲੇਅਰ ਨਹੀਂ ਬਣ ਸਕਦੇ ਇੱਕ ਸਾਨੂੰ ਅਸੀ ਮੋਟੀਵੇਸ਼ਨ ਹੋਣਾ ਵਾ ਸਾਨੂੰ ਮੋਟੀਵੇਸ਼ਨਲ ਵੀਡੀਓ ਦੇਖਣੇ ਚਾਹੀਦੇ ਨੇ ਡੀਮੋਟਿਵੇ ਡੀਮੋਟਿਵੇਟ ਕਰਨ ਨੂੰ ਦੁਨੀਆ ਪਿੱਛੇ ਲੈਣ ਲੱਗੀ ਹੋਈ ਹੈ ਭਾਜੀ ਇੱਕ ਸਾਡੇ ਐਕਸੈਲਾਨ ਦੇ ਟਾਈਮ ਚ ਤੇ ਹੁਣ ਟਾਈਮ ਚ ਇਹੀ ਫਰਕ ਰਹਿ ਗਿਆ ਕਿ ਬੰਦੇ ਦੇ ਅੰਦਰ ਪੇਸ਼ੈਂਸ ਲੈਵਲ ਜ਼ੀਰੋ ਹੋ ਗਿਆ ਬਣੀ ਬੁੜੀ ਬਣ ਜੇ ਜਿਵੇਂ ਮੈਂ ਕਹ ਰਿਹਾ ਮੈਂ ਜੇ ਫੈਟ ਘਟਾਣਾ ਆ ਜਾਂ ਜੇ ਫੈਟ ਬੰਨ ਲਿਆ ਆ ਜਾਂ ਮੈਂ ਫੈਟ ਦੀ ਵਰਕਆਊਟ ਲਾ ਰਿਹਾ ਤੇ ਮੇਰੇ ਅੰਦਰ ਮੇਰੀ ਉਰਜਾ ਨਹੀਂ ਚਾਹੀਦੀ ਜੇ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਇਹ ਜਾਦੂ ਨਹੀਂ ਹੋ ਰਿਹਾ ਸਰ ਫੈਡ ਨੂੰ ਤੁਹਾਨੂੰ ਹੋਲਡ ਕਿਤੇ ਹੋਲਡ ਕੀਤੇ 10-10 5-5 ਸਾਲ ਹੋ ਗਏ ਨੇ ਉਹ 1 ਮਹੀਨੇ ਚ ਕਿਵੇਂ ਜਾ ਸਕਦੀ ਮੈਂ ਸਵੇਰੀ ਜਦੋਂ ਘਰੇ ਗਿਆ ਅੱਜ ਤੇ ਉਹ ਕੁੜੀ ਜਿਮ ਚੋਂ ਬਾਹਰ ਆਈ ਕਹਿੰਨੀ ਸਰ ਸਰ ਤਾਂ ਨਾਲ ਗੱਲ ਕਰਨੀ ਜ਼ਰੂਰੀ ਮੈਂ ਦੱਸੋ ਕਹਿੰਨੀ ਸਰ ਉਹ ਵੀ ਮੈਂ 2 ਮਹੀਨੇ ਹੋ ਗਏ ਮੇਰਾ weight ਦਾ ਲੂਸ ਹੋਇਆ ਵਾ ਮੈਂ ਜਲਦੀ ਚਾਹੁੰਨੀ ਆ ਮੈਂ ਕਿੰਨਾ weight ਲੂਸ ਹੋਇਆ ਕਹਿੰਨੀ ਮੇਰਾ ਮਾਇਨ ਤੋਂ 6 ਕਿਲੋ weight ਲੂਸ ਹੋ ਗਿਆ ਵਾ 2 ਮਹੀਨੇ ਚ ਮੇਰੀ ਵੇਸਟ ਵੀ 4.5 ਇੰਚ ਘਟ ਗਈ ਆ ਮੈਂ ਕਿਹਾ ਹੋਰ ਤੁਸੀਂ ਕਿੰਨਾ ਲੋਸ ਚਾਹੁੰਦੇ ਹੋ ਕਿ ਨਹੀਂ ਜਲਦੀ ਮੈਂ ਕਹਿੰਦਾ ਜੇ ਜਲਦੀ ਦੇ ਚੱਕਰ ਦੇ ਵਿੱਚ ਇਹ ਨਾ ਹੋਵੇ ਤੂੰ ਬਾਜ ਫੈਲ ਹੀ ਜਾਵੇਂ ਤੁਸੀਂ ਬਹੁਤ ਵੀਡੀਓ ਇਹੋ ਜਿਹਿਆਂ ਫੋਲੋ ਕਰ ਲੈਣੀਆਂ ਨੇ ਮੈਂ ਭਾਜੀ ਦਿਖਦਾ ਹਾਂ ਨਾ ਇੰਸਟਾਗ੍ਰam ਤੇ ਬਹੁਤ ਵੀਡੀਓਜ਼ ਇਹੋ ਜਿਹਿਆਂ ਨੇ ਜਿਹੜੀ ਨਹੀਂ ਫੋਲੋ ਕਰਨੀ ਚਾਹੀਦੀ ਬੱਚੇ ਕਰ ਲੈਂਦੇ ਨੇ ਸਾਡੀ ਬੋਡੀ ਨੂੰ ਕਿਹੜੀ ਚੀਜ਼ ਸੂਟ ਕਰਦੀ ਕਿਹੜੀ ਨਹੀਂ ਕਰਦੀ ਬੋਡੀ ਬਿਲਡਰਸ ਭਾਈ ਤਾਂ ਜਾਂਦੇ ਆਪਣੇ ਵਿਊਜ਼ ਵਧਾਉਣ ਲਈ ਪਰ ਕੁਝ ਚੀਜ਼ਾਂ ਸਾਨੂੰ ਨਹੀਂ ਵੀ ਫੋਲੋ ਕਰਨੀ ਚਾਹੀਦੀਆਂ ਸਾਡੇ ਕੋਚ ਨੇ ਇੱਕ ਵਾਰ ਸਲਾਹ ਕਰ ਲੈਣੀ ਚਾਹੀਦੀ ਆ ਵੀ ਅਸੀਂ ਆ ਵੀਡੀਓ ਦੇਖੀ ਆ ਅਸ ਮੈਂ ਹਮੇਸ਼ਾ ਜਮ ਚਹੀ ਗੱਲ ਕਹਿਣਾ ਹੁੰਦਾ ਵੀ ਤੁਸੀਂ ਵੀਡੀਓ ਦੇਖੋ ਦੇਖਣੀ ਮਾੜੀ ਗੱਲ ਨਹੀਂ ਬਟ ਇੱਕ ਔਰ ਮੈਂਨ ਸਲਾਹ ਕਰ ਲਿਆ ਕਰੋ ਵੀ ਤੁਸੀਂ ਇਹ ਫੋਲੋ ਕਰਨ ਲੱਗੇ ਹੋ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਅੱਜ ਅੱਜ ਕੱਲ ਕਿਹੜਾ ਅੱਜ ਕੱਲ ਕਿਹੜਾ ਨਵਾਂ ਟਰੈਂਡ ਆ ਗਿਆ ਹੈ ਕਿ ਪਹਿਲਾਂ ਸੀ ਕਿ ਕੁੜੀਆਂ ਅਗਰ ਟੌਪ ਜਾਂ কুরਤਾ ਪਾਇਆ ਹੁੰਦਾ ਸੀ ਤੇ ਜੇ ਪਿੱਛੋਂ ਮਾੜਾ ਚੱਕਿਆ ਹੁੰਦਾ ਸੀ ਤ ਉਹਨੂੰ ਫਟਾਫਟ ਸੈੱਟ ਕਰਕੇ ਆਪਣੇ ਆਪ ਨੂੰ ਕਵਰ ਕਰਦੇ ਆਂ ਸੀ ਬਟ ਅੱਜ ਦੇ ਟਾਈਮ ਤੇ ਜੇ ਕੁੜੀ ਕੋਈ ਵੀ ਹੈ ਇਵਨ ਜਿਮ ਜਾਂਦੀ ਚਾਹੇ ਨਹੀਂ ਜਾਂਦੀ ਬਟ ਦਿਖਾਣਾ ਦਿਖਾਣਾ ਇੱਕ ਫੈਸ਼ਨ ਹੋ ਗਿਆ ਹੈ ਬੜੀ ਸਮਝਣ ਲੱਗਰੀ ਦੁਨੀਆ ਕਿੱਧਰ ਨੂੰ ਉਨਦੇ ਪੇਰੈਂਟਸ ਰੋਕਦੇ ਨਹੀਂ ਮਤਲਬ ਮੈਂ ਕਈਆਂ ਨੂੰ ਸੁਣਦਾ ਹੁੰਨਾ ਕਈ ਪੇਰੈਂਟਸ ਨਾਲ ਗੱਲ ਕੀਤੀ ਭਾਈ ਮੈਂ ਵੀ ਤੁਸੀਂ ਵਿਆਹ ਕੀ ਪਾਉਨੇ ਹੋ ਬੱਚੇ ਸੁਣਦੇ ਨਹੀਂ ਪਰ ਇਹ ਕਿਉਂ ਨਹੀਂ ਸੁਣਦੇ ਯਾਰ ਮੇਰੇ ਤਾਂ ਸੁਣਦੇ ਆ ਜੇ ਕੰਨ ਤੇ ਕਰਾ ਕੇ ਮਰੀ ਹੋਵੇ ਭਰੀ ਕੁੜੀ ਹੋਵੇ ਜਾਂ ਮੁੰਡਾ ਹੋਵੇ ਭਾਜੀ ਕਿਵੇਂ ਨਹੀਂ ਸੁਣਨਗੇ ਭਾਜੀ ਵਿਗੜ ਜਾਣਗੇ ਨਾ ਤੇ ਭਾਰੀ ਉਹਨਾਂ ਤਾਂ ਗਵਰਨਮੈਂਟ ਨੇ ਲੋ ਕਰਤਾ ਯਾਰ ਬੇਦਖਲੀ ਦਾ ਤੁਸੀਂ ਕਰ ਦੋ ਇਹ ਤੁਹਾਡੀ ਪ੍ਰੋਪਰਟੀ ਚ ਕੋਈ ਹਿੱਸਾ ਨਹੀਂ ਉਹਨਾਂ ਦਾ ਪੇਰੈਂਟ ਡਰਦਾ ਹੀ ਜਣਾਣ ਤੇ ਪੇਰੈਂਟਸ ਨੂੰ ਵੀ ਯਾਰ ਬੱਚੇ ਦਾ ਕੱਲ ਨੂੰ ਸਾਨੂੰ ਪੁੱਛੂਗਾ ਨਹੀਂ ਬਜ ਪ੍ਰੋਪਰਟੀ ਦਾ ਹਿੱਸਾ ਵੀ ਦੇਣਾ ਪਊਗਾ ਇਹ ਹੀ ਡਰ ਹੁੰਦਾ ਭਾਜੀ ਹੋਰ ਬੜੀ ਕੁਝ ਨਹੀਂਗਾ ਜਿੰਨੇ ਬੱਚੇ ਨੇ ਨਹੀਂ ਸਾਹਮਣਾ ਉਹਨਾਂ ਨੇ ਵੱਡੇ ਹੋ ਕੇ ਵੀ ਨਹੀਂ ਸਾਹਮਣਾ ਪੇਰੈਂਟਸ ਨੂੰ ਐਦਾ ਭਾਜੀ ਮੈਨੂੰ ਇਹ ਲੱਗਦਾ ਹੈ ਕਿ ਸੋਸ਼ਲ ਮੀਡੀਆ ਨੇ ਸਾਰਾ ਗੰਦ ਬਾਤ ਬੜੀ ਸਹੀ ਗੱਲ ਹੈ ਕਾਚਾ ਵਦਾਮ ਅਚਾ ਵਦਾਮ ਤੋਂ ਇਹ ਹਾਂਜੀ ਅੱਜ ਇਸ ਅੱਜ ਇਸ ਕਦਰ ਵੱਧ ਗਿਆ ਹੈ ਕਿ ਹਰ ਕੁੜੀ ਆਪਣੇ ਬਟ ਦਿਖਾ ਨੂੰ ਫੈਸ਼ਨ ਸਮਝਦੀ ਹੈ ਭਾਜੀ ਰੀਲਸ ਮੈਂ ਦੇਖੋ ਵੈਸਤਾ ਮੈਂ ਜੋ ਰੀਲਸ ਲੋਣਾ ਮੇਰੇ ਤਾਂ ਸਾਰੇ ਧਾਰਮਿਕ ਹੀ ਨਿਕਲਦੀਆਂ ਨੇ तकरीबन ਕਿਉਂਕਿ ਜਹੇ ਜਹੇ ਫੋਲੋ ਕੀਤੇ ਆ ਪਰ ਜਦੋਂ ਕਿਸੇ ਦਾ ਫੋਨ ਫਰੀਦਾ ਨਾ ਤੇ ਭਾਜੀ ਆ ਹੀ ਕੁਝ ਨਿਕਲਦਾ ਵਾ ਅੱਗੇ ਕੋਈ ਫੋਟੋ ਥੋੜੀ ਫੋਟੋ ਖਿੱਚਦੀ ਫਰੰਟ ਦੇ ਅੱਜਕੱਲ ਫੋਟੋ ਖਿੱਚਦੀ ਹੈ ਇਸ ਤਰ੍ਹਾਂ ਬੈਕ ਦੇ ਇੱਕ ਬਹੁਤ ਵੱਡਾ ਫੈਸ਼ਨ ਬਣ ਗਿਆ ਤੇ ਮੈਨੂੰ ਲੱਗਦਾ ਇਹ ਬਹੁਤ ਸੀਰੀਅਸ ਟੌਪਿਕ ਹੈ ਜਿੱਥੇ ਜਿੱਥੇ ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਧਿਆਨ ਬੜੀ ਸਭ ਤੋਂ ਵੱਡਾ ਰੋਲ ਹੀ ਪੇਰੈਂਟਸ ਦਾ ਜੋ ਲੜਕੀਆਂ ਫਿਟਨੈਸ ਦੇ ਵਿੱਚ ਹੈ ਉਹਨਾਂ ਦਾ ਤਾਂ ਚਲੋ ਠੀਕ ਹੈ ਬਾਡੀ ਤੇ ਤੁਸੀਂ ਵਰਕਆਊਟ ਕੀਤਾ ਹੈ ਤੁਸੀਂ ਮਿਹਨਤ ਕੀਤੀ ਟਾਈਮ ਕੀਤਾ ਤੁਸੀਂ ਐਜ਼ਏ ਤੁਸੀਂ ਸ਼ੋ ਕਰਿਓ ਬਟ ਜਿਹੜੀ ਕੁੜੀਆਂ ਜਿਮ ਨਹੀਂ ਗਈਆਂ ਜਿਹੜੀ ਕੁੜੀਆਂ ਨੇ ਕਦੀ ਐਕਸਰਸਾਈਜ਼ ਨਹੀਂ ਲਗਾਈ ਉਹ ਵੀ ਅੱਜ ਦੇ ਟਾਈਮ ਤੇ ਆਪਣੇ ਬਟ ਸ਼ੋਇੰਗ ਦੇ ਭਾਜੀ ਦੇਖੋ ਜਿਹੜੇ ਫਿਟਨੈਸ ਤੇ ਜਾ ਰਹੀਆਂ ਨੇ ਬੜੀ ਫਿਟ ਅਸੀਂ ਆਪਣੇ ਲਈ ਹੋ ਰਹੇ ਹਾਂ ਆਪਣੇ ਹਸਬੰਡ ਲਈ ਹੋ ਰਹੇ ਹਾਂ ਅਸੀਂ ਫਿਟ ਲੋਕਾਂ ਲਈ ਨਹੀਂ ਹੋ ਰਹੇ ਰਾਈਟ ਤੋਂ ਵੱਡੀ ਗਲਤੀ ਹੈ ਨਾ ਅਸੀਂ ਫਾਲੋਅਰ ਕਿਵੇਂ ਆਣਗੇ ਫਿਰ ਕਿਵੇਂ ਆਣਗੇ ਰੀਜ਼ਨ ਤੁਸੀਂ ਫਿਟਨੈਸ ਹੁਣ ਦੇਖੋ ਮੇਰੀ ਮੇਰੇ ਕੋ ਕੁੜੀਆਂ ਜਿਮ ਲਾਉਂਦੀਆਂ ਨੇ ਉਹ ਫਿਟਨੈਸ ਕਰ ਰਹੀਆਂ ਨੇ ਬੜੀ ਸਾਰੀਆਂ ਕੰਪੀਟੀਸ਼ਨ ਵਾਲੀਆਂ ਨਹੀਂ ਮੇਰੇ ਕੋਈ ਵੀ ਕੁੜੀ ਕੰਪੀਟੀਸ਼ਨ ਵਾਲੀ ਨਹੀਂ ਹੈਗੀ ਬਟ ਫਿਟਨੈਸ ਲਈ ਆ ਰਹੀਆਂ ਨੇ ਫਿਰ ਕਿੰਨੂੰ ਦਿਖਾ ਰਹੀਆਂ ਨੇ ਇੱਕ ਤਾਂ ਮੈਨੂੰ ਕੁੜੀ ਕਹਿ ਰਹੀ ਆ ਮੈਂ ਪਾਵਰ ਲਿਫਟਰ ਬਣਨਾ ਵਾਂ ਮੈਂ ਬੋਡੀ ਬਿਲਡਿੰਗ ਕਰਨੀ ਆ ਉਹ ਮੈਨੂੰ ਸਮਝ ਆਉਂਦਾ ਵੀ ਰਾਜੇ ਤਿੰਨ ਤੋਂ ਮਸਲਸ ਸ਼ੋਅ ਕਰਨੇ ਪੈਣੇ ਆਪਣੇ ਤੂੰ ਦਿਖਾਏਂਗੀ ਜਿਹੜੀਆਂ ਬੜੀ ਕੱਲੇ ਫਿਟਨੈਸ ਨੇ ਉਹ ਕਿਹਨੂੰ ਦਿਖਾ ਰਹੀਆਂ ਨੇ ਸਿਰਫ ਫਾਲੋਅਰਸ ਲਈ ਇਹ ਮੈਂ ਕੱਲ ਨੂੰ ਦਿਖਾਵਾਂ ਮੇਰੇ ਕਿੰਨੇ ਕੇ ਲੱਗੇ ਆ ਦੇਖੋ ਟਿੱਡ ਦਿਖਾ ਦੇਗਾ ਗਿਆ ਆਪਣਾ ਕਿਉਂਕਿ ਅ ਪ੍ਰਦੀਪ ਭਾਜੀ ਆਏ ਸੀ ਮੇਰੇ ਸ਼ੋਅ ਤੇ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਸੀ ਕਿ ਇੱਕ ਹੈ ਰੀਅਲ ਲਾਈਫ ਲਾਈਫ ਇੱਕ ਹੈ ਰੀਅਲ ਲਾਈਫ ਦੁਨੀਆਂ ਦੁਨੀਆਂ ਰੀਅਲ ਲਾਈਫ ਜੀ ਰਹੀ ਹੈ ਬਿਲਕੁਲ ਪਰਦੇ ਪਿੱਛੇ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ ਉਹ ਕਿਸ ਘਰ ਨੂੰ ਬਲੋਂਗ ਕਰਦੀ ਆ ਕਿਸ ਘਰ ਚੋਂ ਨਿਕਲੀ ਏ ਕੁੜੀ ਉਹ ਕਿਦਾਂ ਉਹਦਾ ਜੀਵਨ ਐ ਐਕਚੁਅਲੀ ਵਿੱਚ ਪਰਦੇ ਤੋਂ ਪਿੱਛੇ ਕਿਦਾਂ ਦੀ ਉਹ ਬਟ ਰੀਲਸ ਸਾਨੂੰ ਲੱਗ ਰਿਹਾ ਵੀ ਯਾਰ ਇਸ ਤੋਂ ਉੱਪਰ ਕੋਈ ਨਹੀਂਗਾ ਚਾਹੇ ਸਾਰਾ ਦਿਨ ਹਾਂ ਜਿਹੜੀ ਉਹਨਾਂ ਨੇ 30 ਸੈਕਿੰਡ ਰੀਲ ਤੇ ਆਪਣਾਈ ਹਾਂ ਲੋਕਾਂ ਨੇ ਲੋਕਾਂ ਨੇ ਕਹਿੰਦੇ ਲਾਈਫ ਹੀ ਬੜੀ ਵਧੀਆ ਤੇ ਸਾਰਾ ਸਾਰਾ ਸਿਸਟਮ ਹੈ ਸੋਸ਼ਲ ਮੀਡੀਆ ਦਾ ਜੇ ਅੱਜ ਆਪਣੇ ਆਪਣੇ ਬੱਚਿਆਂ ਦੇ ਹੱਥ ਜਿਹੜਾ ਫੋਨ ਦਿੱਤਾ ਆ ਲੋਕੀ ਨੂੰ ਧਿਆਨ ਨਾਲ ਦੇਖਣ ਕੀ ਹੋ ਰਿਹਾ ਤੇ ਮੈਂ ਕਹਿੰਦਾ ਹੁਣ ਤੋਂ ਹੀ ਆਪਣੇ ਬੱਚਿਆਂ ਨੂੰ ਲਗਾਮ ਦਿਓ ਬਿਲਕੁਲ ਭਾਜੀ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਖਰਾਬ ਹੋਣ ਤੋਂ ਸੁਧਾਰਿਆ ਜਾ ਸਕਦਾ ਹੈ ਤੁਸੀਂ ਜਿਸ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਮੈਂ ਕਹਿੰਦਾ ਸਵੇਰੇ ਉੱਠਦੇ ਹੀ ਪਹਿਲਾਂ ਉਹਦਾ ਨਾਮ ਸਿਮਰਨ ਬਿਲਕੁਲ ਰਾਤੀ ਸੌਣ ਤੋ ਪਹਿਲਾਂ ਪਰਮਾਤਮਾ ਦਾ ਸ਼ੁਕਰੀਆ ਕੀਤਾ ਜਾਵੇ ਕਿ ਜੋ ਅੱਜ ਦਾ ਦਿਨ ਤੋਂ ਦਿੱਤਾ ਜੀਵਨ ਦਿੱਤਾ ਉਹਦਾ ਬਹੁਤ-ਬਹੁਤ ਸ਼ੁਕਰਾਨਾ ਤੇ ਕੱਲ ਨੂੰ ਮੇਰੀ ਜਿਹੜੀ ਸਵੇਰ ਛੜਦੀ ਹੋएगी ਉਹ ਵੀ ਪਰਮਾਤਮਾ ਦੇ ਨਾਮ ਤੋਂ ਚਾਲੂ ਹੋਵੇ ਫਿਰ ਧੀਰੇ 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 ਇਹ ਚੀਜ਼ ਨੂੰ ਆਪਾਂ ਸਟਾਪ ਕਰ ਸਕਦੇ ਹਾਂ ਪਰ ਜੇ ਮੇਰਾ ਬੇਟਾ 7 1/2 ਇਅਰ ਦਾ ਵਾ ਸਕੂਲਸ ਦੇ ਵਿੱਚ ਜਦੋਂ ਟ੍ਰਿਪ ਜਾਂਦਾ ਵਾ 3-4 ਸਾਲ ਹੋ ਗਏ ਨੂੰ ਮਾਊਂਟ ਇੰਟਰਨੈਸ਼ਨਲ ਪੜ੍ਹਦੇ ਨੂੰ 4 ਸਾਲ ਤੋਂ ਟ੍ਰਿਪ ਨਹੀਂ ਗਿਆ ਸਕੂਲ ਦੇ ਕਿੱਥੇ ਕਿਤੇ ਵੀ ਲੱਗੇ ਜਾਂਦੇ ਨੂੰ ਦਾ ਪਤਾ ਵੀ ਨਹੀਂ ਚੱਲਿਆ ਕਿ ਕਿੱਥੇ ਗਏ ਨੇ ਜਦੋਂ ਵੀ ਟੀਚਰ ਉਹਦੀ ਕਹਿੰਦੀ ਵੀ ਤੇਰਾ ਤੂੰ ਬੱਚਾ ਨਾ ਜਾਂਦੇ ਨੀ ਟ੍ਰਿਪ ਤੇ ਪਤਾ ਉਹਦੇ ਮੂੰਹ ਚ ਵਰਡਿੰਗ ਕੀ ਹੁੰਦੀ ਹੈ ਮੈਂ ਚਿੰਤਪੂਰਣੀ ਮਾਤਾ ਜਾਣਾ ਹੂੰ ਕਿਵੇਂ ਨਹੀਂ ਬੱਚੇ ਸਮਝਣਗੇ ਬੜੀ ਸੰਸਕਾਰ ਅਸੀਂ ਦੇਨੇ ਆ ਸੰਸਕਾਰ ਤੁਹਾਨੂੰ ਕਿਸੇ ਨੇ ਬਾਹਰ ਨਹੀਂ ਦੇਨੇ ਨਾ ਟੀਚਰ ਨੇ ਦੇਨੇ ਸਕੂਲ ਦੇ ਨਾ ਫਰੈਂਡਸ ਨੇ ਦੇਨੇ ਆ ਨਾ ਰਿਸ਼ਤੇਦਾਰਾਂ ਨੇ ਦੇਣਾ ਚਾਚੀ ਮਾਮੀ ਤਾਈ ਕਿਸੇ ਨੇ ਨਹੀਂ ਦੇਨੇ ਸੰਸਕਾਰ ਸਿਰਫ ਪੇਰੈਂਟਸ ਹੀ ਦੇ ਸਕਦੇ ਨੇ ਪੇਰੈਂਟਸ ਨੂੰ ਆਪਣੇ ਬੱਚਿਆਂ ਲਈ ਦਿਨ ਦੇ ਵਿੱਚ 1 ਘੰਟਾ ਅੱਧਾ ਘੰਟਾ ਕੱਢਣਾ ਚਾਹੀਦਾ ਸਿਰਫ ਸੰਸਕਾਰ ਦੇਣ ਲਈ ਵੀ ਬੇਟਾ ਆ ਤੇਰੇ ਸੰਸਕਾਰ ਨੇ ਤੂੰ ਇਹਦੀ ਇੱਜ਼ਤ ਕਰਨੀ ਆ ਇਹਨੂੰ ਫੁੱਟ ਵਿਸ਼ ਕਰਨੀ ਆ ਇਹਨੂੰ ਨਮਸਤੇ ਕਰਨੀ ਆ ਇਹਨੂੰ ਹਾਈ ਕਰਨੀ ਆ ਹੈਲੋ ਕਰਨੀ ਆ ਇਹ ਅਸੀਂ ਸਿਕੋਣਾ ਬਾਜੀ ਉਹਨੂੰ ਅਸੀਂ ਉੱਥੇ ਇਹ ਫੀਲ ਨਹੀਂ ਕਰਨਾ ਵੀ ਮੈਂ ਜਿਮ ਦਾ ਕੋਚ ਮੇਰਾ ਬੇਟਾ ਜਿਮ ਜਾਇਆ ਤੇ ਤੁਸੀਂ ਮੇਰੇ ਨੂੰ ਜਿਮ ਵਿੱਚ ਮਿਲਣ ਆਏ ਹੋ ਤੇ ਨਵੇਂ ਕਲਾਇੰਟ ਹੋ ਤੇ ਵੱਡੇ ਉਹ ਪੁਰਾਣੇ ਜਾਣਦੇ ਹੋ ਤੇ ਮੈਂ ਬੇਟੇ ਨੂੰ ਕਹੂੰਗਾ ਐਦਾਂ ਖੜ ਨਹੀਂ ਮੈਂ ਉਹ ਫੁੱਟ ਵਿਸ਼ ਕਰ ਬੇਟਾ ਤੇਰੇ ਤੋਂ ਵੱਡੇ ਨੇ ਇਹ ਸਾਡੇ ਸੰਸਕਰ ਨੇ ਸੀ ਆਪਣੇ ਬੱਚੇ ਮੇਰਾ ਬੇਟਾ ਮੇਰੇ ਜਮਦੇਵ ਕਟੋੜ 20 ਸਟੂਡੈਂਟਸ ਨੂੰ ਫੋਟੋ ਵੇਸ਼ ਕਰਦਾ ਜਿਮ ਚਾ ਕੇ ਜਿਹਨੂੰ ਉਹਨੂੰ ਪਤਾ ਵਾ ਵੀ ਇਹ ਪਾਪਾ ਦੇ ਬਹੁਤ ਪੁਰਾਣੇ ਕਲਾਈਂਡ ਨੇ ਤੇ ਵੱਡੇ ਨੇ ਇਹਨਾਂ ਦੇ ਫਰੈਂਡ ਬਣ ਚੁੱਕੇ ਨੇ ਜਿਹੜੇ 8-8 10-10 ਸਾਲ ਤੋਂ ਮੇਰੇ ਕੋਲ ਜਿਮ ਆ ਰਹੇ ਨੇ ਤੇ ਬਾਜੀ ਮੈਂ ਹੀ ਸਿਖਾਉਣਾ ਉਹਨੂੰ ਠੀਕ ਹੈ ਬਾਜੀ ਹੁਣ ਆਪਾਂ ਗੱਲ ਕਰੀਏ ਕਿ ਫਿਟਨੈਸ ਇੰਡਸਟਰੀ ਦੇ ਵਿੱਚ ਜਿਹੜੇ ਦੂਜਾ ਰੋਲ ਲਿਭਾਂਦੇ ਆ ਮੈਂ ਕਹਿੰਨਾ ਪਹਿਲਾ ਹੀ ਹੈ ਫਸਟ ਰੋਲ ਤੁਸੀਂ ਕਹਿ ਰਹੇ ਹੋ ਕਿ ਜਿਮ ਦਾ ਸੈਕਿੰਡ ਡਾਈਟ ਦਾ ਜਿਹੜਾ ਥਰਡ ਰੋਲ ਸਪਲੀਮੈਂਟ ਦਾ ਲੋਕਾਂ ਲਈ ਆ ਚੁੱਕਾ ਲੋ ਫਰਸਟ ਬਣ ਚੁੱਕਾ ਫਰਸਟ ਬਣ ਚੁੱਕਾ ਬਿਲਕੁਲ ਜੀ ਇਸ ਸਪਲੀਮੈਂਟ ਦੇ ਵਿੱਚ ਇੰਡੀਆ ਦੇ ਵਿੱਚ ਟੋਟਲੀ ਸਪਲੀਮੈਂਟ ਫੇਕ ਪ੍ਰੋਡਿਊਸ ਬਹੁਤ ਜ਼ਿਆਦਾ ਜਿਹਨੇ ਜੈਨੂਇਨ ਸਪਲੀਮੈਂਟ ਆ ਰਿਹਾ ਹੈ ਆਲਮੋਸਟ ਵਿਕਤੇ ਰਿਹਾ ਉਹ ਵੀ ਲੇਕਿਨ ਉਹ ਐਕਸਪਾਇਰ ਹੋ ਰਿਹਾ ਐਕਸਪਾਇਰ ਹੋਣ ਦਾ ਕਾਰਨ ਕੀ ਹੈ ਕਿ ਉਹਦੀ ਜਗ੍ਹਾ ਤੇ ਨਕਲੀ ਸਪਲੀਮੈਂਟ ਬਿਕ ਰਿਹਾ ਹੈ ਮੇਰਾ ਮੇਨ ਮੋਟੋ ਹੈ ਕਿ ਮੈਂ ਨਕਲੀ ਸਪਲੀਮੈਂਟ ਨੂੰ ਖਤਮ ਕਰਾਂ ਇਹਦੇ ਵੀ ਮੈਨੂੰ ਤੁਹਾਡੇ ਵਰਗੇ ਭਰਾਵਾਂ ਦਾ ਸਾਥ ਹੀ ਚਾਹੀਦਾ ਬਿਲਕੁਲ ਉਹ ਜਿਹੜੇ ਨਕਲੀ ਜਿਹੜੇ ਨਕਲੀ ਸਪਲੀਮੈਂਟ ਆ ਤੁਸੀਂ ਕਦੀ ਨਹੀਂ ਚਾਹੋਗੇ ਕਿ ਤੁਹਾਡਾ ਬੱਚਾ ਕੱਲ ਨੂੰ ਵੱਡਾ ਹੋਵੇ ਤੇ ਉਹਦੀ ਬੋਡੀ ਦੇ ਵਿੱਚ ਨਕਲੀ ਚੈਰ ਜਾਵੇ ਨਾ ਸਪਲੀਮੈਂਟ ਜਾਵੇ ਤੇ ਇਹਨੂੰ ਖਤਮ ਕਰਨ ਲਈ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ ਕਿ ਅਸੀਂ ਆਪਣੀ ਪੋਡਕਾਸਟਿੰਗ ਦੇ ਉੱਪਰ 1 ਬਾਈ 1 ਇੱਕ ਇੱਕ ਸਪਲੀਮੈਂਟ ਦਾ ਖੁਲਾਸਾ ਕਰੀਏ ਜਿਹਦਾ ਕੋਈ ਓਨਰ ਨਹੀਂ ਹੈ ਜਿਹਦਾ ਕੋਈ ਕਸਟਮਰ ਨਹੀਂ ਹੈ ਜਿਹਦਾ ਕੋਈ ਆਪਣਾ ਕਹ ਲੋ ਵੈਬਸਾਈਟ ਨਹੀਂ ਹੈ ਜਿਹਦਾ ਕੋਈ ਮਾਰਕੀਟਿੰਗ ਐਕਸੀਕਿਊਟਿਵ ਟੀਮ ਨਹੀਂ ਹੈ ਜਿਹਦਾ ਕੋਈ ਮੈਨੂਫੈਕਚਰ ਨਹੀਂ ਹੈ ਜੋ ਇੱਕ ਗਲੀ ਕੋਚੇ ਦੇ ਵਿੱਚ ਨੁੱਕਰ ਤੇ ਅੱਛੀ ਪੈਕਿੰਗ ਦੇ ਕੇ ਦੁਰਨ ਵਾਂਗੂ ਸਜਾ ਕੇ ਮਾਰਕੀਟ ਚ ਰੱਖ ਦਿੱਤਾ ਜਾ ਰਿਹਾ ਤੇ ਲੋਕੀ ਪੈਕਿੰਗ ਤੇ ਫਲੇਵਰ ਦੇਖ ਕੇ ਉਹਨੂੰ ਖਾ ਰਹੇ ਨੇ ਇਹ ਚੀਜ਼ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਇਹ ਚੀਜ਼ ਨਾ ਖਾਓ ਤੇ ਅਸੀਂ ਉਸ ਪ੍ਰੋਡਕਟ ਨੂੰ ਚੈਲੰਜ ਵੀ ਕਰਦੇ ਹਾਂ ਜਿਹਦਾ ਕੋਈ ਓਨਰ ਹੈ ਤੇ ਉਹ ਸਾਹਮਣੇ ਆਵੇ ਅਸੀਂ ਚੈਲੰਜ ਕਰਦੇ ਹਾਂ ਕਿ ਜਿਹੜਾ ਕੋਈ ਮੈਨੂਫੈਕਚਰਰ ਜਿੰਨੇ ਬਣਾਇਆ ਉਹ ਸਾਹਮਣੇ ਆਵੇ ਤੇ ਤੇ ਤੁਹਾਡੇ ਖਿਆਲਾਂ ਨਾਲ ਤੁਸੀਂ ਫੇਕ ਸਪਲੀਮੈਂਟ ਨੂੰ ਕਿਵੇਂ ਖਤਮ ਕਰ ਸਕਦੇ ਹੋ ਸਾਡਾ ਮਿਲ ਕੇ? ਪਰ ਹੀ ਫੇਕ ਸਪਲੀਮੈਂਟਸ ਦੇ ਕਰਕੇ ਹੀ ਬੱਚਿਆਂ ਨੂੰ ਪੇਰੈਂਟਸ ਤੁਸੀਂ ਦੇਖਦੇ ਹੋ ਮੈਂ ਜਿੰਮਾ 'ਚ ਮੇਰੇ ਕੋਲ ਪੇਰੈਂਟਸ ਹੁੰਦੇ ਨੇ। ਹਾਂ ਹੁਣ ਵੀ ਬੱਚੇ ਦੋ ਲੱਗੇ ਸੀ ਮੇਰੇ ਕੋਲੇ। ਉਹਦੇ ਫਾਦਰ ਆਈਸ ਜਿੰਮੇ ਮੇਰੇ ਕੋਲੇ ਲਵਾਉਣਾ। ਸਾਨੂੰ ਬੜਾ ਨਾ ਫੀਲ ਹੁੰਦਾ ਭਾਜੀ ਵੀ ਅਸੀਂ ਪਲੇਅਰਾਂ ਇੱਕ ਤਾਂ ਪ੍ਰੋਫੈਸ਼ਨਲਸ ਕੋਲ ਲੈ ਕੇ ਹੁੰਦੇ ਬੱਚਿਆਂ ਨੂੰ ਉਹਦੇ ਫਾਦਰ ਜਿੰਮ ਲਵਾ ਰਹੇ ਸੀਗੇ। ਮੈਂ ਕਹਾਂ ਜੀ ਕੋਈ ਨਾ ਮੈਂ ਇਹਨਾਂ ਨੂੰ ਐਕਸੈਲ ਕਰਾਂਗਾ। ਕਿਹਨਾਂ ਤੁਹਾਡਾ ਕਿਸੇ ਨੇ ਰੈਫਰੈਂਸ ਦਿੱਤਾ ਵਾ? ਬਈ ਤੁਸੀਂ ਬੱਚਾ ਨੂੰ ਸਹੀ ਗਾਈਡ ਕਰਦੇ ਹੋ ਬਈ ਤੁਸੀਂ ਇਹਨੂੰ ਜਿਮਲਵਾਓ ਨਾਲ ਹੀ ਮੈਨੂੰ ਆ ਕਿ ਉਹ ਕਹਿੰਦੇ ਆ ਡੱਬਾ ਡੁਬਾ ਨਹੀਂ ਦੇਣਾ ਕੋਈ ਉਹਨੂੰ ਪਰ ਇਹ ਬੜਾ ਫੀਲ ਹੁੰਦਾ ਯਾਰ 2 ਮਿੰਟ ਲਈ ਨਾ ਜਦੋਂ ਕੋਈ ਇਦਾਂ ਪੇਰੈਂਟਸ ਬੋਲਦਾ ਵਾ ਡੱਬਾ ਡੁਬਾ ਨਹੀਂ ਦੇਣਾ ਮੈਂ ਕਿਹਾ ਭਾਜੀ ਇੱਕ ਤਾਂ ਤੁਸੀਂ ਮੈਨੂੰ ਇਹ ਗੱਲ ਕਹਿਤੀ ਮੇਰੀ ਤਰੀਫ਼ ਵੀ ਕਰਤੀ ਤੇ ਮੇਰੇ ਚਪੇੜ ਵੀ ਮਾਰਤੀ ਮੈਨੂੰ ਕਹਤਾ ਵੀ ਬੱਚੇ ਨੂੰ ਤੁਹਾਡੇ ਸੁਣ ਕੇ ਆਇਆ ਵੀ ਜਿਹੜੀ ਦੇ ਵਿੱਚ ਬੜਾ ਬੱਚਾ ਨੂੰ ਸਹੀ ਗਾਈਡ ਕਰਦੇ ਤੇ ਮੇਰੇ ਕੋਲ ਸਟੂਡੈਂਟਸ ਆਉਂਦੇ ਵੀ ਬਹੁਤ ਨੇ ਛੋਟੇ ਬੱਚੇ ਤੇ ਇੱਕ ਤੁਸੀਂ ਇਹ ਵੀ ਗੱਲ ਡੱਬਾ ਡੁਬਾ ਨਹੀਂ ਦੇਣਾ ਮੈਂ ਕਿਹਾ ਜਿਨ੍ਹਾਂ ਨੇ ਤੁਹਾਨੂੰ ਗਾਈਡ ਕੀਤਾ ਮਹਾਰਾਜੀ ਪਹਿਲੀ ਗੱਲ ਤੁਹਾਨੂੰ ਡੱਬਾ ਨਹੀਂ ਕਹਿੰਦੇ ਲੋਕ ਹਾਂ ਇਹੀ ਨੇ ਪਤਾ ਲੋਕਾਂ ਨੂੰ ਡੱਬਾ ਵਾਟ ਇਜ਼ ਡੱਬਾ ਬਾਕਸ ਤੁਸੀਂ ਗੱਲ ਕਰੋ ਮੈਂ ਕਿਹਾ ਭਾਜੀ ਮੈਡੀਕਲ ਸਟੋਰ ਤੋਂ ਮੈਡੀਕਲ ਸਟੋਰ ਤੋਂ ਤੁਸੀਂ ਡੱਬਾ ਲੈਣੇ ਹੋ ਬੋਨ ਵਿਟਾ ਦਾ ਹੋਰਲਿਕਸ ਦਾ ਬੂਸਟ ਦਾ ਪਤਾ ਨਹੀਂ ਕੀ ਗੰਦਬੰਦ ਪਾਇਆ ਉਹਨਾਂ ਚ ਉਹ ਤੁਸੀਂ ਲੈ ਆਉਣੇ ਹੋ ਕਦੀ ਕਹਿੰਦੇ ਮੈਡੀਕਲ ਡੱਬਾ ਦੇ ਯਾਰ ਆ ਡੱਬਾ ਦੇ ਤੁਸੀਂ ਹੋਲਿਸ ਤਾਂ ਹੁਣ ਹੋਰਲਿਕਸ ਬੜੇ ਟੋਰਨਾ ਮੰਗਦੇ ਹੋ ਮੇਰਾ ਬੱਚਾ ਹੋਰਲਿਕਸ ਪਿੰਦਾ ਮਸ਼ਹੂਰੀ ਹੁੰਦੀ ਉਹਦੀ ਠੀਕ ਹੈ ਮੈਂ ਕਿਹਾ ਭਾਜੀ 5-5000 ਦੇ ਸਪਲੀਮੈਂਟ ਨੇ ਇੱਕ ਇੱਕ ਬਾਕਸ 5566 ਅਰਦਾ ਮਿਲਦਾ ਵਾ ਤੇ ਤੁਸੀਂ ਨੰਬਾ ਕਰਕੇ ਛੱਡ ਦਿੰਨੇ ਹੋ ਮੈਂ ਕਿਹਾ ਅਸੀਂ 20 ਰੁਪਏ ਕਿਲੋ ਵਾਲਾ ਆਟਾ ਨਹੀਂ ਖਾਂਦੇ ਅਸੀਂ ਵੇ ਪ੍ਰੋਟੀਨ ਲੈਣੇ ਆ ਠੀਕ ਹੈ ਜੋ ਸੋਨੇ ਦੇ ਬਰਾਬਰ ਆ ਤੇ ਬੋਡੀ ਤਾਂ ਬਣਦੀ ਆ ਤੇ ਜੇ ਤੁਸੀਂ ਇਹ ਸੋਚਦੇ ਹੋ ਨਹੀਂ ਭਾਜੀ ਸਾਡਾ ਕੋਈ ਰਿਸ਼ਤੇਦਾਰ ਸੀਗਾ ਉਹਦਾ ਮੁੰਡਾ ਸੀਗਾ ਉਹਦੀ ਕਿਡਨੀਆਂ ਮੈਂ ਕਿਹਾ ਭਾਜੀ ਮੈਂ 18 ਸਾਲ ਤੋਂ ਜਿਮ ਲਾ ਰਿਆ 18000 ਸਾਲ ਦਾ 18000 ਦਾ ਡਾਇਲੌਗ ਸੁਣ ਚੁੱਕਾ ਵਾਂ ਵੀ ਮੇਰਾ ਦੋਸਤ ਸੀਗਾ ਮੇਰਾ ਰਿਸ਼ਤੇਦਾਰ ਸੀ ਮੇਰਾ ਉਸੇ ਮੱਕਾ ਮਲਾਉ ਦਾ ਸਹੀ ਉਹਦੇ ਪੇਰੈਂਟਸ ਨਾਲ ਗੱਲ ਮੈਨੂੰ ਸਾਨੂੰ ਵੀ ਤਾਂ ਸਖਸ਼ ਦਿਖੇ ਵੀ ਜਿੰਨਾ ਪ੍ਰੋਟੀਨ ਖਾਣਾ ਜਿਹਦੇ ਕਿਡਨੀਆਂ ਫੇਲ ਹੋ ਗਈਆਂ ਅਸੀਂ ਜੰਗ ਹੋਈ ਜਾਂਦੇ ਆ ਸਾਨੂੰ ਕੋਈ ਮੰਨਦਾ ਨਹੀਂ 33 ਸਾਲ ਦੀ ਉਮਰ ਹੋ ਗਈ ਆ ਵੀ ਇਨੀ ਏਜ ਹੋ ਗਈ ਆ ਨਾ ਸਪਲੀਮੈਂਟਸ ਨਾਲ ਅਸੀਂ ਜੰਗ ਹੋ ਰਹੇ ਆ ਤੇ ਤੁਸੀਂ ਕਹਿੰਦੇ ਕਿਡਨੀਆਂ ਫੇਲ ਹੋ ਗਈਆਂ ਸਾਰੀ ਸਾਰੀ ਕਰਤੂਤ ਹੈ ਫੇਕ ਦੀ ਪੇਰੈਂਟਸ ਨੂੰ ਪੇਰੈਂਟਸ ਨੂੰ ਨਹੀਂ ਪਤਾ ਕੀ ਤਾਂ ਡਿਕਰੇਡਾ ਬੋਕਸ ਆਇਆ ਉਹ ਜੋ ਡਰਾਤਾ ਡਰ ਪੈ ਚੁੱਕਾ ਉਹਨਾਂ ਦੇ ਮਨ 'ਚ ਜਿਹੜੇ ਫੇਕ ਦੇਖੋ ਹਾਂ ਹੁੰਦੀਆਂ ਹੋਣਗੀਆਂ ਕਿਰਨੀਆਂ ਲੀਵਰ ਫੇਲ ਹੁੰਦੇ ਆ ਤਾਂ ਹੀ ਅਸੀਂ ਮੁਹਿੰਮ ਚੱਕੀ ਬਾਜੀ ਵਾਲੀ ਵੀ ਅਸੀਂ ਖਤਮ ਕਰਨਾ ਇਹਨੂੰ ਕਿਉਂਕਿ ਸਾਡਾ ਵੀ ਗੱਲ ਨੂੰ ਨਾਮ ਬਦੇ ਵੀ ਅਸੀਂ ਬੱਚਿਆਂ ਨੂੰ ਸਹੀ ਗਾਈਡ ਕਰ ਰਹੇ ਹਾਂ ਐਕਚੁਅਲੀ ਸਹੀ ਗਾਈਡ ਕਰ ਰਹੇ ਹਾਂ ਲੋਕ ਅੱਖਾਂ ਬੰਦ ਕਰਕੇ ਸੜਕੋਂ ਆਣ ਵੀ ਯਾਰ ਜਿਹੜੇ 'ਚ ਜਾऊं ਜਿਹੜਾ ਮਰਜੀ ਬੋਕਸ ਚੱਕ ਲਓ ਪ੍ਰੋਟੀਨ ਦਾ ਜੇਨਰ ਦਾ ਕਰਟੀਨ ਦਾ ਗਲੂਟਾਮਾਈਨ ਦਾ ਉੱਥੇ ਜੈਨੂਨੀ ਮਿਲਣਾ ਤੁਹਾਨੂੰ ਉਹਨੂੰ ਬ੍ਰਾਂਡ ਨਾ ਪੁੱਛੋ ਵੀ ਕਿਹੜਾ ਪਿਆ ਵਾ ਜਿਹੜਾ ਪਿਆ ਲਿਆਓ ਕਿੰਨਾ ਮਜ਼ਾ ਆਉਂਦਾ ਕੰਮ ਕਰਨ ਦਾ ਉਸ ਟਾਈਮ ਦੇ ਉੱਤੇ ਜਿਵੇਂ ਫੋਰਨ ਚ ਹੁੰਦਾ ਕਿ ਬੰਦਾ ਕੋਈ ਚ ਸਟੋਰ ਜਾਂਦਾ ਵਾ ਵੇ ਪ੍ਰੋਟੀਨ ਲੈਣਾ ਯਾਰ ਵੇ ਪ੍ਰੋਟੀਨ ਲੈਣਾ ਆ ਚੱਕਿਆ ਉੱਥੇ ਵੇ ਬੜਦਾ ਉਹ ਕੰਪਨੀ ਨਹੀਂ ਦਿਖਦਾ ਇੱਥੇ ਮੁੰਡੇ ਭਾਜੀ ਉਹਨਾਂ ਦਾ ਰੱਖ ਦਿਓ ਮਸਲ ਪਲੇਜ਼ ਹੈ ਤਾਂ ਹੋਰ ਸੁਣੋ ਬੱਚੇ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਭਾਜੀ ਵੇ ਦਾ ਪ੍ਰੋਟੀਨ ਚਾਹੀਦਾ ਵੇ ਵੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪ੍ਰੋਡਕਟ ਹੈ ਉਹ ਸੋਚਦੇ ਵੇ ਬ੍ਰਾਂਡ ਆ بڑے ਬੱਚੇ ਨੇ ਭਾਜੀ ਮੇਰੇ ਕੋਲ ਅਜ ਤੱਕ ਜਿਮ 'ਚ ਮੇਰੇ ਮਹੀਨੇ 'ਚ 2-3 ਕੇਸ ਇਹ ਆ ਜਾਂਦੇ ਆ। ਭਾਜੀ ਵੇਹ ਦਾ ਪ੍ਰੋਟੀਨ ਕਿਦਾ ਰਹੂਗਾ? ਦੇਖੋ 2024 2024 ਦੇ ਵਿੱਚ ਵੀ ਕਿੰਨੀ ਵਧੀਆ ਐਜੂਕੇਸ਼ਨ ਇਹ ਨਹੀਂ ਪਤਾ ਵੇਹ। ਵੇ ਇੱਕ ਪ੍ਰੋਡਕਟ ਦਾ ਨਾਮ ਕਿਹੇ ਬੱਚੇ? ਪੜ੍ਹੇ ਲਿਖੇ ਬੱਚੇ ਨੇ ਭਾਜੀ। ਵੀ ਬ੍ਰਾਂਡ ਨੂੰ ਵੇ ਪ੍ਰੋਟੀਨ ਕਹੀ ਜਾਂਦੇ ਨੇ। ਵੇ ਦਾ ਪ੍ਰੋਟੀਨ ਹੈਗਾ। ਭਾਜੀ ਅੱਜਕੱਲ ਇੱਕ ਪ੍ਰੋਡਕਟ ਆਇਆ ਮਾਰਕੀਟ ਦੇ ਵਿੱਚ ਜੀ ਐਚ ਆਰ ਪੀ 6 ਪਾਊਡਰ ਫਾਰਮ ਦੇ ਵਿੱਚ ਵਿਦ ਸੇ ਜੇ ਸੀ ਐਜ਼ ਅ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਤੁਸੀਂ ਐਨੇ ਸਾਲ ਆਇਆ ਸਟਰੀਟ ਰੋਡ ਦੇ ਵਿੱਚ ਆਂਦਾ ਜੀ ਐਚ ਉਹ ਜ਼ਿੰਦਗੀ ਚ ਕਦੀ ਪਾਊਡਰ ਫਾਰਮ ਚ ਨਹੀਂ ਆ ਸਕਦਾ ਨਹੀਂ ਆ ਸਕਦਾ ਭਾਈ ਇਹ ਕੇਸ ਇਨ ਕੇਸ ਪਾਊਡਰ ਫਾਰਮ ਚ ਆਇਆ ਹੈ ਤੇ ਉਹਦੀ ਕੋਸਟ 1500 ਨਹੀਂ ਹੋ ਸਕਦੀ ਜੋ ਕਿ 6 6 10 1000 ਦੇ ਬਿਲਕੁਲ ਤੇ ਪਾਊਡਰ ਫਾਰਮ ਦੇ ਵਿੱਚ ਲੋਕਾਂ ਨੂੰ ਡੈਕਸੋਨਾ ਮਾਲਟੋ ਡੈਕਸਟ੍ਰੀਨ ਤੇ ਪਤਾ ਨਹੀਂ ਕੀ ਕੁਝ ਗੰਦ ਘੋਲ ਕੇ ਖਵਾਇਆ ਜਾਂਦਾ ਬੜੀ ਤਰ੍ਹਾਂ ਚ ਵੇਚ ਰਿਹਾ ਵੇਚ ਰਿਹਾ ਗਵਰਨਮੈਂਟ ਕੁਝ ਨਹੀਂ ਕਰ ਰਹੀ ਬਹੁਤ ਅਦਾਜ ਵੇਚ ਰਿਹਾ ਕਰ ਰਿਹਾ ਮੰਨਦਾ ਕਹਿੰਦਾ ਖਾ ਕੇ ਮੇਰਾ 7 ਕਿਲੋ ਗੇਨ ਹੋ ਗਿਆ 8 ਕਿਲੋ ਛੋਟਾ ਛੋਟਾ ਜਾਰ ਦੋ ਜਾਰ ਦਾ ਡੱਬਾ ਸਾਡਾ ਡੱਬਾ ਗਿਵਿੰਗ ਯੂ 8 ਕੇ 8 ਕੇਜੀ ਗੇਨਿੰਗ ਪਾਜੀ ਇਹੀ ਤਾਂ ਮੈਨੂੰ ਇਹੀ ਤਾਂ ਬੱਚੇ ਸਮਝ ਨਹੀਂ ਰਹੇ ਮੈਂ ਤੁਹਾਡੇ ਚੈਨਲ ਥਰੂ ਵੀ ਮੈਂ ਇਹੀ ਸਮਝਾਉਣਾ ਚਾਹਣਾ ਬੱਚਿਆਂ ਨੂੰ ਵੀ ਤੁਸੀਂ ਪ੍ਰੋਡਕਟ ਨੂੰ ਗੇਨਿੰਗ ਜਿਵੇਂ ਕਿਉਂ ਲੈ ਕੇ ਜਾਂਦੇ ਹੋ ਜਿਹੜਾ ਜੈਨੂਨ ਸਪਲੀਮੈਂਟ ਹੋਊਗਾ ਤੁਹਾਡੇ ਮਸਲ ਦੀ ਗਰੋਥ ਕਰੂਗਾ ਅ ਕਿਹੜੀ ਵੀ ਬਹੁਤ ਵੱਡੀ ਆ ਬਹੁਤ ਬਹੁਤ ਸਲੋਲੀ 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 ਜੇ 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 18 18 ਕਿਜੀ ਸਾਡੇ ਪ੍ਰੋਫੈਸ਼ਨਲਜ਼ ਅਗੇ ਹੁੰਦੇ ਨੇ ਤੇ ਸ਼ਾਇਦ ਮੈਂ ਸੋਫੇ ਤੇ ਗੱਲੇ ਬੈਠਾ ਹੁੰਦਾ ਆ ਮੇਰੇ ਅਗੇ ਸਵਾਨ ਨਾ ਪਿਆ ਹੁੰਦਾ ਤੇ ਮੈਂ ਮਸਾ ਹੀ ਫਿੱਟ ਹੁੰਦਾ ਇੱਥੇ ਹਨਾ ਤੇ 13 14 ਸਾਲ ਤੋਂ ਵੇਪ ਪ੍ਰੋਟੀਨ ਲੈ ਰਿਆ ਮੈਂ ਜਿਹੜੇ ਮੁੰਡੇ ਸੋਚਦੇ ਨੇ ਭਾਜੀ ਵੀ ਅਸੀਂ ਡੱਬੇ ਨਾਲ ਬੋੜੀ ਨਹੀਂ ਬਣੋਣੀ ਹੈਗੀ ਵੀ ਫਿਰ ਤਾਂ 13 ਸਾਲ ਤੋਂ ਪਤਾ ਨਹੀਂ ਮੈਂ ਕਿੰਨੇ ਡੱਬੇ ਖਾ ਗਏ ਯਾਰ ਮੇਰੇ ਤਾਂ ਬੋੜੀ ਕਿੱਥੇ ਤੱਕ ਪਹੁੰਚ ਜਾਨੀ ਸੀਗੀ ਮੈਂ ਤਾਂ ਮੇਰਾ ਸਾਈਜ਼ ਕਈ ਸਾਲਾਂ ਤੋਂ ਇੱਥੇ ਮੈਂਟੇਨ ਰਿਹਾ 17 18 17 18 ਚ ਹਰ ਚੀਜ਼ ਦੀ ਇੱਕ ਲਿਮਟ ਹੈ ਹਾਰਮones ਹਰ ਬੰਦੇ ਦੇ ਲੱਗ ਹੈ ਉਹਦੇ ਸਾਹਮਣੇ ਉਹਦੀ ਬੋਡੀ ਦਾ ਸਟਰਕਚਰ ਸਟਰਕਚਰ ਤਿਆਰ ਹੁੰਦਾ ਉਸ ਸਟਰਕਚਰ ਨੂੰ ਸਟਰਕਚਰ ਨੂੰ ਅਸੀਂ ਕਰਾਸ ਕਰਦੇ ਹਾਂ ਇੱਕ ਅਲੱਗ ਆਰਟੀਫੀਸ਼ੀਅਲ ਹਾਰਮੋਨ ਉਹਦਾ ਵੀ ਉਹਦਾ ਵੀ ਇੱਕ ਲੈਵਲ ਹੈ ਡੋਨਟ ਗਿਵ ਥਿਸ ਥਿਸ ਟੂ ਥਿਸ ਟੂ ਬਿਲਕੁਲ ਪਰ ਦੁਨੀਆ ਦਾ ਕੀ ਕਹਿਣਾ ਹੈ ਕਿ ਨੰਬਾ ਹਦਾ ਉਹਨੇ ਇੱਕ ਮਹਰਤੀ ਆ ਗਿਆ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਨੇ ਕਿ 2500 ਦਾ 2500 ਦਾ ਅੱਗੇ ਨਾਲ ਲੋ ਨਾਲ ਇਹ ਫਰੀ ਨਾਲ ਇਹ ਫਰੀ ਤੁਹਾਨੂੰ 4/4 ਥਾਰ ਬਣਾ ਦਾਂਗੇ ਥਾਪੀਆਂ ਮਾਰਨੇ ਲਾ ਦਾਂਗੇ 15 ਕਿਲੋ weight ਗੈਨ ਹੋਜੂ 12 ਕਿਲੋ ਗੈਨ ਹੋਜੂ ਐਕਚੁਅਲ ਦੇ ਵਿੱਚ ਨਾ ਉਹ ਬੰਦੇ ਐਜੂਕੇਟਿਡ ਨੇ ਉਹਨਾਂ ਦੀ ਕੋਈ ਕੁਆਲਿਫਿਕੇਸ਼ਨ ਹੈ ਨਾ ਨਨੋ ਸਾਇੰਸ ਪਤਾ ਹੈ ਕੀ ਐਦੇ ਪਿੱਛੇ ਦੀ ਸਾਇੰਸ ਕੀ ਹੈ ਬਟ ਲੋਕਾਂ ਨੇ ਇੱਕ ਸੋਸ਼ਲ ਮੀਡੀਆ ਦੇ ਪਿੱਛੇ ਇਨੀ ਤਗੜੀ ਭੇਡ ਚਾਲ ਬਣਾ ਲਈ ਹੈ ਕਿ ਉਹਨਾਂ ਦੇ ਪਿੱਛੇ ਜਾ ਜਾ ਆਪਣਾ ਪੈਸਾ ਵੀ ਬਰਬਾਦ ਕਰ ਰਹੇ ਨੇ ਆਪਣਾ ਟਾਈਮ ਵੀ ਬਰਬਾਦ ਕਰ ਰਹੇ ਨੇ ਤੇ ਆਪਣਾ ਸਰੀਰ ਵੀ ਬਰਬਾਦ ਮੈਂ ਉਹ ਬੱਚੇ ਨੂੰ ਮੈਸੇਜ ਦੇਣਾ ਚਾਹੁੰਦਾ ਭਾਜੀ ਜਿਹੜੇ ਬੱਚੇ ਇਹ ਜਿਹੇ ਵੀਡੀਓ ਦੇਖ ਕੇ ਸਪਲੀਮੈਂਟ ਮੰਗਵਾਉਂਦੇ ਆ ਨਾ ਉਹ ਬੱਚੇ ਉਹਨਾਂ ਕੋ ਜਾਣ ਇਕੱਠੇ ਹੋ ਕੇ ਜਾਣ 10 15 ਵੀ ਮੁੰਡੇ ਉਹਨਾਂ ਨੂੰ ਕਹਿਣ ਭਾਜੀ ਵੀ ਇਦਾਂ ਸਾਡਾ ਚੈਨਲ ਉਹ ਤੁਹਾਡੇ ਬਾਰੇ ਇਦਾਂ ਕਹਿ ਰਹੇ ਸੀਗੇ ਤੁਸੀਂ ਉਹਨਾਂ ਨਾਲ ਬਹਿ ਕੇ ਇੱਕ ਵਾਰ ਇੰਟਰਵਿਊ ਕਰੋ ਮੈਂ ਚੈਲੰਜ ਦੇਣਾ ਮੈਂ ਓਪਨ ਚੈਲੰਜ ਦੇ ਨੇ ਵੀ ਇੰਸਟਾ ਇੰਸਟਾਗ੍ਰam ਦੇ ਉੱਪਰ ਡੱਬੇ ਦੇ ਨਾਲ ਕੰਬੋ ਲਾ ਕੇ 2500 ਤੋਂ 3500 ਦੇ ਵਿੱਚ 6 6 7 7 ਚੀਜ਼ਾਂ ਦੇ ਰਿਹਾ ਹਾਂ ਉਹ ਚੈਲੰਜ ਚੈਲੰਜ ਕਰਦੇ ਨੇ ਕਿ ਇੱਕ ਡੱਬਾ 10 ਤੋਂ 12 ਕਿਲੋ ਗੇਨ ਹੋ ਜਾਏ ਓਪਨਲੀ ਚੈਲੰਜ ਮੇਰੇ ਚੈਲੰਜ ਮੇਰੀ ਪੋਡਕਾਸਟ ਤੇ ਆਓ ਤੁਹਾਡਾ ਸਾਰਿਆਂ ਦਾ ਖਰਚਾ ਮੈਂ ਛੱਕੂ ਆਨ ਜਾਣ ਦਾ ਜੋ ਤੁਹਾਨੂੰ ਫੀਸ ਚਾਹੀਦੀ ਆਈ ਵਿਲ ਪੇ ਆਲਸੋ ਠੀਕ ਹੈ ਜੋ ਤੁਸੀਂ ਖਾਣਾ ਪੀਣਾ ਵੈਜ ਦੇ ਵਿੱਚ ਕਿਉਂਕਿ ਆਮ ਪ੍ਰੋ ਵੈਜੀਟੇਰੀਅਨ ਤੁਹਾਨੂੰ ਉਹ ਖਵਾਇਆ ਦਿੱਤਾ ਜਾਏਗਾ ਇੱਕ ਵਾਰੀ ਆਈ ਰਿਕਵੈਸਟ ਇੱਕ ਵਾਰੀ ਮੇਰੀ ਪੋਡਕਾਸਟ ਤੇ ਆਓ ਤੇ ਆ ਕੇ ਮੇਰੇ ਨਾਲ ਖੁੱਲ ਕੇ ਗੱਲ ਕਰੋ ਕਿ ਇਹ ਕਿਵੇਂ ਪੋਸੀਬਲ ਹੈ ਜੇ ਤੁਸੀਂ ਜਿੱਤਦੇ ਹੋ ਤੇ ਮੈਂ ਤੁਹਾਨੂੰ 5 ਲੱਖ ਕੈਸ਼ ਓਨ ਦੀ ਸਪੋਟ ਜਾਂ ਚੈੱਕ ਤੁਹਾਡੇ ਅਕਾਊਂਟ ਦੇ ਵਾਦਾ ਕਰਦਾ ਮੁਕਰਾਂਗੇ ਮੁਕਰਾਂਗੇ ਨਹੀਂ ਇਨਾਮ ਦੂੰਗਾ ਬਿਲਕੁਲ ਬਾਜੀ ਮਜ਼ਾ ਹੁੰਦਾ ਬਾਜੀ ਗੱਲ ਕਰਕੇ ਪਤਾ ਲੱਗੇ ਆ ਲੱਗੇ ਸਾਡੇ ਸਾਨੂੰ ਵੀ ਪਤਾ ਲੱਗੇ ਕਿ ਇੱਕ ਡੱਬਾ ਕਿਵੇਂ ਇੰਨੀ ਗੀਨਿੰਗ ਦੇ ਰਿਹਾ ਉਸ ਡੱਬੇ ਦੇ ਪਿੱਛੇ ਤੁਸੀਂ ਹੋਲ ਸੇਲ ਦੇ ਉੱਪਰ ਕਹਿ ਕੇ 2500 3000 ਦਾ ਵੇਚ ਰਹੇ ਹੋ ਉਹਦੇ ਵਿੱਚੋਂ BCA ਗਲੂਟਾਮਾਈਨ ਮਲਟੀਵਿਟਾਮਿਨ ZDM ਵਿੱਚ ਚੀਜ਼ਾਂ ਟੈਸਟ ਬਸ ਲਗਾ ਕੇ ਵੀ ਦੇ ਰਹੇ ਤੁਸੀਂ پیسے ਬਚੇ پیسے ਬਚਾ ਵੀ ਰਹੇ ਹੋ ਆਪਣਾ ਸਟੋਰ ਵਿੱਚ ਚਲਾ ਰਹੇ ਹੋ ਆਪਣਾ ਘਰ ਵਿੱਚ ਘਰ ਵੀ ਚਲਾ ਰਹੇ ਹੋ ਤੁਸੀਂ 6-6 ਮੁੰਡੇ ਵੀ ਰੱਖੇ ਉਹਨਾਂ ਦੀ ਸੈਲਰੀ ਵੀ ਪੇ ਕਰ ਰਹੇ ਹੋ ਠੀਕ ਹੈ ਜੀ ਫਿਰ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਹੱਲਾ ਬੋਲ ਰਹੇ ਹੋ ਕਿ ਆ ਜੀ ਇੰਨੇ ਮੁੰਡੇ ਤਿਆਰ ਕਰਤੇ ਸੀ ਇਹ ਕਰਤਾ ਉਹ ਕਰਤਾ ਫਿਰ ਤੁਹਾਡੇ ਕਮੈਂਟ ਆਫ ਕਮੈਂਟ ਆਫ ਕਿਉਂ ਹੈ ਕਮੈਂਟ ਕਿਉਂ ਆ ਤੁਹਾਡੇ ਕਮੈਂਟ ਆਫ ਕਿਉਂ ਹੈ ਜਿੰਨਾ ਦੇ ਸਰੀਰ ਖਰਾਬ ਹੋਏ ਥੇ ਲੈ ਕਮੈਂਟ ਨਾ ਕਰਨ ਇਸੇ ਕਾਰਨ ਤੁਹਾਡੇ ਕਮੈਂਟ ਆਫ ਹੈ ਜਿਗਰਾ ਰੱਖੋ ਕਮੈਂਟ ਔਨ ਰੱਖੋ ਤਾਕੀ ਜਿਹੜੇ ਬੰਦੇ ਤੁਹਾਡੇ ਕੋਲੋਂ ਪ੍ਰੋਡਕਟ ਲੈ ਕੇ ਗਏ ਆ ਉਥੇ ਲੈ ਕਮੈਂਟ ਕਰ ਸਕਣ ਕਿ ਹਾਂ ਮੈਂ ਖਾਦਾ ਮੈਨੂੰ ਇਹ ਬੈਨੀਫਿਟ ਆਇਆ ਜਾਂ ਮੈਂ ਖਾਦਾ ਮੈਨੂੰ ਆ ਨੁਕਸਾਨ ਹੋਇਆ ਬਿਲਕੁਲ ਭਾਈ ਬਟ ਦਾਮਨੀ ਨਹੀਂ ਆਣਗੇ ਬਾਰੀ ਚੈਨਲ ਤੇ ਕਦੇ ਵੀ ਮਤਲਬ ਹੀ ਨਹੀਂ ਬੜੀ ਦੁਕਾਨਦਾਰ ਚਲਦੀ ਪਈ ਆ ਦੁਕਾਨਦਾਰ ਚਲਦੀ ਪਈ ਆ ਮੈਂ ਤਾਂ ਕਹਿੰਨਾ ਲੋਕਾਂ ਦੀ ਬੇਫਕੂਫੀ ਆ ਇੱਕ ਬੰਦਾ ਅਨਪੜੋ ਕੇ ਹਜ਼ਾਰਾਂ ਬੰਦਿਆਂ ਨੂੰ ਬੇਫਕੂਫ ਬਣਾ ਰਿਹਾ ਠੀਕ ਹੈ ਜੀ ਮੈਂ ਕਹਿੰਦਾ ਉਹ ਬੰਦਾ ਕਹਿੰਦਾ ਬੰਦਾ ਅਨਪੜੋਖੇ ਵੀ ਸਮਾਰਟ ਪੜ੍ਹੇ ਲਿਖਿਆ ਅਨਪੜੋਖੋ ਟਿੱਖਿਆ ਨਾ ਪੜੋ ਮੇਰਾ ਸਟੂਡੈਂਟ ਕੱਲ ਮੈਨੂੰ ਕਹਿੰਦਾ ਕਹਿੰਦਾ ਬਾਜੀ ਮੈਂ ਨਾ ਪ੍ਰੋਟੀਨ ਲੈਣਾ ਵਾ ਤੇ ਸੋਚ ਰਿਹਾ ਕ੍ਰੀਟੇਨ ਵੀ ਸ਼ੁਰੂ ਕਰ ਲਾਂ ਮੈਂ ਕਿ ਇਹ ਕੋਈ ਪੋਣ ਵਾਲੀ ਚੀਜ਼ ਨਹੀਂ ਸੋਚ ਰਿਹਾ ਸੋਰੀ ਮੈਂ ਤੁਹਾਨੂੰ ਟੋਕ ਰਿਹਾ ਵਿੱਚ ਕ੍ਰੀਟੇਨ ਹੁਣ ਬੜੇ ਲੋਕੇ ਇੱਦਾਂ ਦੇ ਆ ਜਿਹੜੇ ਕ੍ਰੀਟੇਨ ਨੂੰ ਨਾ ਉਹਦੇ ਨਾਮ ਤੋਂ ਕਟਿੰਗ ਸੋਚ ਲੈਂਦੇ ਆ ਦੇ 2 ਮੈਗਾ ਪੀਟਾ ਤੇ ਤੈਨੂੰ ਫੁੱਲਿਆ ਹੋਊਗਾ ਹੈਲਦੀ ਪਰਸਨ ਹੋਏਗਾ ਨਾ ਭਾਜੀ ਕਟੇਨ ਲੈਣਾ ਮੈਂ ਕਿਹਾ ਭਾਜੀ ਕਟੇਨ ਤੁਹਾਡੇ ਲਈ ਨਹੀਂ ਬਣਿਆ ਮੈਂ ਕਿਹਾ ਵੀਰੇ ਤੂੰ ਕਟੇਨ ਨੂੰ ਕਟਿੰਗ ਨਾਲ ਕਿਉਂ ਉਹਦੀ ਸਾਇੰਸ ਪੜੋ ਕਟੇਨ ਦਾ ਕੰਮ ਕੀ ਹੈ ਕਟੇਨ ਮੀਨਸ ਨਾਟ ਕਟਿੰਗ ਤੁਸੀਂ ਵਰਡ ਸੁਣ ਲਿਆ ਕਟੇਨ ਸ਼ਾਇਦ ਉਹ ਕੱਢੀ ਮੰਦਾ ਭਰਾਵਾ ਹੋਰ ਫੁਲਾ ਦੂਗਾ ਵਾਟਰ ਲੈਵਲ ਹੋਰ ਹੋਲਡ ਕਰ ਦੂਗਾ ਏਟੀਪੀਸੀ ਇਨਕਰੀਜ਼ ਕਰ ਦੂਗਾ ਠੀਕ ਹੈ 80% ਸਾਲ ਜਦੋਂ ਇਨਕਰੀਜ਼ ਹੋ ਗਿਆ ਤੇਰਾ ਵਾਟਰਫਾਲ ਤੂੰ ਕਹਿੰਨਾ ਭਾਜੀ ਆ ਕੀ ਕਰਤਾ ਇਹ ਤਾਂ ਅਸੀਂ ਪੜੇ ਲਿਖੇ ਸੀ ਪੁੱਛ ਲੈਣੇ ਆ ਭਰਾਵਾ ਤੂੰ ਕਰਨ ਨਾ ਗਈ ਆ ਬਿਲਕੁਲ ਜਿਵੇਂ ਬਿਜ਼ਨਸ ਕਰਨਾ ਵੈਸੀ ਚੁੱਪ ਕਰਕੇ ਖੜਾ ਭਰਾਵਾ ਖਾਲਾ ਤੂੰ ਖੁਦ ਮੰਗਿਆ ਤੂੰ ਖੁਦ ਮੰਗਿਆ ਖੁਦ ਮੰਗਿਆ ਲੇਕਿਨ ਆਪਣਾ ਕੰਮ ਹੈ ਕਿ ਬੰਦੇ ਨੂੰ ਸਾਨੂੰ ਨੋਲਿਜ ਆ ਤਾਂ ਹੀ ਅਸੀਂ ਗਾਈਡ ਕਰਾਂਗੇ ਸਾਨੂੰ ਨੋਲਿਜ ਨਹੀਂ ਤਸੀਂ ਬੰਦਾ ਮੰਗੇ ਆ ਦੇ ਦੋ ਆ ਚੱਕ ਹੁਣ ਕਈ ਮੁੰਡੇ ਪਤਲੇ ਥਿਨ ਹੋ ਰਹਾਂਗੇ ਬਹੁਤ ਪਤਲੇ ਹਨਾ ਥਿਨ ਭਾਜੀ ਵੇਪ ਰੋਟੀਨ ਚਾਹੀਦਾ ਮੈਂ ਕੀ ਕਰਨਾ ਮੈਂ ਥੋੜਾ ਸ਼ੀਪ ਹਾਰੀ ਕਰਨਾ ਮੈਂ ਭਰਾ ਐਨੇ ਨੇ ਮਸਲ ਕੱ ਐਨੀ ਜਵਾਂ ਜੰਨੇ ਨਾ ਜੰਨੇ ਨੇ ਮਸਲ ਕੱਢ ਦੂਗਾ ਯੂ ਨੀਡ ਮਾਸ ਗੇਨਰ ਤੈਨੂੰ ਕੈਲਰੀ ਚਾਹੀਦੀ ਬੋਡੀ ਦੇ ਤੇ ਮੇਰੇ ਮੇਰੇ ਸ਼ੋਪ ਤੋਂ ਗਿਆ ਕੋਈ ਵੀ weight gainer ਤੈਨੂੰ 2 ਤੋਂ 3 ਹੱਦ 3.5 ਤੋਂ ਉੱਤੇ ਗੇਨਿੰਗ ਨਹੀਂ ਦਊਗਾ ਜੇ ਤੂੰ ਸੰਸਾ ਉਸਦਾ ਕਿ ਤੂੰ ਕਿਸੇ ਦਾ ਚੈਨਲ ਦੇਖ ਕੇ ਆਇਆ ਕਿ ਉਹ ਕਹਿੰਦਾ 8-10 ਕਿਲੋ ਗੇਨ ਕਰ ਦੂ ਉਹਦੇ ਕੋਲੋਂ ਲੈ ਲੈ ਤੇ ਕੱਲ ਨੂੰ ਡਾਕਟਰ ਦੇ ਪੈਸੇ ਜੇਬ 'ਚ ਰੱਖੀ ਇਸ ਤਰ੍ਹਾਂ ਭਾਜੀ ਤਰ੍ਹਾਂ ਭਾਜੀ ਬਹੁਤ ਫੇਕ ਸੋ ਮੈਂ ਤੈਨੂੰ ਕਹਿ ਰਿਹਾ ਸੀਗਾ ਮੇਨੂੰ ਮੁੰਡਾ ਕਹਿੰਦਾ ਵੀ ਸੋਚਣਾ ਵੀ ਵੇਪ ਪ੍ਰੋਟੀਨ ਲੈਣਾ ਕਿ ਲੋਲਾ ਇੱਕ ਤੇ ਇੱਕ ਕਰੇਟੇਨ ਲੈਣਾ ਮੈਨਰੇ ਕਰੇਟੇਨ ਲੈਣਾ ਕਿਉਂ ਤੈਨੂੰ ਨੀਡ ਆ ਮੈਂ ਕਿਹਾ ਮੈਨੂੰ ਪਤਾ ਤੇਰੀ ਬੋਡੀ ਨੂੰ ਨੀਡ ਆ ਪਰ ਤੂੰ ਕਿਉਂ ਲੈਣਾ ਕਹਿੰਨਾ ਭਾਈ ਥੋੜੀ ਕਟਿੰਗ ਚਾਹੀਦੀ ਆ ਮੈਂ ਤੁਹਾਡੇ ਨਾਲ ਕੱਲ ਉਹੀ ਆ ਗਈ ਥੋੜੀ ਕਟਿੰਗ ਚਾਹੀਦੀ ਆ ਤੇ ਪ੍ਰੋਟੀਨ ਨਾਲ ਮਸਲ ਵੱਧ ਜੂਗਾ ਹਾਂ ਤੂੰ ਬੋਡੀ ਬਿਲਡਰ ਬਣ ਜਾਏਗਾ ਮੈਂ ਕਿਹਾ ਕਿ ਲੋਲਾ ਪ੍ਰੋਟੀਨ ਲੈ ਕੇ ਇੱਕ ਕਰੇਟੇਨ ਦਾ ਡੱਬਾ ਲੈ ਕੇ ਤੂੰ ਫਿਰ ਬਾਅਦ ਚੋ ਤੇਨੂੰ ਮੈਂ ਸ਼ਰੀਰ ਉੱਲਾਸੇ ਘੜਾ ਦੂੰਗਾ ਮੈਂ ਕਿਹਾ ਯਾਰ ਤੁਸੀਂ ਇਹ ਚੀਜ਼ਾਂ ਨੂੰ ਸੋਚ ਕੇ ਤੁੜ ਡਾਈਟ ਪੂਰੀ ਕਰਦਾ ਇਹ ਤੁਹਾਡਾ ਪ੍ਰੋਟੀਨ ਪੂਰਾ ਕਰਨਾ ਬੋਡੀ ਦਾ ਤੁਹਾਡੀ ਮਸਲ ਤੁਹਾਡੀ ਮਿਹਨਤ ਨਾ ਬਣਨਾ ਤੁਹਾਡੀ ਐਕੂਰਸੀ ਨਾ ਬਣਨਾ ਤੇ ਫਿਰ ਕਹਿੰਦਾ ਭਾਜੀ ਮੈਂ ਅਗਲੇ ਮਹੀਨੇ ਮੰਗਵਾਉਂਗਾ ਫਿਰ ਮੈਨੂੰ ਇਹ ਹੋਏ ਮੰਗਵਾਉਂਗਾ ਮੈਂ ਕਿੱਥੋਂ ਕਹਿੰਦਾ ਆਨਲਾਈਨ ਬੜੀ ਇਹ ਪ੍ਰੋਫੈਸ਼ਨਲਸ ਦੀ ਵੈਲਿਊ ਆ ਜਿੰਮ ਦੇ ਵਿੱਚ ਅਸੀਂ ਪ੍ਰੋਫੈਸ਼ਨਲ ਬੋਡੀ ਬਿਲਡਰ ਬੈਠੇ ਆ ਜਿਹੜਾ ਨੇ ਅੱਧੀ ਉਮਰ ਕੱਢਦੀ ਆ ਬੋਡੀ ਬਿਲਡਿੰਗ ਦੇ ਵਿੱਚ ਜਿਮਾਂ ਚ ਡਾਈਟੀਸ਼ਨ ਸਟੀਰੋਇਡਸ ਦੇ ਕੋਰਸ ਕਰ ਲਏ ਆਪਣੇ ਵਾਸਤੇ ਵੀ ਕਿਤੇ ਨਾਲ ਜਿਮ ਦੇ ਮੁੰਡੇ ਵਾਸਤੇ ਕਿਤੇ ਤਾਂ ਇਹ ਮੁੰਡੇ ਕਿਉਂ ਕਹਿੰਦੇ ਨੇ ਅਸੀਂ ਆਨਲਾਈਨ ਮੂਣਾ ਮੈਂ ਕਿਹਾ ਰੀਜ਼ਨ ਬੜੀ ਸਸਤਾ ਪੈਂਦਾ ਵਾ ਆਨਲਾਈਨ ਕਿੰਨਾ ਸਸਤਾ ਪੈਂਦਾ ਵਾ ਭਾਜੀ ਤੁਸੀਂ ਕਿੰਨਾ ਦੇ ਰਹੇ ਹੋ ਮੈਂ ਕਿੰਨੇ ਦਾ ਮੈਨੂੰ ਇੰਨੇ ਦਾ ਪਿਆ ਰਿਆ ਭਾਜੀ 250 ਰੁਪਏ ਦਾ ਫਰਕ ਸੀ ਸਿਰਫ 250 ਰੁਪਏ ਪਿੱਛੇ ਕੋਈ ਵੀ ਵੈਲਿਊ ਖਤਮ ਮੈਂ ਤੁਹਾਨੂੰ ਕਿਹਾ ਕਿ ਕਿਹਾ ਪਲੇਅਰ ਕਿਸੇ ਦੇ ਨਹੀਂ ਭਾਜੀ ਇਹਨਾਂ ਨੂੰ 250 ਰੁਪਏ ਵਿੱਚ ਇਹਨਾਂ ਨੇ ਵੇਲੇ ਖਤਮ ਕਰਤੀ ਉਹ ਜਦੋਂ ਉਹਨੂੰ ਰੀਐਕਸਪਾਇਰੀ ਕੋਈ ਚੀਜ਼ ਮਿਲ ਗਈ ਆਨਲਾਈਨ ਕੋਈ ਫੈਕਟ ਪੈ ਗਿਆ ਫਿਰ ਤਿੰਨ ਤਿੰਨ ਹੀ ਸਾਡੇ ਟੈਸਟ ਕਰਾ ਲੈਣੇ ਆਪਾਂ ਫਟਾ ਇਸ ਰੋਵੇ ਬਦਲਾ ਕੇ ਸਹੀ ਗਾਈਡੈਂਸ ਨਹੀਂ ਲੈਣੀ ਸੀ ਬਾਜੀ ਤੁਹਾਡੇ ਮੂੰਹ ਚ ਇੱਕ ਵਰਡ ਨਿਕਲਿਆ ਰੀ ਐਕਸਪਾਇਰੀ ਮੇਰੇ ਗੱਲ ਸੁਣੋ ਇਹ ਜੋ ਨੋਲਿਜ ਹੈ ਨਾ ਇਹ ਜਾਂ ਤਾਂ ਮੈਨੂੰ ਆ ਜਾਂ ਸਪਲੀਮੈਂਟ ਵਾਲੇ ਨੂੰ ਜਾਂ ਉਸ ਬੰਦੇ ਨੂੰ ਆ ਜੋ ਇਸ ਲਾਈਨ ਦੇ ਵਿੱਚ ਗੜ ਚ ਬੈਠਾ ਹੈ ਰੀ ਐਕਸਪਾਇਰ ਦਾ ਮਤਲਬ ਹੈ ਕਿ ਜਿਹੜਾ ਪ੍ਰੋਡਕਟ ਹੈ ਉਹ ਐਕਸਪਾਇਰ ਹੋ ਚੁੱਕਾ ਹੈ ਉਹਦੀ ਐਕਸਪਾਇਰੀ ਮਿਟੇ ਕੇ ਉਹਨੂੰ ਦੇ ਉੱਪਰ ਦੁਬਾਰਾ ਫਰੈਸ਼ ਐਕਸਪਾਇਰੀ ਲਾ ਦਿੱਤੀ ਹੈ ਕਿ ਇਹਦੀ ਲਾਈਫ ਪਈ ਹੈ ਇਹ ਨੋਲਿਜ ਮੈਨੂੰ ਤੇ ਆ ਕਿਉਂਕਿ ਮੇਰਾ ਸਪਲੀਮੈਂਟ ਦਾ ਕੰਮ ਹੈ ਤਾਨੂੰ ਐ ਨੋਲੇਜ ਕੇ ਥੁਆਈ ਹੁਣ ਮੈਂ ਸਟੋਰੀ ਦੱਸ ਦਿੰਨਾ ਬਾਜੀ ਅ ਫਾਸਟਨ ਅਪ ਕੰਪਨੀ ਸੁਣੀ ਹੋਊਗੀ ਨਾ ਉਹਦਾ ਮੇਰੇ ਕੋਲ ਪ੍ਰੋਟੀਨ ਪਹਿਲਾਂ ਜਿਮ ਚ ਪਿਆ ਹੁੰਦਾ ਸੀ ਮੈਂ ਕਿਸੇ ਮੁੰਡੇ ਨੂੰ ਕਿਹਾ ਵੀ ਅ ਤੂੰ ਲੈ ਲੈ ਮੇਰੇ ਕੋਲ ਉਹਨੇ ਬਹਾਨਾ ਜਿਹਾ ਲਾਤਾ ਵੀ ਮੇਰੀ ਸਿਸਟਰ ਇਸ ਕੰਪਨੀ ਚ ਲੱਗੀ ਐ ਅਜਾ ਸੁਣੂੰਗਾ ਮੇਰੀ ਨੂੰ ਉਹਨੂੰ ਹੁਣ ਪਤਾ ਲੱਗ ਗਿਆ ਵੀ ਭਾਈ ਜੀ ਦਿਲ ਦੀ ਗੱਲ ਚ ਨਿਕਲ ਗਈ ਸਾਲ ਬਾਅਦ ਬਾਅਦ ਉਹ ਕਹਿੰਦਾ ਉਹ ਕੱਲ ਉਹਨੇ ਦੁਬਾਰਾ ਰੀਜੋਇਨ ਕੀਤਾ ਜਿਮ ਮੇਰੇ ਕੋਲੇ ਬਹੁਤ ਇੱਜ਼ਤ ਕਰਦਾ ਆਪਣੀ ਉਹ ਰੋਦੀ ਬਿਮਾਰੀ ਅਜੇ ਤੱਕ ਨਹੀਂ ਗਈ। ਅ ਮੈਨੂੰ ਕਹਿੰਦਾ ਮੇਰੀ ਸਿਸਟਰ ਇਹਦਾ ਲੱਗੀ ਅੱਜ ਕੰਪਨੀ 'ਚ। ਮੈਨੂੰ ਪਤਾ ਸਿਸਟਰ ਨਹੀਂ ਲੱਗੀ ਸੀ ਉਹਦੀ। ਉਹਨੂੰ ਆਨਲਾਈਨ ਸਸਤਾ ਮਿਲ ਰਿਆ ਸੀਗਾ। ਕਹਿੰਦਾ ਕਿੰਨੇ ਦਾ ਭਾਜੀ? ਮੈਂ ਕਿਹਾ ਹੇ 4000 ਦਾ। ਕਹਿੰਦਾ ਭਾਜੀ ਮੇਰੀ ਸਿਸਟਰ ਲੱਗੇ ਮੈਂ 36000 ਮਿਲ ਜਾਣਾ। ਪਹਿਲੀ ਗੱਲ ਤਾਂ ਮਾਨੂੰ ਕਿਹਾ ਮੈਂ ਤੇਰੀ ਸਿਸਟਰ ਇਹ ਲੱਗੀ ਹੁੰਦੀ ਨਾ ਤੈਨੂੰ 36000 ਮਿਲਣਾ ਤੈਨੂੰ ਸਸਤਾ ਮਿਲਣਾ ਸੀ ਹੋਰ। ਜੇ ਕੰਪਨੀ 'ਚ ਲੱਗੀ ਹੁੰਦੀ ਨਾ। ਚਲ ਤੈਨੂੰ ਮਿਲ ਰੀ ਤਾਂ ਵਧੀਆ ਗੱਲ ਆ। ਮੈਂ ਮੈਂ ਕਿਹਾ ਮੈਂ 18000 ਮੰਡੇ ਨੂੰ ਟ੍ਰੇਨਿੰਗ ਦੇ ਚੁੱਕੇ ਜੋ ਲੈਜਰਾ ਚ ਮੈਂ ਨੰਬਰ ਨੋਟ ਕਰ ਲਏ ਨੇ 18000 ਚੋਂ ਮੈਂ 18 ਮੁੰਡਾ ਨੂੰ ਕੋਈ ਫੋਰਸ ਨਹੀਂ ਕੀਤਾ ਵੀ ਮੇਰ ਕੋਈ ਹੀ ਸਭ ਨੂੰ ਨਾਲ ਲੋ ਬਾਰੋਂ ਨਾਲ ਲੋ ਤੇ ਨਾ ਮੈਂ ਕਿਸੇ ਨੂੰ ਰੋਕਦਾ ਆਪਣਾ ਰਿਕਾਰਡ ਆ ਕੋਈ ਚੈਲੰਜ ਕਰਦੇ ਮੋੜਿਆ ਕਹ ਦੇਵੇ ਵੀ ਸਾਨੂੰ ਇਹ ਬੰਦੇ ਨੇ ਅਜੇ ਤੱਕ ਫੋਰਸ ਕੀਤਾ ਵਾ ਕੋਈ ਚੀਜ਼ ਲੈਣ ਲਈ ਤਾਂ ਬੋੜੀ ਬਣੂਗੀ ਪਰ ਉਸਨੇ ਮੰਗਾ ਲਿਆ ਆਨਲਾਈਨ ਉਸ ਨੂੰ 15 ਤੋਂ 20 ਦਿਨ ਬਾਅਦ ਪ੍ਰੋਬਲਮ ਸਟਾਰਟ ਆ ਗਈ ਉਹਨੂੰ ਅ ਬਵਾਸੀਰ ਹੋ ਗਈ ਡਾਈਜੈਸ਼ਨ ਇਸ਼ੂ ਬਸ ਹੀ ਹੋ ਗਈ ਉਹਨੂੰ ਥੋੜੇ ਟਾਈਮ ਬਾਅਦ ਸਟੋਰ ਚ ਬਲੱਡ ਆਉਣ ਲੱਗ ਗਿਆ ਉਹ ਜਿਮ ਨਹੀਂ ਆਇਆ 2 4 5 10 ਦਿਨ ਮੈਂ ਕਾਲ ਕੀਤੀ ਮੈਂ ਕਿਹਾ ਤੂੰ ਜਿਮ ਨਹੀਂ ਆ ਰਿਹਾ ਕਹਿੰਦਾ ਭਾਜੀ ਮੈਨੂੰ ਆ ਪ੍ਰੋਬਲਮ ਹੋ ਗਈ ਮੈਂ ਕਿਹਾ ਅੱਛਾ ਕਿਵੇਂ ਹੋ ਗਈ ਪਤਾ ਨਹੀਂ ਭਾਜੀ ਫਿਰ ਦੱਸਤਾ ਨੇ ਮੈਨੂੰ ਕਹਿੰਦਾ ਭਾਜੀ ਮੈਂ ਨਾ ਯਾਰ ਆਨਲਾਈਨ ਮੰਗਾਇਆ ਸੀ ਫਾਸਟ ਨਾ ਪਤਾ ਮੈਂ ਕਿਹਾ ਤੈਨੂੰ ਤਿੰਨ ਮੈਂ ਕਿਹਾ ਸੀ ਨਾ ਤੂੰ 400 ਰੁਪਏ ਪਿੱਛੇ ਆਨਲਾਈਨ ਮੰਗਾਇਆ ਸੀ ਨਾ ਸਿਰਫ ਮੈਂ ਕਿਹਾ ਮੈਂ 3600 ਤੈਨੂੰ ਵੀ ਦੇ ਸਕਦਾ ਸੀਗਾ ਮੈਂ ਕਿਹਾ ਯਾਰ ਮੈਂ ਆਪਣੀ ਨੌਲੇਜ ਵੀ ਦੇਣੀ ਤੈਨੂੰ ਦਸਣਾ ਨੂੰ ਕਿਵੇਂ ਯੂਜ਼ ਕਰਨਾ ਤੈਨੂੰ ਵਰਕਆਊਟ ਵੀ ਲਵਾਉਣਾ ਦੇਖੋ ਕੋਚ ਵਿਚਾਰਾ ਇੰਨਾ ਹੋ ਜਾਂਦਾ ਵਾ ਅੱਜ ਦੇ ਟਾਈਮ ਤੇ ਜਿੰਨੇ ਜਿਮ ਖੁੱਲ ਰਹੇ ਨੇ ਹੌਲੀ ਹੌਲੀ ਕਰਕੇ ਉਹ ਇੱਕ ਵੇਪ ਰੋਡਨ ਵੇਚ ਕੇ ਨਾ 3-400 ਰੁਪਏ ਕਮਾ ਕੇ ਉਹ ਪਰਸਨਲ ਟ੍ਰੇਨਿੰਗ ਦੇਣ ਲੱਗ ਜਾਂਦਾ ਵਾ ਵੀ ਯਾਰ ਇਹਨੂੰ ਮੈਂ ਪ੍ਰੋਟੀਨ ਦਿੰਦਾ ਵਾ ਇਹਨੂੰ ਰਿਜ਼ਲਟ ਵੀ ਦੇਣਾ ਵਾ ਉਹਦੀ ਪ੍ਰੋਫੈਸ਼ਨਲ ਵੱਲ ਜਾ ਧਿਆਨ ਦੇਣ ਲੱਗ ਜਾਂਦਾ ਤੇ ਮੈਂ ਕਿਹਾ ਮੈਂ ਤੈਨੂੰ ਧਿਆਨ ਵੀ ਦੇਣਾ ਸੀ ਅਸਰ ਤੇ ਤੈਨੂੰ ਦਸਣਾ ਵੀ ਸੀ ਕਿਵੇਂ ਖਾਣਾ ਵਾ ਹੋਰ ਅਸਰ ਮੈਂ 400 ਐਕਸਟਰਾ ਤੋਂ ਮੰਗਿਆ ਸੀ ਇੱਕ ਮਹੀਨੇ ਦਾ ਤੂੰ ਜ਼ਾਰੀ ਉਮਰ ਦੀ ਬਿਮਾਰੀ ਵਾਲੀ ਆਪਣੇ ਤੇ ਤਾਂ ਮੈਨੂੰ ਪਤਾ ਲੱਗਿਆ ਜਦੋਂ ਮੈਂ ਉਹਦੀ ਉਹਦਾ ਡੱਬਾ ਮੰਗਾਇਆ ਉਹ ਕੋਲੋਂ ਜਿਹੜੇ ਮੇਰੇ ਜਿਮ ਚ ਪਏ ਸੀ ਭਾਜੀ ਉਹ ਦੋਨਾਂ ਦੀ ਡੇਟਾ ਦਾ ਫਰਕ ਸੀਗਾ ਉਹ ਬਨਾਵਟ ਦਾ ਜਿਹੜੀ ਪ੍ਰਿੰਟਿੰਗ ਦਾ ਜਿਹੜੀ ਪ੍ਰਿੰਟਿੰਗ ਸੀ ਦੋਨਾਂ 'ਚ ਫਰਕ ਸੀਗਾ ਇੱਕ ਤਾਂ ਪੋਜੀਸ਼ਨ ਗਲਤ ਸੀ ਬਹੁਤ ਜ਼ਿਆਦਾ ਇੱਕ ਉਹ ਫਾਉਂਡ ਬਾਕੀ ਸਾਰੇ ਸੇਮ ਸੀਗੇ ਉਹਦੇ ਸੇਮ ਨਹੀਂ ਸੀਗੇ ਮੈਨੂੰ ਕਿਹਾ ਤੈਨੂੰ ਰੀਕਸਪਾਇਰੀ ਮਾਲ ਮਿਲਿਆ ਵਾ ਇਹ ਡੱਬਾ ਐਕਸਪਾਇਰੀ ਹੋਇਆ ਹੋਇਆ ਸੀਗਾ ਕੋਈ ਨਾ ਕੋਈ ਤੇ ਇਹਨਾਂ ਨੇ ਇਫੈਕਟ ਕਰਤਾ ਬੋਡੀ 'ਚ ਕਲਾਪਿੰਗ ਬਾਏ ਉਹਨੂੰ ਪਛਾਣਿਆ ਭਾਈ ਮਸ਼ੀਨ ਨੇ। ਅੱਲਾ ਬੰਦਾ ਦੇਖਿਆ ਜਿਨੇ ਇਹ ਚੀਜ਼ ਫੜੀ ਐ ਜੋ ਸਪਲੀਮੈਂਟ ਇੰਡਸਟਰੀ ਤੋਂ ਬਾਹਰ ਐ। ਆਦਰਵਾਇਸ ਕਿਸੇ ਤਦੰਦਰ ਨੂੰ ਇਹ ਨਹੀਂ ਪਤਾ ਮਾਰਕੀਟ ਦੇ ਵਿੱਚ ਕਿ ਡੱਬੇ ਐਕਸਪਾਇਰ ਹੋ ਕੇ ਦੁਬਾਰਾ ਆ ਰਹੇ ਨੇ ਤਾਂ ਤੁਸੀਂ ਕਹਿ ਰਹੇ ਉੱਥੋਂ ਸਸਤਾ ਮਿਲ ਰਿਹਾ। ਇਹ ਨਹੀਂ ਪਤਾ। ਇਹ ਨਹੀਂ ਪਤਾ ਉਹ ਐਕਸਪਾਇਰ ਹੋ ਗਈ ਵੈਲਿਊ ਜ਼ੀਰੋ। ਮੈਂ 1 ਲੱਖ ਰੁਪਏ ਦਾ ਆਰਡਰ ਪਾ ਰਿਆ। ਤੁਸੀਂ ਦੇਖੋ ਛੋਟੀ ਜੀ ਐਗਜ਼ੈਂਪਲ ਮੁੰਡਿਆਂ ਨੂੰ ਸਮਝਾਉਣਾ। ਮੈਂ ਕਿਸੇ ਸਪਲੀਮੈਂਟ ਸਟੋਰ ਵਾਲੇ ਨੂੰ 1 ਲੱਖ ਰੁਪਏ ਦਾ ਆਰਡਰ ਪਾਇਆ। ਮੇਰੇ ਕੋਲ ਮਾਲ ਆਇਆ। ਮੈਨੂੰ ਨੇ 10% ਲੈਸ ਦਿੱਤਾ ਮੈਨੂੰ ਨੇ 20% ਦਿੱਤਾ 30% ਦਿੱਤਾ ਲੈਸ ਠੀਕ ਹੈ ਜੀ ਬਟ ਮੈਨੂੰ ਲੱਗਦਾ ਸੋਰੀ ਭਾਜੀ ਟੋਕਣ ਲਈ ਮੈਨੂੰ ਲੱਗਦਾ ਹੈ ਕਿ ਸਾਡੇ ਚੈਨਲ ਤੋਂ ਲੋਕਾਂ ਨੂੰ ਨਾ ਬੜੀ ਨੋਲੇਜ ਮਿਲ ਜਾਣੀ ਹੁਣ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਗਏ ਜਾਣਾ ਕਿ ਰੀ ਐਕਸਪਾਇਰੀ ਪ੍ਰੋਡਕਟ ਵੀ ਮਾਰਕੀਟ 'ਚ ਆ ਰਹੀ ਆ ਕਿ ਸਸਤਾ ਕਿ ਸਸਤਾ ਕਿਉਂ ਹੈ ਮੈਂ ਖੁੱਲ ਕੇ ਦੱਸਣਾ ਚਾਹਨਾ ਕਿ ਸਸਤਾ ਇਸੇ ਕਾਰਨ ਹੈ ਇਹ ਵੀ ਹੋਣਾ ਇਹ ਵੀ ਹੋਣਾ ਇਹ ਵੀ ਕੰਪਨੀ ਇਹ ਵੀ ਕੰਪਨੀ ਤੋਂ ਆਇਆ ਮੈਂ 5500 ਦਾ ਦੇ ਰਿਹਾ ਸਾਹਮਣੇ ਅਲਾ 4500 ਦਾ ਕਿਉਂ ਦੋ ਰਿਹਾ ਕਿਉਂਕਿ ਉਹ 4500 ਦਾ ਨਹੀਂ ਉਹਦੀ ਉਹ ਜ਼ਰੂਰ ਵੈਲਿਊ ਉਹ ਤਾਂ ਖਤਮ ਹੋਦਲੀ ਖਤਮ ਹੈ ਉਹਨੂੰ ਰੀ ਐਕਸਪਾਇਰੀ ਕਰਕੇ ਤੁਹਾਡੇ ਅੱਗੇ ਦਿੱਤਾ 4500 ਦੀ ਜਗ੍ਹਾ ਬੰਨੇ ਸੋਦੀ ਜਗ੍ਹਾ ਬੰਨੇ 4 ਸਾਲ ਦਾ ਮੇਰਾ 55 5500 ਮਰਦਾ ਕੁਛ ਕੁਛ ਤਾਂ ਆ ਰਿਹਾ ਨਾ ਮੇਰਾ ਮੈਂ ਉਹੀ ਤਾਂ ਦੱਸ ਰਿਹਾ ਵਾਂ ਵੀ ਅਸੀਂ ਲੱਖ ਰੁਪਏ ਦਾ ਆਰਡਰ ਪਾਇਆ ਮੈਨੂੰ ਕੁਝ ਹੱਦ ਤੱਕ ਲੈਸ ਦਿੱਤੀ ਉਹਨਾਂ ਨੇ ਜੇ ਮੈਨੂੰ 20 ਦਿਨ ਦੇ ਉਹਦੇ ਵਾਜ ਦੇਤੀ ਹੋਗੀ ਨਾ 25 ਦੇਤੀ ਹੋਗੀ ਉਸ ਤੋਂ ਵੱਧ ਨਹੀਂ ਕੋਈ ਦੇਊਗਾ ਵਾਜੀ ਕਿਉਂਕਿ ਭਾਰੀ ਉਹਨੇ ਵੀ ਤਾਂ ਰੋਟੀ ਖਾਣੀ ਆ ਨਾ ਭਾਰੀ 50% ਲੈਸ ਕਿਵੇਂ ਮਿਲ ਰਹੀ ਹੈ ਇੱਕ ਸਿੰਗਲ ਬੰਦੇ ਨੂੰ ਸਿੰਗਲ ਡੱਬੇ ਦੇ ਆਨਲਾਈਨ ਬੰਦਾ ਵੰਗਾ ਰਿਹਾ ਥਰਡ ਪਰਸਨ ਉਹ ਕਹਿੰਦਾ ਭਾਰੀ ਤੁਸੀਂ ਮੈਨੂੰ 30% ਲੈਸ ਦਿੱਤਾ ਉਹਨੂੰ ਕੱਲ ਡੱਬਾ ਵੰਗਾਇਆ ਉਹਨੇ ਇੱਕ ਇੱਕ 20 ਉਹਨੂੰ 50% ਲੈਸ ਮਿਲੀ ਯਾਰ ਮੈਂ ਵੀ ਸੋਚੇ ਸੋਚਾ ਹੀ ਪੈ ਗਿਆ ਵੀ ਕਿਵੇਂ ਹੋ ਰਿਹਾ ਯਾਰ ਮੈਂ ਕੰਪਨੀਆਂ ਨਾਲ ਲੜ ਰਿਹਾ ਵਾਂ ਫੋਨ ਤੇ ਵੀ ਯਾਰ ਥੋੜਾ ਬ੍ਰਾਂਡ 50% ਲੈਸ ਦੇ ਰਿਹਾ ਵਾਂ ਤੁਸੀਂ ਮੈਨੂੰ ਆਲਸ ਦਿੱਤੀ ਜਾਂ ਮੈਨੂੰ ਤਾਂ ਕਮਾਈ ਨਹੀਂ ਹੋ ਰਹੀ ਮੈਂ ਤਾਂ 1 ਰੁਪਿਆ ਵੀ ਨਹੀਂ ਕਮਾਇਆ ਮੇਰੇ ਤਾਂ ਮੁੰਡੇ ਆਨਲਾਈਨ ਵਗਉਣ ਲੱਗੇ ਫਿਰ ਬਾਜੂ ਜਦੋਂ ਆ ਫਸਟ ਨੇ ਪਹਿਲਾ ਕੇਸ ਹੋਇਆ ਮੇਰੇ ਨਾਲ ਫਿਰ ਮੈਂ ਸਮਝਿਆ ਵੀ ਆਨਲਾਈਨ ਸਸਤਾ ਕਿਵੇਂ ਮਿਲਦਾ ਵਾ ਬਾਜੀ ਇਹ ਤਾਂ ਦੇ ਬੜੇ ਰਾਜ ਆ ਜਿਹੜੇ ਸਾਡੇ ਪੋਡਕਾਸਟਿੰਗ ਤੇ ਸਟੈਪ ਬਾਈ ਸਟੈਪ ਖੁੱਲਣਗੇ ਹਜੇ ਤੇ ਇਹ ਰਾਜ ਮੈਂ ਖੋਲਣਾ ਸੀ ਹਾਂ ਇਸ ਪੋਡਕਾਸਟ ਪੋਡਕਾਸਟ ਕਿ ਮੈਂ ਖੋਲਣਾ ਸੀ ਬੜ ਤੁਹਾਡੇ ਮੂੰਹ ਚੋਂ ਵਰਡ ਸੁਣ ਕੇ ਮੈਂ ਇੱਥੇ ਹੀ ਖੋਲਦਾ ਹਜੇ ਇੱਕ ਰੀਐਕਸਪਾਇਰੀ ਖੁੱਲਿਆ ਜਦੋਂ ਹੋਲੀ-ਹੋਲੀ ਸਾਰੇ ਸਪਲੀਮੈਂਟ ਦੇ ਮੈਂ ਰਾਜ ਖੋਲੇ ਨਾ ਮਾਰਕੀਟ ਦੇ ਵਿੱਚ ਸਪਲੀਮੈਂਟ ਬੰਦੇ ਲੈਣ ਤੋਂ ਪਹਿਲਾਂ 10 ਵਾਰੀ ਸੋਚਣਗੇ ਚਾਹੇ ਲੱਖ ਉਹਦਾ ٹرسٹ ਹੈ ਉਸ ਬੰਦੇ ਨਾਲ ਬੰਦਾ ਸੋਚੇਗਾ ਯਾਰ ਇਹਨੇ ਦੀਪ ਬਿਲਕੁਲ ਬਾਜੀ ਬੰਦਾ ਬੰਦਾ ਸੋਚੇਗਾ ਕਿ ਆ ਇਸ ਬੰਦੇ ਤੋਂ ਮੈਂ ਸਪਲੀਮੈਂਟ ਲਵਾ ਉਹ ਸਾਨੂੰ ਫੋਲੋ ਕਰੇਗਾ ਸਾਡੇ ਰਾਸ ਸੁਨੇਗਾ ਤੇ ਉਹ ਬੰਦਾ ਹੈਰਾਨ ਹੋ ਜਾਏਗਾ ਕਿ ਵਈ ਐਕਸਪਾਇਰੀ ਤੇ ਲੱਗੀ ਆ ਉਹਨੂੰ ਨੂੰ ਨਹੀਂ ਪਤਾ ਕਿ origignal ਹੈ ਕਿ duplicate ਇਸ ਤਰ੍ਹਾਂ ਬਹੁਤ ਰਾਜ ਨੇ ਲੋਕ ਕਹਿੰਦੇ ਆ ਨਾ ਜਦੋਂ ਅਸੀਂ ਕਿਸੇ ਦਾ ਮਾੜਾ ਕਰਦੇ ਆ ਤੇ ਆਪਣੇ ਤੇ ਤਾਂ ਜ਼ਰੂਰ ਮਿਲਦੀ ਆ ਆਪਣੇ ਤੇ ਨਹੀਂ ਫੈਮਿਲੀ ਤੇ ਕਰਮਾ ਬਹੁਤ ਵੱਡੀ ਚੀਜ਼ ਹੈ ਜੋ ਕਰਮ ਕਰੋ ਕਰਮ ਕਰੋਗੇ ਚੰਗੇ ਕਰੋਗੇ ਤੇ 10 ਗੁਣਾ ਹੋ ਕੇ ਤੁਹਾਡੇ ਤੇ ਆਏਗਾ ਮਾੜੇ ਕਰੋਗੇ ਤਾਂ ਵੀ 10 ਗੁਣਾ ਹੋ ਕੇ ਤੇ ਇਨਸਾਨ ਕਰਮ ਤੋਂ ਨਹੀਂ ਡਰ ਰਿਹਾ ਫਿਰ ਬਾਅਦ ਚ ਪਛਤਾਦਾ ਤੇ ਉੱਪਰ ਦੇਖਦਾ ਪ੍ਰਮਾਤਮਾ ਮੈਂ ਕਿਹਦਾ ਕੀ ਮਾੜਾ ਕੀਤਾ ਸੀ ਬਟ ਇਨਸਾਨ ਦੀ ਸੋਚਣ ਦੀ ਸ਼ਕਤੀ ਕੀ ਰੱਬ ਨੇ ਐਨੀ ਕਿ ਦਿੱਤੀ ਹੈ ਕਿ ਉਹ ਆਪਣੇ ਕਰਮ ਭੁੱਲ ਜਾਂਦਾ ਮੈਂ ਤੁਹਾਨੂੰ ਉਹੀ ਕਹਿਣਾ ਚਾਹੁੰਦਾ ਵੀ ਇਹ ਇੱਕ ਇਹ ਰਿਐਲਟੀ ਵਾਜੀ ਬਹੁਤ ਕੇਸ ਆਪਾਂ ਇਹ ਜੀ ਦੇਖਦੇ ਆ ਯਾਰ ਉਹਨੇ ਕੀਤਾ ਵੀ ਸੀ ਮਾੜਾ ਤੇ ਉਹਦਾ ਹੋਣਾ ਬਣਦਾ ਸੀ ਠੀਕ ਆ ਪਰ ਤੁਹਾਡੇ ਚੈਨਲ ਥਰੂ ਮੈਂ ਉਸ ਬੰਦੇ ਨੂੰ ਇਹ ਗੱਲ ਗੱਲ ਕਰਨਾ ਚਾਹੁੰਨਾ ਵਾ ਜਿਹੜਾ ਕਿਸੇ ਟਾਈਮ ਤੇ ਲੋਕਾਂ ਨੂੰ ਕਹਿੰਦਾ ਸੀਗਾ ਵੀ ਦੇਖ ਤੇਰੇ ਰਿਪੋਰਟਾਂ ਗਲਤ ਆਈਆਂ ਤੇਰੇ ਨਾਲ ਇਹਨੇ ਮਾੜਾ ਕੀਤਾ ਉਹ ਬੰਦਾ ਅੱਜ ਮੈਨੂੰ ਦੱਸੇ ਅੱਜ ਦੀ ਰੇਡ ਤੇ ਵੀ ਜਿਵੇਂ ਮਾੜਾ ਕੀਤਾ ਸੀਗਾ ਤੇ ਮੇਰਾ ਪਰਮਾਤਮਾ ਨੇ ਉਸ ਚਿੰਤਪੂਰਣੀ ਮਾਤਾ ਨੇ ਮੈਨੂੰ ਇਸ ਲੈਵਲ ਤੱਕ ਕਿਉਂ ਪਹੁੰਚਾਇਆ ਮੇਰੀ ਫੈਮਿਲੀ ਮੇਰੇ ਫਾਦਰ ਮੇਰੇ ਮਦਰ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਗਈਆਂ ਮੇਰੇ ਫਾਦਰ ਨੂੰ ਬਹੁਤ ਪੁਰਾਣੀ ਸ਼ੂਗਰ ਸੀ ਉਹ ਖਤਮ ਹੋ ਗਈ ਜਦ ਕਿ ਦੋ ਬਿਮਾਰੀਆਂ ਐਕਸਟਰਾ ਨਾਲ ਲੱਗਣੇ ਚਾਹੀਦੇ ਸੀ ਆ ਠੀਕ ਹੈ ਮੇਰੇ ਬੱਚੇ ਹੈਲਦੀ ਨੇ ਮੇਰੀ ਵਾਈਫ ਮੈਂ ਆ ਅਸੀਂ ਹੈਲਦੀ ਆ ਅਸੀਂ ਸਭ ਕੁਝ ਬਣਾ ਰਹੇ ਹੌਲੀ ਹੌਲੀ ਤੇ ਉਹ ਕਿਵੇਂ ਬਣ ਗਿਆ ਕਿਤਨਾ ਕਿਤਨਾ ਮੈਨੂੰ ਵੀ ਲੱਗੇ ਨਾ ਜੇ ਮੈਂ ਗਲਤ ਕੀਤਾ ਕਿਸਦਾ ਪਰ ਅੱਜ ਮੈਂ ਉਹਨੂੰ ਪੁੱਛਣਾ ਚਾਹੁੰਦਾ ਮੈਨੂੰ ਥੱਲੇ ਕਮੈਂਟ 'ਚ ਜਵਾਬ ਦੇਵੇ ਵੀ ਇਹ ਵਰਡ ਤੋਂ ਮੈਨੂੰ ਬੋਲਿਆ ਸੀਗਾ ਵੀ ਤੂੰ ਮੁੰਡਿਆਂ ਨੂੰ ਖਰਾਬ ਕੀਤਾ ਵਾ ਤੇ ਉਹ ਮੇਰੇ ਨਿਕਲੇ ਕਿਉਂ ਨਹੀਂ ਹੁੰਦਾ ਅੱਜ ਪ੍ਰਮਾਤਮਾ ਐਸੀ ਚੀਜ਼ ਆ ਮੇਰੇ ਪਰਸਨਲੀ ਜਿਹੜੇ ਪੈਸੇ ਜਿਹੜੇ ਪੈਸੇ ਕਿਸ ਨੇ ਮਾਰੇ ਹੋਣ ਡੁੱਬੇ ਹੋਣ ਜਾਂ ਬੰਦਾ ਲਾਰਾ ਲਾਂਦਾ ਰਹਿੰਦਾ ਜਾਂ ਕਈ ਵਾਰ ਸਿੱਧਾ ਹੀ ਹੋ ਜਾਂਦਾ ਕਿ ਯਾਰ ਮੈਂ ਨਹੀਂ ਦੇਣ ਤੂੰ ਹੂੰ ਬੰਦਾ ਨਹੀਂ ਇਹ ਕਰ ਦਿੰਦਾ ਮੈਂ ਸਿਰਫ ਮੈਂ ਸਿਰਫ ਆਪਣੇ ਬਾਲਾ ਜੀ ਹੂੰ ਇੱਕ ਗੱਲ ਇੱਕ ਗੱਲ ਕਹਿਣਾ ਇੰਨੇ ਪੈਸੇ ਹੀ ਮੈਂ ਉਸ ਬੰਦੇ ਤੋਂ ਨਹੀਂ ਲੈਣੇ ਉਹ ਤੇਰਾ ਬਣਾਇਆ ਵਾ ਮੈਂ ਤੇਰੇ ਤੋਂ ਤੇਰੇ ਤੋਂ ਲੈਣੇ ਆ ਭਾਈ ਉਹ ਦਿਨ ਹੁੰਦਾ ਤੇ ਅੱਜ ਦਾ ਦਿਨ ਹੁੰਦਾ ਮੈਨੂੰ ਤੋਂ ਡਬਲ ਪ੍ਰਮਾਤਮਾ ਪੈਸੇ ਵੀ ਦਿੰਦਾ ਉਹ ਬੰਦੇ ਦੀ ਉਹ ਹਦੀ ਹੁੰਦੀ ਹੈ ਕਿ ਅੱਜ ਜੋ ਬੰਦਾ ਦਾਣੇ-ਦਾਣੇ ਦਾ ਮੁਤਾਜ ਹੁੰਦਾ ਮੇਰੇ ਤੋਂ ਜਿੰਨੇ ਵੀ ਅਸਤੱਕ ਲੋਕਾਂ ਨੇ ਪੈਸੇ ਮਾਰੇ ਆ ਅੱਜ ਸਾਰੇ ਤੜਪੜੇ ਆ ਕਦੀ ਬਦਦੂਆ ਨਹੀਂ ਦਿੱਤੀ ਮਤਲਬ ਕਿ ਮਤਲਬ ਕਿ ਆਪਨੇ ਪ੍ਰਮਾਤਮਾ ਨੂੰ ਗਿਆ ਪੈਸੇ ਤੇਰੇ ਤੋਂ ਚਾਹੀਦੇ ਆ ਹਾਂ ਬਿਲਕੁਲ ਅਸੀਂ ਉੱਤੇ ਛੱਡਿਆ ਭਾਜੀ ਵੀ ਯਾਰ ਤੂੰ ਮੈਨੂੰ ਜਵਾਬ ਦੇਣਾ ਵਾ ਮੈਂ ਉਹਨੂੰ ਕਿਹਾ ਕਿ ਉਹ ਕੋਈ ਜਵਾਬ ਨਹੀਂ ਲੈਣਾ ਵੀ ਤੂੰ ਕਿਸੇ ਤਰੀਕੇ ਨਾਲ ਜਵਾਬ ਦੇਣਾ ਤੇ ਉਹਨੇ ਹਰ ਵਾਰ ਜਵਾਬ ਦਿੱਤਾ ਭਾਜੀ ਇਹ ਸਾਸ ਵੀ ਕਰਾਇਆ ਉਹਨਾਂ ਨੂੰ ਤੇ ਜਵਾਬ ਵੀ ਦਵਾਇਆ ਬੜਾ ਸਬਰ ਚਾਹੀਦਾ ਬਸ ਦੇਖੋ ਭਾਜੀ ਸਭ ਅੱਜ ਦਾ ਆਖਰੀ ਕੁਐਸਚਨ ਕਿ ਕਿਉਂਕਿ ਕੁਐਸਚਨ ਬਹੁਤ ਨੇ ਤੇ ਸਮਾਂ ਆਪਣੇ ਕੋਲ ਘੱਟ ਜਦੋਂ ਤੁਸੀਂ ਕੰਪੀਟੀਸ਼ਨ ਦੇ ਜਾਂਦੇ ਹੋ ਜਾਂਦੇ ਹੋ ਫੋਰਨ ਚ ਜਾਂਦੇ ਹੋ ਜਾਂ ਆਊਟ ਆਫ ਇੰਡੀਆ ਨਹੀਂ ਕਹ ਲੋ ਜਾਂ ਇੰਡੀਆ ਦੇ ਕਿਸੇ ਕੋਨੇ ਤੇ ਜਾਂਦੇ ਹੋ ਤੇ ਕੰਪੀਟੀਸ਼ਨ ਦੇ ਵਿੱਚ ਆਣਾ ਜਾਣਾ ਟਰੈਵਲ ਹੋਟਲ ਤੇ ਰਹਿਣਾ ਦੇਖੋ ਆਪਾਂ ਬੋਡੀ ਤੇ ਪਹਿਲਾਂ ਹੀ ਬਹੁਤ ਖਰਚਾ ਕਰਦੇ ਹਾਂ ਬਿਲਕੁਲ ਵੈਜ ਵਾਲਾ ਵੈਜ ਚ ਨੋਨ ਵੈਜ ਵਾਲਾ ਨੋਨ ਵੈਜ ਦੇ ਵਿੱਚ ਪ੍ਰੋਟੀਨਸ ਤੋਂ ਲੈ ਕੇ ਆਪਣਾ ਸਾਰੇ ਕਸ਼ਟ ਸਹਿ ਕੇ ਖਾਣ ਪੀਣ ਜਿਹੜੀ ਪਸੰਦੀ ਚੀਜ਼ਾਂ ਫੈਟ ਵਾਲੀਆਂ ਨੂੰ ਮਾਰ ਕੇ ਠੀਕ ਹੈ ਆਪਣੇ ਵਿਆਹ ਸ਼ਾਦੀ ਤੇ ਬਿਨਾ ਅਗੇ ਦਿੱਲੀ ਜਿਮ ਜਾ ਕੇ ਬਹੁਤ ਸਟਰਗਲ ਕਰਕੇ ਉਸ ਬੋਡੀ ਤੇ ਉਸ ਬੋਡੀ ਨੂੰ ਬਣਾਨੇ ਆ ਲੇਕਿਨ ਐਂਡ ਤੇ ਜਦੋਂ ਆਪਾਂ ਨੂੰ ਕਿਤੇ ਟਰੈਵਲ ਕਰਕੇ ਕਿਤੇ ਐਂਡ ਤੱਕ ਜਾਣਾ ਪੈਂਦਾ ਤੇ ਤੁਸੀਂ ਇਹਨੇ ਗਰੀਬ ਸੀ ਕਿ ਤੁਹਾਡੇ ਕੋਲ ਆਪਣੀ ਬੋਡੀ ਦਾ ਖਰਚਾ ਨਿਕਲਣਾ ਬੜਾ ਮੁਸ਼ਕਿਲ ਸੀ ਉਹ ਖਰਚਾ ਕਿਵੇਂ ਕਿਵੇਂ ਅਫੋਰਡ ਕਰਦੇ ਸੀ ਚਲੋ ਬਾਅਦ ਦੇ ਵਿੱਚ ਬਾਅਦ ਦੇ ਗੱਲਾਂ ਨੇ ਹਣਾ ਉਦੋਂ ਤਾਂ ਫੋਰਟ ਥੋੜਾ ਬੋਧ ਕਰਨ ਲੱਗੇ ਸੀਗੇ سپورਟ ਹੋ ਜਾਂਦੀ ਹੈ ਕਿਸੇ ਨਾ ਕਿਸੇ ਦੀ ਅ ਜਦੋਂ ਸਟਾਰਟ ਕੀਤੇ ਸੀ ਕੰਪੀਟੀਸ਼ਨ ਅ ਪ੍ਰੋਟੇਨ ਕਲਰ ਤਾਨੂੰ ਪਤਾ ਹੋਊਗਾ ਨਾ ਪ੍ਰੋਟੇਨ ਤੁਸੀਂ ਵੀ ਦੇਖਦੇ ਹੋਵੋਗੇ ਬੜੇ ਮਹਿੰਗੇ ਹੁੰਦੇ ਸੀ ਭਾਜੀ ਅਸੀਂ ਸੋਚਦੇ ਹੁੰਦੇ ਸੀ ਅਸੀਂ ਲਾਵਾਂਗੇ ਕਦੀ ਯਾਰ ਕਲਰ ਰੇ ਤੁਸੀਂ ਬਲੀਵ ਕਰੋਗੇ ਭਾਜੀ ਜਦੋਂ ਟੈਨ ਕਰ ਲਾਉਂਦੇ ਸੀ ਨਾ ਮੈਂ ਮੈਂ ਸਭ ਤੋਂ ਪਹਿਲਾਂ ਟੈਨ ਕਲਰ ਬੂਟ ਵਾਲੀ ਪਾਲਿਸ਼ ਨਾਲ ਆਇਆ ਸੀ ਬੂਟ ਵਾਲੀ ਪਾਲਿਸ਼ ਲੈ ਕੇ ਆਇਆ ਸੀ ਮੈਂ ਬ੍ਰਾਊਨ ਤੇ ਬਲੈਕ ਕਲਰ ਦੋਨੋਂ ਮਿਕਸ ਕਰਕੇ ਲਗਾਇਆ ਸੀ ਸੈਕਿੰਡ ਕੰਪੀਟੀਸ਼ਨ ਦੇ ਵਿੱਚ ਮੈਂ ਲਿਪਸਟਿਕਾਂ ਲੈ ਕੇ ਆਇਆ ਸੀ ਲਿਪਸਟਿਕਾਂ ਨੂੰ ਪਿਗਲਾ ਕੇ ਤੇ ਵਿੱਚ ਸਰੋਂ ਦਾ ਤੇਲ ਪਾ ਕੇ ਮਿਕਸ ਕਰਕੇ ਨਾ ਉਹ ਡੱਬੀ ਬੰਦ ਕਰਕੇ ਮੈਂ ਨਾਲ ਕੰਪੀਟੀਸ਼ਨ ਤੇ ਲੈ ਜਾਂਦਾ ਸੀਗਾ ਇੱਕ ਵਾਰ ਤਾਂ ਕੰਪੀਟੀਸ਼ਨ ਤੇ ਮੈਂ ਲਾਲ ਹੋ ਗਿਆ ਸੀ 올 ਪਿਸਟਿਕਾ ਲਾਲ ਲਾਲ ਰੰਗਦੇ ਪਾਲੀਆਂ ਤੇ ਪੂਰੀ ਬੋੜੀ ਲਾਲ ਹੋ ਗਈ ਚਲੋ ਉਸ ਵੇ ਵイナー ਵੀ ਨਹੀਂ ਹੋਇਆ ਸੀ ਤੇ ਉਹ ਕਹਿੰਦੇ ਵੀ ਪਿੱਛੇ ਵਾਲੇ ਉਤਰਜੋ ਅਗਲੀ ਵਾਰ ਦੁਬਾਰਾ ਆਇਓ ਬੋੜੀ ਥੋੜੀ ਠੀਕ ਵੀ ਸੀ ਪਰ ਉਸ ਦਿਨ ਬਾਲਾ ਜੀ ਨੇ ਰੰਗ ਚੜਾਦਾ ਸੀ ਆਪਣੇ ਤੇ ਉਹ ਕਹਿੰਦੇ ਅੱਜ ਤੂੰ ਮੇਰਾ ਵਾ ਤੇ ਮਤਲਬ ਆਹ ਟਾਈਮ ਵੀ ਦੇਖਿਆ ਬਾਜੀ ਪਰ ਉਸ ਟਾਈਮ ਨੂੰ ਵੀ ਅਸੀਂ ਇੰਜੋਏ ਕੀਤਾ ਪਲੇਅਰ ਨੂੰ ਇਹੀ ਕਹਿੰਨੇ ਆ ਅਸੀਂ ਅਜਿਹੇ ਦਾ ਟਾਈਮ ਤੇ ਮੈਂ ਪਲੇਅਰ ਜਿਹੜੇ ਨਾਲ ਲੱਗੇ ਜਾਂਨਾਂ ਉਹਨੂੰ ਆਪਣੀ ਕਾਰ ਚ ਲੈ ਕੇ ਜਾਂਨਾ ਵਾ ਉਦੋਂ ਅਸੀਂ ਬੱਸ ਜਾਂਦੇ ਸੀਗੇ ਬੱਸ 'ਚ ਬੱਸ ਸਟੈਂਡ ਤੇ ਉਤਰਨਾ ਫਿਰ ਤੁਰ ਕੇ ਲੱਭਣਾ ਵੀ ਕੰਪੀਟੀਸ਼ਨ ਕਿੱਥੇ ਆ ਬੈਨਰ ਲੱਗੇ ਹੋਣੇ ਬੈਨਰ ਦੇਖ ਕੇ ਜਾਣਾ 2014 15 ਦੀ ਗੱਲ ਆ 14 ਦੇ ਵਿੱਚ ਬੈਨਰ ਦੇਖ ਕੇ ਲੱਭਣਾ ਫਿਰ ਤੁਰ ਕੇ ਜਾਣਾ ਜਾਨੂੰ ਉਦੋਂ ਤਾਂ ਬੜੀ ਮਸਲ ਦਾ ਇਹਨਾਂ ਹੁੰਦਾ ਹੀ ਨਹੀਂ ਸੀ ਉਹਦਾ ਖੇਡ ਦਾ ਸ਼ੌਂਕ ਸੀਗਾ ਵੀ ਥਾਈ ਹੋ ਜਾਣਗੇ ਇਦਾਂ ਹੁਣ ਤਾਂ ਮਨ ਲਾ ਕੇ ਰਿਲੈਕਸ ਹੋ ਕੇ ਜਾਈਏ ਸਿੱਧਾ ਕੰਪੀਟੀਸ਼ਨ ਖੜੀਏ ਵੀ ਜੇ 2 ਕਿਲੋਮੀਟਰ ਤੁਰਲੇ ਤਾਂ ਥਾਈ ਇੰਨੇ ਪੰਪ ਹੋ ਜਾਣਗੇ ਵੀ ਮਸਲ ਹੀ ਨਹੀਂ ਸ਼ੋ ਹੋਊਗਾ ਇੰਦਾ ਦਾ ਟਾਈਮ ਵੀ ਦੇਖਿਆ ਭਾਜੀ ਵੀ ਲਿਪਿਸਟੀਆਂ ਦੇ ਬੂਟ ਪਾਸ਼ਾ ਨਾਲ ਵੀ ਅਸੀਂ ਕੰਪੀਟੀਸ਼ਨ ਖੇਡੇ ਆ ਭਾਜੀ ਇੱਕ ਟਾਈਮ ਸੀ ਜਦੋਂ ਇੱਕ ਅੱਜ ਦਾ ਟਾਈਮ ਹੈ ਜਿਹਦੀ ਨੀਤ ਸਹੀ ਉਹਦਾ ਸਮਾਂ ਵੀ ਸਹੀ ਬਿਲਕੁਲ ਭਾਜੀ ਹੁਣ ਅਸੀਂ ਇਸ ਪੋਡਕਾਸਟਿੰਗ ਤੋਂ ਅਲਵਿਦਾ ਕਹਿੰਨੇ ਆ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣਨਾ ਚਾਹੂੰਗਾ ਤੁਹਾਨੂੰ ਇੱਕ ਗਾਣਾ ਤੁਸੀਂ ਮੈਂ ਸੁਣਾ ਹਾਂਜੀ ਨਹੀਂ ਆਂਦਾ ਫਰੀ ਬਿਲਕੁਲ ਵੀ ਨਹੀਂ ਨਾ ਗਾਓ ਕੁਝ ਲਿਰਿਕਸ ਬੋਲ ਕੇ ਦੱਸ ਦੋ ਗਾਣੇ ਦੀ ਮੈਂ ਬੜੀ ਗਾਣੇ ਇੱਕ ਰਿਕੁਐਸਟ ਹੈ ਛੋਟੇ ਭਰਾ ਦੀ ਵੱਡੇ ਨਸਦਾ ਭਜੀ ਮੈਂ ਨਾ ਗਾਣੇ ਕਦੀ ਗੁੰਦਾ ਹੀ ਨਹੀਂ ਭਜੀ ਨਾ ਗਾਓ ਮੈਂ ਗਾਣੇ ਗਾਣੇ ਉਹ ਕਹ ਰਿਹਾ ਕੁਝ ਗਾਣਾ ਪਸੰਦ ਹੋਏਗਾ ਤਾਂ ਲਿਰਿਕਸ ਬੋਲ ਕੇ ਦੱਸ ਦੋ ਤੁਹਾਨੂੰ ਪਤਾ ਜਦੋਂ ਇਹ ਜੀ ਮੌਕੇ ਤੇ ਬੰਦਾ ਕਹਿੰਦਾ ਕੁਝ ਨਹੀਂ ਜਿਆਦਾ ਹੁੰਦਾ ਹੁੰਦਾ ਇੱਕ ਸ਼ੇਰੋ ਸ਼ਾਇਰੀ ਕੋਈ ਛੋਟਾ ਨਹੀਂ ਭਜੀ ਮੈਂ ਤਾਂ ਭਜਨ ਸੁਣਦਾ ਮਾਂ ਠੀਕ ਆ ਚਲੋ ਅੱਜ ਇੱਕ ਭਜਨ ਦੀ ਉਹ ਲੈ ਤੁਹਾਨੂੰ ਮੈਂ ਗਾ ਕੇ ਨਹੀਂ ਸੁਣਾਉਂਗਾ ਕਿਉਂਕਿ ਗੋਣਾ ਨਹੀਂ ਹੁੰਦਾ ਮੈਂ ਬੋਲ ਕੇ ਸੁਣਾ ਦਿੰਨਾ ਬੋਲ ਕੇ ਪ੍ਰੋਪਰ ਪਰਮਾਤਮਾ ਨੂੰ ਯਾਦ ਕਰਕੇ ਇੱਕ ਭਜਨ ਬਸ ਇਹ ਹੀ ਗੂੰਗਾ ਭਾਜੀ ਮਾਂ ਚਿੰਤਾਪੂਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਬਿਲਕੁਲ ਬਿਲਕੁਲ ਜੈ ਸ਼੍ਰੀ ਰਾਮ ਮਾਂ ਚੈ ਮਾਂ ਚਿੰਤਾਪੂਰਨੀ ਕਿ ਕਿ ਚਿੰਤਾਪੂਰਨੀ ਮਾਂ ਜੋ ਸਾਰੀ ਚਿੰਤਾਵਾਂ ਬੰਦੇ ਦੀ ਹਾਲਾਂ ਦੀ ਇੱਕ ਵਾਰੀ ਬੰਦਾ ਸੱਚੇ ਦਿਲੋਂ ਮਾਂ ਚਿੰਤਪੂਰਨੀ ਜਾ ਕੇ ਕਹੇਗੀ ਮਾਤਾ ਇਹ ਕਸ਼ਟ ਚਾ ਤੇ ਇੰਨੀਆਂ ਚਿੰਤਾ ਮੈਨੂੰ ਪਹਿਲਾਂ ਮਾਤਾ ਚਿੰਤਾ ਹਰੇਗੀ ਫਿਰ ਤੜੇ ਕਸ਼ਟ ਹਰੇਗੀ ਫਿਰ ਤੁਸੀਂ ਉਹ ਚਿੰਤ ਤੋਂ ਹਮੇਸ਼ਾ ਲਈ ਮੁਕਤ ਹੋ ਜਾਓਗੇ ਹਰ ਬੰਦੇ ਨੂੰ ਇੱਕ ਵਾਰ ਚਿੰਤਾ ਪੁਨੀ ਮਾਤਾ ਤੇ ਜ਼ਰੂਰ ਜਾਣਾ ਚਾਹੀਦਾ ਹੈ ਤਾਂ ਕਿ ਹਰ ਜ਼ਿੰਦਗੀ ਦੀ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਲਾਈਫ ਦੇ ਵਿੱਚ ਕੁਝ ਸਭ ਤੋਂ ਛੋਟੀ ਮਾਤਾ ਭਾਜੀ ਸਭ ਤੋਂ ਜਲਦੀ ਸੁਣਦੀ ਹੈ ਆਪਨਾ ਜਲਦੀ ਮਾ ਚਿੰਤਾ ਪੁਨੀ ਸੁਣਦੀ ਹੈ ਜੈ ਮਾ ਚਿੰਤਾ ਪੁਨੀ ਤੇ ਅੱਜ ਦੀ ਪੋਡਕਾਸਟਿੰਗ ਦੇ ਵਿੱਚ ਮੈਂ ਕਹਣਾ ਚਾਹਾਂਗਾ ਕਿ ਇੰਨਾ ਕ ਮਜ਼ਾ ਆਇਆ ਨਾ ਮੇਰੇ ਵੱਡੇ ਭਰਾ ਜੈਦੀਪ ਸ਼ਰਮਾ ਜੀ ਨੇ ਇਨਾਂ ਨਾਲ ਇੱਕ ਪੋਡਕਾਸਟਿੰਗ ਨਹੀਂ ਇੱਕ ਫੈਮਿਲੀ ਵਾਲਾ ਮਾਹੌਲ ਹੈ ਆਪਣਾ ਬਟ ਇਹਨਾਂ ਨੇ ਉਹ ਰਾਜ਼ ਖੋਲਤੇ ਜੋ ਮੈਂ ਤੁਹਾਡੇ ਨਾਲ ਕੁਝ ਟਾਈਮ ਬਾਅਦ ਖੋਲਣਾ ਚਾਹੁੰਦਾ ਸੀ ਤੇ ਜਿੰਨੇ ਵੀ ਇਹ ਪੋਡਕਾਸਟਿੰਗ ਮਿਸ ਕਰਤੀ ਨਾ ਜਾਂ ਫਾਸਟ ਫੋਰਵਰਡ ਕਰਤੀ ਉਹ ਰਾਜ਼ ਮਿਸ ਕਰ ਜਾਏਗਾ ਤੇ ਕਮੈਂਟ ਕਰਕੇ ਦੱਸਿਓ ਨੀਚੇ ਕਿ ਤੁਹਾਨੂੰ ਇਹ ਪੋਡਕਾਸਟਿੰਗ ਕਿਵੇਂ ਦੀ ਲੱਗੀ ਜਾਂ ਤੁਹਾਡੇ ਜੇਕਰ ਕੁਝ ਕੁਐਸਚਨ ਹੈ ਤੁਸੀਂ ਫਿਟਨੈਸ ਇੰਡਸਟਰੀ ਤੋਂ ਕੁਝ ਕੁਐਸਚਨ ਪੁੱਛਣਾ ਚਾਹੁੰਦੇ ਹੋ ਤੁਸੀਂ ਉਹ ਕੁਐਸਚਨ ਨੀਚੇ ਕਮੈਂਟ ਕਰ ਸਕਦੇ ਹੋ ਤੇ ਅਗਲਾ ਜਿਹੜਾ ਵੀ ਫਿਟਨੈਸ ਐਕਸਪਰਟ ਆਏਗਾ ਉਹਨੂੰ ਮੈਂ ਕੁਐਸਚਨ ਪੁੱਟ ਕਰੂੰਗਾ ਜੇ ਜੇ ਤੁਸੀਂ ਚਾਹੁੰਦੇ ਹੋ ਕਿ ਮੇਰੀ ਪੋਡਕਾਸਟਿੰਗ ਤੇ ਆਣਾ ਚਾਹੁੰਦੇ ਤੁਸੀਂ ਆਈ ਵਿਲ ਵੈਲਕਮ ਯੂ ਤੁਸੀਂ ਆਪਣਾ ਨੀਚੇ ਨੰਬਰ ਛੱਡ ਸਕਦੇ ਹੋ ਮੈਂ ਡੈਫੀਨਿਟਲੀ ਤੁਹਾਨੂੰ ਇੱਕ ਟਾਈਮ ਦੇ ਨਾਲ ਆਪਣਾ ਸ਼ੈਡਿਊਲ ਸੈੱਟ ਕਰਕੇ ਇਸ ਪੋਡਕਾਸਟਿੰਗ ਤੇ ਬੁਲਾਉਂਗਾ ਤੇ ਦੇਰ ਨਾ ਕਰੋ ਹੁਣੇ ਫਿਟਨੈਸ ਗੈਲੈਕਸੀ ਟ੍ਰੇਡਰ ਨੂੰ ਸਬਸਕ੍ਰਾਈਬ ਕਰੋ ਤੇ ਉਹ ਨੋਲਿਜ ਲਓ ਜਿਹੜੀ YouTube ਦੀ ਹਿਸਟਰੀ ਦੇ ਵਿੱਚ ਤੁਹਾਨੂੰ ਕਦੇ ਨਹੀਂ ਮਿਲੀ ਸਪੈਸ਼ਲੀ ਫਿਟਨੈਸ ਦੇ ਉੱਪਰ ਜੈਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਇੱਕ ਵਾਰ ਫਿਰ ਦਿਲ ਤੋਂ ਸ਼ੁਕਰੀਆ ਕਰਦਾ ਕਿ ਤੁਸੀਂ ਮੇਰੇ ਪੋਡਕਾਸਟ ਚੈਨਲ ਤੇ ਆਏ ਸਾਨੂੰ ਇਹਨਾਂ ਮਾਨ ਦਿੱਤਾ ਤੁਹਾਡਾ ਪਿਆਰ ਇਹ ਹਮੇਸ਼ਾ ਹੀ ਸਾਡੇ ਨਾਲ ਹਮੇਸ਼ਾ ਹੀ ਬਣਿਆ ਰਹੇ ਤੇ ਮੈਂ ਉਮੀਦ ਕਰਦਾ ਕਿ ਮੈਂ ਤੁਹਾਨੂੰ ਜਦੋਂ ਬੁਲਾਵਾਂ ਕਿ ਤੁਸੀਂ ਕੁਝ ਲੋਕਾਂ ਦੀ ਜੋ ਇਸ ਮੁਸ਼ਕਿਲ ਟਾਈਮ ਦੇ ਵਿੱਚੋਂ ਗੁਜ਼ਰ ਰਹੇ ਨੇ ਜਿਨ੍ਹਾਂ ਨੂੰ ਫਿਟਨੈਸ ਦਾ ਨਹੀਂ ਪਤਾ ਜਿਨ੍ਹਾਂ ਨੂੰ ਸਪਲੀਮੈਂਟ ਦਾ ਨਹੀਂ ਪਤਾ ਜਾਂ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਡਾਈਟ ਕੀ ਖਾਣੀ ਚਾਹੁੰਦੀ ਹੈ ਖਾਣੀ ਚਾਹੀਦੀ ਹੈ ਤੁਸੀਂ ਆਓ ਅਗਲੀ ਵਾਰੀ ਤੁਹਾਡੇ ਕੋਲ ਡਾਈਟ ਪਲਾਨ ਤੋਂ ਲੈ ਕੇ ਸਟ੍ਰੀਟ ਡੀ ਸਾਰੀ ਨੋਲੇਜ ਭਾਜੀ ਅਸੀਂ ਸ਼ੇਅਰ ਕਰਾਂਗੇ ਕਰਾਂਗੇ ਤੇ ਅੱਜ ਲਈ ਵਿਦਾ ਲੈਣੇ ਆਈ ਲਵ ਯੂ ਬ੍ਰਦਰ ਭਾਰੀ ਲਵ ਯੂ ਟੂ